ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰਾਈਮ ਫੋਕਸ ਪ੍ਰੋਗਰਾਮ ਦੇ ਵਿੱਚ। ਅਸੀਂ ਲਾਈਵ ਹਾਂ ਜੀ ਇਸ ਵਕਤ ਆਪਣੇ ਚੈਨਲ ਦੇ ਉੱਪਰ, ਨਾਲ ਦੀ ਨਾਲ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਸਾਡੇ ਯੂਟਿਊਬ ਚੈਨਲ ਦੇ ਉੱਪਰ ਵੀ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਦੇ ਰਹੇ ਹੋ, ਉਹਦੇ ਲਈ ਤੁਹਾਡਾ ਬਹੁਤ ਰਿਣੀ ਹੈ ਪ੍ਰਾਈਮ ਏਸ਼ੀਆ ਟੀਵੀ ਅਦਾਰਾ ਅਤੇ ਅਸੀਂ ਸਾਰੀ ਟੀਮ। ਅਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਐਫਰਟ ਕਰਦੇ ਰਹਿੰਦੇ ਹਾਂ ਕਿ ਅਸੀਂ ਹੋਰ ਵੱਧ ਤੋਂ ਵੱਧ ਵਧੀਆ ਵਧੀਆ ਪ੍ਰੋਗਰਾਮ ਆਪ ਜੀ ਲਈ ਲੈ ਕੇ ਆਈਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਤੋਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਅਤੇ ਉਹਨਾਂ ਦੇ ਦਿਲ ਦੇ ਵਿੱਚ ਕੀ ਵਲਵਲੇ ਨੇ। ਪਿਛਲੇ ਦਿਨੀ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਵਿੱਚ ਬੜੇ ਅਗਰੈਸ਼ਨ ਦੇ ਨਾਲ ਉਹ ਬਹੁਤ ਸਾਰੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ, ਅਨਿਲ ਜੋਸ਼ੀ ਹੋਰਾਂ ਦੇ ਉੱਪਰ ਲਾਉਂਦੇ ਆ ਰਹੇ ਨੇ। ਅਸਲ 'ਚ ਉਹ ਸਾਰੇ ਦੋਸ਼ ਕੀ ਨੇ, ਉਹਨਾਂ ਦੀ ਕੀ ਬੈਕਗਰਾਊਂਡ ਹੈ, ਕਾਰਨ ਕੀ ਹੈ, ਸੱਚਾਈ ਕੀ ਹੈ, ਸਾਰਾ ਕੁਝ ਅੱਜ ਆਪਾਂ ਉਹਨਾਂ ਦੀ ਜ਼ਬਾਨੀ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਸੁਣਾਂਗੇ, ਦੇਖਾਂਗੇ। ਅਤੇ ਜੇ ਤੁਹਾਡੇ ਜ਼ਹਿਨ 'ਚ ਕੋਈ ਵੀ ਸਵਾਲ ਆਵੇ, ਤੁਸੀਂ ਪੁੱਛਣਾ ਚਾਹੋ, ਤਾਂ ਵਟਸਐਪ ਦੇ ਉੱਪਰ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਨਾਲ ਦੀ ਨਾਲ ਟੋਲ ਫ੍ਰੀ ਨੰਬਰ ਹੈ, ਤੁਸੀਂ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਯੂਟਿਊਬ ਦੇ ਉੱਪਰ ਚੱਲ ਰਹੀ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਦੇ ਰੂਪ ਵਿੱਚ ਆਪਣਾ ਜਿਹੜਾ ਸਵਾਲ ਹੈ ਸਾਡੇ ਤੱਕ ਪਹੁੰਚਾ ਸਕਦੇ ਹੋ। ਮਨਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਟੀਵੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਾਈਮ ਏਸ਼ੀਆ ਟੀਵੀ ਦਾ, ਗੁਰਪ੍ਰੀਤ ਜੀ ਤੁਹਾਡਾ, ਤੁਸੀਂ ਮੈਨੂੰ ਇਸ ਕਾਬਲ ਸਮਝਿਆ ਵੀ ਮੈਨੂੰ ਅੱਜ ਇੱਥੇ ਬੁਲਾਇਆ ਜੀ, ਬਹੁਤ ਬਹੁਤ ਮਿਹਰਬਾਨੀ। ਨਹੀਂ ਮਿਹਰਬਾਨੀ ਤੁਹਾਡੀ ਵੀ। ਪਹਿਲੀ ਗੱਲ ਤਾਂ ਇਹ ਮੈਂ ਦੱਸਦਾ ਜੀ ਕਿ ਪੰਜਾਬ 'ਚ ਇਸ ਵਕਤ ਬਹੁਤ ਜ਼ਿਆਦਾ ਧੁੰਦ ਹੈ ਅਤੇ ਬਹੁਤ ਜ਼ਿਆਦਾ ਇਸ ਸਮੋਗ ਦਾ ਕਰਕੇ ਹਾਲਾਤ ਮਾੜੇ ਨੇ ਕਿ ਵਿਜੀਬਿਲਟੀ ਬੜੀ ਘੱਟ ਹੈ, ਹਰ ਰੋਜ਼ ਜਿਹੜੇ ਬੜੇ ਦਰਦਨਾਕ ਹਾਦਸੇ ਵਾਪਰ ਰਹੇ ਨੇ, ਪਰ ਫਿਰ ਵੀ ਅੰਮ੍ਰਿਤਸਰ ਤੋਂ ਚੱਲ ਕੇ ਇਸ ਵਕਤ ਸਾਡੇ ਕੋਲ ਪਹੁੰਚੋ ਦੇ ਲਈ ਬੜੇ ਧੰਨਵਾਦੀ ਅਸੀਂ। ਮਨਦੀਪ ਸਿੰਘ ਮੰਨਾ ਹੋਰਾਂ ਬਾਰੇ ਜੇ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਾਂ, ਕਿਉਂਕਿ ਦੇਖੋ ਇੱਥੇ ਲੋਕਲ ਤੁਹਾਨੂੰ ਸਾਰੇ ਜਾਣਦੇ ਆ, ਪਰ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ 125 ਮੁਲਕਾਂ ਦੇ ਵਿੱਚ ਇਸ ਵਕਤ ਆਪਾਂ ਬੈਠੇ ਹਾਂ, ਜਿੱਥੇ ਜਿੱਥੇ ਵੀ ਪ੍ਰਾਈਮ ਏਸ਼ੀਆ ਟੀਵੀ ਪਹੁੰਚਦਾ ਹੈ ਜੀ। ਮਨਦੀਪ ਸਿੰਘ ਮੰਨਾ ਜੇ ਮੈਂ ਪੁੱਛਣਾ ਚਾਹਾਂ ਤਾਂ ਅੰਮ੍ਰਿਤਸਰ ਤੋਂ ਆਪਣੀ ਜਿਹੜੀ ਸਿਆਸਤ ਦਾ ਸਫ਼ਰ ਸੀ ਉਹਨੇ ਕਿਵੇਂ ਸ਼ੁਰੂ ਕੀਤਾ, ਕਿਵੇਂ ਇਸ ਪਾਸੇ ਆ ਗਿਆ, ਅੱਜ ਦੇ ਮਨਦੀਪ ਸਿੰਘ ਮੰਨਾ ਦੀ ਮੈਂ ਗੱਲ ਨਹੀਂ ਕਰ ਰਿਹਾ, ਬਹੁਤ ਸਾਲ ਪਹਿਲਾਂ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ। ਮੈਂ 97 ਦੇ ਵਿੱਚ ਅਕਾਲੀ ਦਲ ਜੁਆਇਨ ਕੀਤਾ ਜੀ, ਮੇਰੇ ਫਾਦਰ ਰਈਆ ਮਿਊਂਸੀਪਲ ਕਮੇਟੀ ਦੇ ਚੇਅਰਮੈਨ ਰਹੇ ਆ ਜਦੋਂ ਬਰਨਾਲਾ ਬਾਜ਼ਾਰ 'ਚ ਰਹੀ ਆ, ਰਈਏ ਤੋਂ 89 ਦੇ ਵਿੱਚ ਅਸੀਂ ਅੰਮ੍ਰਿਤਸਰ ਗਏ ਹਾਂ, 97 ਦੇ ਵਿੱਚ ਮੈਨੂੰ ਜਿਹੜਾ ਯੂਥ ਅਕਾਲੀ ਦਲ ਦਾ ਜਨਰਲ ਸੈਕਟਰੀ ਬਣਾਇਆ ਗਿਆ, ਜੋ ਟਿਲ ਅਕਾਲੀ ਦਲ ਛੱਡਣ ਤੱਕ 2014 ਤੱਕ ਮੈਂ ਯੂਥ ਅਕਾਲੀ ਦਲ ਦਾ ਜਨਰਲ ਸੈਕਟਰੀ ਰਿਹਾ। ਇੱਥੋਂ ਮੇਰੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਹੈ ਸਫ਼ਰ, ਉਹ ਮੇਰਾ ਸਿਆਸੀ ਸਫ਼ਰ ਜਿਹੜਾ ਸ਼ੁਰੂ ਹੋਇਆ ਜੀ। ਮਤਲਬ ਪਰਿਵਾਰ ਸ਼ੁਰੂ ਤੋਂ ਅਕਾਲੀ ਦਲ ਨਾਲ ਜੁੜਿਆ ਸੀ? ਪਰਿਵਾਰ ਸ਼ੁਰੂ ਤੋਂ ਅਕਾਲੀ ਦਲ ਨਾਲ ਜੁੜਿਆ ਜੀ। ਅਤੇ ਤੁਸੀਂ ਇਹ ਕੌਣ ਲੈ ਕੇ ਗਿਆ ਸੀ ਤੁਹਾਨੂੰ ਅਕਾਲੀ ਦਲ 'ਚੋਂ, ਕਿਹੜੇ ਲੀਡਰ ਦੇ ਨਾਲ ਤੁਸੀਂ ਸੀ? ਮੈਨੂੰ ਸਭ ਤੋਂ ਪਹਿਲਾਂ ਲੈ ਕੇ ਗਏ ਜੀ ਮੇਰੇ ਸਿਆਸੀ ਗੁਰੂ ਜਥੇਦਾਰ ਮੇਜਰ ਸਿੰਘ ਉੱਬੋ ਕੇ, ਤਰਨ ਤਾਰਨ ਤੋਂ ਐਮ ਪੀ ਰਹੇ ਨੇ, ਪੰਜਾਬ ਸਰਕਾਰ 'ਚ ਵਜ਼ੀਰ ਰਹੇ ਨੇ, ਉਹਨਾਂ ਦੇ ਹੱਥ ਫੜ ਕੇ ਜਿਹੜਾ ਮੈਂ ਆਪਣੀ ਜ਼ਿੰਦਗੀ ਦਾ ਸਿਆਸੀ ਸਫ਼ਰ ਜਿਹੜਾ ਸ਼ੁਰੂ ਕੀਤਾ। ਅਤੇ ਉਸ ਤੋਂ ਬਾਅਦ ਵੱਡੇ ਲੀਡਰਾਂ ਤੱਕ ਕਿੱਦਾਂ ਪਹੁੰਚ ਬਣੀ? ਵੱਡੇ ਲੀਡਰਾਂ ਤੱਕ ਮੇਜਰ ਸਿੰਘ ਉੱਬੋ ਕੇ ਖੁਦ ਇੱਕ ਆਪ ਬੜੇ ਵੱਡੇ ਲੀਡਰ ਸੀਗੇ, ਉਹ ਟੌੜਾ ਸਾਹਿਬ ਨਾਲ ਸੰਬੰਧਿਤ ਸੀਗੇ, ਮੈਂ ਟੌੜਾ ਸਾਹਿਬ ਨਾਲ ਕੰਮ ਕਰਦਾ ਸੀਗਾ, ਔਰ ਉਹਨਾਂ ਨੂੰ ਮੇਰੇ ਕੰਮ ਕਰਨ ਦਾ ਤਰੀਕਾ, ਮੇਰਾ ਜਿਹੜਾ ਜਨੂੰਨ ਸੀਗਾ, ਮੈਂ ਉਹਨਾਂ ਦੇ ਨਾਲ ਬਹੁਤ ਦੇਰ ਕੰਮ ਕੀਤਾ, ਔਰ ਮੈਨੂੰ ਜ਼ਿੰਦਗੀ 'ਚ ਸਕੂਨ ਮਿਲਿਆ ਉਸ ਸ਼ਖਸੀਅਤ ਨਾਲ ਕੰਮ ਕਰਕੇ, ਮੈਂ ਟੌੜਾ ਸਾਹਿਬ ਨਾਲ ਕੰਮ ਕੀਤਾ। ਉਸ ਤੋਂ ਬਾਅਦ ਮੇਰੇ ਕੰਮ ਕਰਨ ਦਾ ਸਟਾਈਲ ਜਿੰਨੇ ਜਨੂੰਨ ਨਾਲ ਪਾਰਟੀ ਲਈ ਹੁੰਦਾ ਸੀਗਾ, ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਸਿਫਾਰਿਸ਼ ਨਹੀਂ ਕੀਤੀ ਕਿ ਮੈਨੂੰ ਕੋਈ ਅਹੁਦਾ ਦੇ ਦਿਓ। 2014 ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਆ, ਔਰ ਮੈਨੂੰ ਦੱਸਣ 'ਚ ਇੱਥੇ ਕੋਈ ਇਨਕਾਰ ਨਹੀਂ, ਸ਼੍ਰੋਮਣੀ ਅਕਾਲੀ ਦਲ, ਮਤਲਬ ਬਾਕੀ ਲੀਡਰਾਂ ਨੂੰ ਮਾਂ ਨਹੀਂ ਬਦਲ ਜਾਂਦੀ। ਸਿੱਧੂ ਸਾਹਿਬ ਨੇ ਕਿਹਾ ਕਿ ਮੇਰੀ ਕਾਂਗਰਸ ਜਿਹੜੀ ਉਹ ਮਾਂ ਰਹੀ ਆ, ਕਿਸੇ ਵੇਲੇ ਬੀਜੇਪੀ ਨੂੰ ਦੱਸਦੇ ਸੀ, ਕਿਸੇ ਵੇਲੇ ਕਾਂਗਰਸ ਨੂੰ ਮੰਨੀ ਨਾਲੋਂ ਜ਼ਿਆਦਾ ਬਦਨਾਮ ਦੱਸਦੇ ਸੀ। ਮੇਰਾ ਜਿਹੜਾ ਸਿਆਸੀ ਜੀਵਨ ਹੈ, ਜਿਹੜਾ ਮੇਰਾ ਸਿਆਸੀ ਜਨਮ ਹੋਇਆ, ਉਹ ਸ਼੍ਰੋਮਣੀ ਅਕਾਲੀ ਦਲ ਦੀ ਗੋਦ 'ਚ ਹੋਇਆ, ਔਰ ਉਹ ਜਿਹੜਾ ਅਕਾਲੀ ਦਲ ਹੈ, ਮੈਂ ਬਿਕਰਮ ਮਜੀਠੀਏ ਦੀ ਵਜ੍ਹਾ ਨਾਲ ਅਕਾਲੀ ਦਲ ਛੱਡਿਆ, ਔਰ ਜਿਹੜਾ ਮੈਂ ਪਿਛੋਕੜ 'ਤੇ ਮੇਰਾ ਅਕਾਲੀ ਦਲ ਨਾਲ ਹੀ ਸੰਬੰਧਿਤ ਹੈ, ਉਹਦੇ ਕਰਕੇ ਮੈਂ ਅਕਾਲੀ ਦਲ ਨੂੰ ਛੱਡਿਆ, ਔਰ ਮੇਰੇ ਨਾਲ ਨਾਲ ਬੜੀ ਦੁਨੀਆ ਨੇ ਛੱਡਿਆ, ਔਰ ਹੋਰ ਬੜੀ ਛੱਡਣ ਨੂੰ ਤਿਆਰ ਬੈਠੀ ਉਸ ਬੰਦੇ ਦੀ ਕਰਕੇ। ਅੱਛਾ, ਦੇਖੋ ਮੈਂ ਇਹ ਜਾਣਨਾ ਚਾਹੁੰਦਾ ਕਿ ਮਨਦੀਪ ਸਿੰਘ ਮੰਨਾ ਅੰਦਰੋਂ ਇੰਨਾ ਕਿਉਂ ਭਰਿਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਲਈ, ਕੀ ਵਾਪਰਿਆ, ਕੀ ਐਸਾ? ਸਰ ਮੈਂ ਕੰਮ ਕੀਤਾ, ਦੇਖੋ ਬਿਕਰਮ ਸਿੰਘ ਮਜੀਠੀਆ ਨਾਲ, ਸੁਖਬੀਰ ਸਿੰਘ ਬਾਦਲ ਨਾਲ ਮੈਂ ਬਹੁਤ ਦੇਰ ਕੰਮ ਕੀਤਾ। 2002 ਦੇ ਵਿੱਚ ਅਸੀਂ ਸੁਖਸਾਰ ਸੁਖਬੀਰ ਸਿੰਘ ਬਾਦਲ ਨਾਲ 2007 ਦੇ ਵਿੱਚ ਜੁੜ ਗਏ ਸੀਗੇ, ਔਰ ਜਨੂੰਨ ਨਾਲ ਉਹਨਾਂ ਲਈ ਕੰਮ ਕਰਦੇ ਰਹੇ ਹਾਂ। ਜਦੋਂ ਇਸ ਬੰਦੇ ਦੀ ਐਂਟਰੀ ਹੋਈ ਆ 2005 ਦੇ ਵਿੱਚ, ਅੱਜ ਤੇ ਕਹਿੰਦਾ ਨਾ ਮੈਂ ਬੜਾ ਵੱਡਾ ਸਿਆਸੀ ਹਾਂ, ਔਰ ਸਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਮੈਨੂੰ ਗੱਡੀ 'ਚ ਬਾ ਕੇ ਕਿਹਾ ਸੀਗਾ, ਮੈਂ ਅਤੇ ਸਾਡੇ ਨਾਲ ਸ਼ਹਿਰ ਦੇ ਇੱਕ ਹੋਰ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀਗੇ, ਕਿ ਇਹਨੂੰ ਥੋੜ੍ਹਾ ਬਹੁਤਾ ਕੰਮ ਸਿਖਾਓ, ਇਹਨੂੰ ਬੋਲਣਾ ਸਿਖਾਓ। ਨਹੀਂ, ਇਹ ਬਿਕਰਮ ਮਜੀਠੀਆ ਹੋਰਾਂ ਦੀ ਗੱਲ ਕਰ ਰਹੇ ਹਾਂ ਜੀ? ਬਿਕਰਮ ਮਜੀਠੀਆ ਹੋਣਾ ਦੀ।
ਉਸ ਤੋਂ ਬਾਅਦ ਬੋਲਣਾ ਸਿਖਾਉਣ ਲਈ ਕਿਹਾ ਗਿਆ, ਬੋਲਣਾ ਸਿਖਾਉਣ ਲਈ ਇਹਨੂੰ ਆਉਂਦਾ ਕੀ ਸੀਗਾ, ਇਹਨੂੰ ਪੰਜਾਬ ਦੀ ਸਿਆਸਤ ਬਾਰੇ ਪਤਾ ਕੀ ਸੀਗਾ? ਅੱਜ ਜਿੰਨੀਆਂ ਮਰਜ਼ੀ ਟਾਰਾਂ ਮਾਰੀ ਜਾਵੇ, ਜਿੰਨੂੰ ਮਰਜ਼ੀ ਮੈਂ ਪਿੱਛੇ ਜਿਹੜੀ ਵੀਡੀਓ ਕੱਢੀ, ਇਹਨਾਂ ਵੀਡੀਓ ਦੇ ਵਿੱਚ ਮੈਨੂੰ ਚੋਰ ਕਹਿ ਦਿੱਤਾ, ਮੇਰੀ ਚੋਰੀ ਕੋਈ ਸਾਬਤ ਤੇ ਕਰੋ, ਮੈਂ ਚੋਰੀ ਕਿੱਥੇ ਕੀਤੀ ਆ? ਇਹ ਬੰਦੇ ਦੇ ਹੁੰਦਿਆਂ ਨਾ ਅਕਾਲੀ ਦਲ ਦੀ ਤਰੱਕੀ ਹੋ ਸਕਦੀ ਆ, ਨਾ ਹੋਣੀ ਹੈ, ਕਿਉਂਕਿ ਇਹ ਕੰਮ ਕਰਨ ਵਾਲੇ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੰਦਾ, ਹਮੇਸ਼ਾ ਹੀ ਆਪਣੇ ਆਪ ਨੂੰ ਅਣ ਜਿਹੜਾ ਸੁਰੱਖਿਅਤ ਹੈ ਉਹ ਮਹਿਸੂਸ ਕਰਦਾ ਰਹਿੰਦਾ, ਔਰ ਕਿਸੇ ਕੰਮ ਕਰਨ ਵਾਲੇ ਬੰਦੇ ਦਾ ਇਹਨੇ ਸ਼੍ਰੋਮਣੀ ਅਕਾਲੀ ਦਲ 'ਚ ਮੁੱਲ ਹੀ ਨਹੀਂ ਰਹਿਣ ਦਿੱਤਾ। ਨਹੀਂ ਚਲੋ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਜਦੋਂ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ, ਤੁਸੀਂ ਇਹ ਕਹਿੰਦੇ ਹੋ ਕਿ ਵੀ ਤੁਹਾਡੇ ਹੁੰਦਿਆਂ ਇਹਨਾਂ ਦੀ ਐਂਟਰੀ ਹੁੰਦੀ ਹੈ ਅਕਾਲੀ ਦਲ ਦੇ ਵਿੱਚ, ਉਹ ਕਿਵੇਂ ਦਾ ਦੌਰ ਸੀਗਾ, ਉਦੋਂ ਇਹਨਾਂ ਦਾ ਅਕਾਲੀ ਦਲ 'ਚ ਕਿਹੋ ਜਿਹਾ ਆਧਾਰ ਹੁੰਦਾ ਸੀ? ਮੈਂ ਇਹਦਾ ਸਾਰਾ ਕੁਛ ਤੁਹਾਨੂੰ ਦੱਸ ਦਿੰਦਾ ਜੀ। ਮੈਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬੜੇ ਜੱਦੀ ਪੁਸ਼ਤੀ ਅਮੀਰ ਰਹੇ ਹਾਂ, ਫਲਾਣੇ ਰਹੇ ਹਾਂ। 2005 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜਾ ਅੰਮ੍ਰਿਤਸਰ ਆਇਆ, 2005 ਦੇ ਵਿੱਚ ਇਹਦੇ ਕੋਲ ਇੱਕ ਹਰੇ ਰੰਗ ਦੀ ਕੁਆਲੀ ਸੀਗੀ, ਔਰ ਇਹਦੇ ਕੋਲ ਰਹਿਣ ਲਈ ਘਰ ਨਹੀਂ ਸੀ ਹੈਗਾ। MK ਹੋਟਲ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ, ਉੱਥੇ ਹੀ ਰਹਿੰਦਾ ਸੀਗਾ, ਉਹ ਵੀ ਸੁਖਵੀਰ ਨੇ ਉਹਨਾਂ ਨੂੰ ਕਿਹਾ ਹੋਇਆ ਸੀਗਾ ਅਤੇ ਉੱਥੇ ਰਹਿੰਦਾ ਸੀਗਾ। ਅਸੀਂ ਸਾਰਿਆਂ ਨੇ ਭੱਜ ਨੱਸ ਕਰਕੇ ਇਹਨੂੰ ਕਿਰਾਏ ਦੇ ਉੱਤੇ ਕੋਠੀ ਲੱਭ ਕੇ ਦਿੱਤੀ। ਮੈਂ ਤੈਨੂੰ ਇੱਕ ਵਾਰੀ ਪਹਿਲਾਂ ਵੀ, ਕਈ ਲੋਕ ਫੇਸਬੁੱਕ ਦੇ ਉੱਤੇ ਮੈਸੇਜ ਕਰ ਦਿੰਦੇ ਨੇ, ਹੁਣ ਬੋਲੇ ਹੋ, ਤੁਹਾਡੇ ਤੱਕ ਮੇਰੀ ਪਹੁੰਚ ਨਹੀਂ ਹੋਈ ਹੋ ਸਕਦੀ, ਕਿਉਂਕਿ ਮੈਂ ਐਡਾ ਵੱਡਾ ਲੀਡਰ ਤਾਂ ਹੈ ਨਹੀਂ ਸੀ। ਮੈਂ ਤਾਂ ਲਗਾਤਾਰ 4 ਸਾਲ ਤੋਂ ਇਹਦੇ ਖਿਲਾਫ਼ ਬੋਲ ਰਿਹਾ, ਇਹਦੀ ਸਰਕਾਰ ਦੇ ਵਿੱਚ ਵੀ ਮੈਂ ਇਹਦੇ ਖਿਲਾਫ਼ ਇੱਦਾਂ ਹੀ ਬੋਲ ਰਿਹਾ। ਜ਼ਿੰਦਗੀ 'ਚ ਕੋਈ ਕੰਮ ਮੈਂ ਡਰ ਨਾਲ ਨਹੀਂ ਕਰਦਾ। ਉਦੋਂ ਇਹਦੀ ਹਾਲਤ ਕੁਛ ਹੋਰ ਸੀਗੀ, ਫੈਕਟਰੀਆਂ ਦੀਆਂ ਕਰਜ਼ੇ ਹੇਠ ਸੀਗੀਆਂ, ਜਹਾਜ਼ ਇਹਦੇ ਬੰਦ ਪਏ ਸੀਗੇ, ਹਰੀ ਕੁਆਲਜ ਦੇ ਵਿੱਚ ਇਹ ਆਇਆ ਸੀਗਾ। ਸਰਕਾਰ ਬਣਨ ਤੋਂ ਬਾਅਦ ਇਹਦੇ ਕਰਜ਼ੇ ਵੀ ਲੱਥ ਗਏ, ਇਹਨੇ ਹੁਣ 4 ਕਿੱਲੇ ਉੱਥੇ ਜਗ੍ਹਾ ਲਈ ਹੈ, ਉਹਦੇ ਵਿੱਚ ਇਹ ਆਪਣਾ ਘਰ ਬਣਾ ਰਿਹਾ, ਬੜਾ ਵੱਡਾ ਮਹਿਲ ਖੜਾ ਕਰ ਰਿਹਾ ਸੀ, ਉਹਦੀ 4 ਦੀਵਾਰੀ ਹੋਈ ਹੈ। ਪਹਿਲਾਂ ਤਾਂ ਇਹ ਚੀਜ਼ਾਂ ਇਹਦੇ ਕੋਲ ਹੈ ਹੀ ਨਹੀਂ ਸੀ, ਇਹ ਕਿਹਨਾਂ ਨੂੰ ਆਪਣੀ ਸ਼ਾਹੂਕਾਰੀ ਵਿਖਾਉਂਦਾ? ਨਹੀਂ ਚਲੋ, ਉਹਦਾ ਲੀਡਰ ਜਦੋਂ ਬੰਦਾ ਆ ਜਾਂਦਾ ਜੀ, ਵੱਡੇ ਲੀਡਰਾਂ ਦੇ ਕੋਲ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ। ਪਰ ਤੁਹਾਨੂੰ ਇਹ ਕਿਉਂ ਲੱਗਿਆ ਕਿ ਵੀ ਇਹ ਜਿੰਨਾ ਅਗਰੈਸ਼ਨ ਹੈ ਤੁਹਾਡੇ ਅੰਦਰ, ਐਸਾ ਉਹ ਕਾਰਨ ਕੀ ਕਿ ਜਿਹਦਾ ਕਰਕੇ ਬਿਕਰਮ ਮਜੀਠੀਆ ਹੋਰਾਂ ਦੇ ਨਾਲ ਇੰਨੀ ਵਿਰੋਧਤਾ ਤੁਹਾਡੀ ਉਤਪੰਨ ਹੋ ਗਈ? ਸ਼ਹਿਰ ਦੇ ਵਿੱਚ ਮੈਨੂੰ ਕੰਮ ਕਰਦੇ ਨੂੰ 97 ਦਾ ਮੈਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੰਮ ਕਰਦਾ ਸੀਗਾ। ਮੈਂ ਕਿਸੇ ਦੀ ਗਲਤ ਕੰਮ ਦੇ ਵਿੱਚ ਈਨ ਮੰਨ ਕੇ ਕੰਮ ਨਹੀਂ ਕਰ ਸਕਦਾ, ਔਰ ਈਵਨ ਇੱਥੋਂ ਤੱਕ ਅਸੀਂ ਸੁਖਬੀਰ ਨਾਲ ਕੰਮ ਕਰਨਾ, ਅੱਜ ਵੀ ਜਿਹੜੇ ਅਕਾਲੀ ਦਲ ਦੇ ਬੰਦੇ ਨੇ ਉਹ ਸੁਖਬੀਰ ਨਾਲ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਸੀਗੇ। ਇਹ ਬੰਦਾ ਤਾਂ ਮੈਂ ਕਹਿ ਸਕਦਾ ਆਪਣੇ ਜੀਜੇ ਦਾ ਵੀ ਨਹੀਂ ਸੀ ਸਕਾ, ਇਹਨੇ ਕਈ ਵਾਰੀ ਸਾਨੂੰ ਸਾਡੇ ਮੂੰਹ ਦੇ ਉੱਤੇ ਕਹਿ ਦਿੱਤਾ ਸੀ ਜੋ ਲੈਣਾ ਫਿਰ ਸੁਖਬੀਰ ਕੋਲ ਲਓ, ਉਹ ਹੀ ਦਊਗਾ ਤੁਹਾਨੂੰ ਜੋ ਦਊਗਾ। ਸਾਨੂੰ ਇਹਦੀਆਂ ਗੱਲਾਂ ਹੀ ਨਹੀਂ ਚੰਗੀਆਂ ਲੱਗੀਆਂ, ਇਹਦੇ ਨਾਲ ਮੈਨੂੰ ਕੰਮ ਕਰਨਾ ਨਾ ਸ਼ੁਰੂ ਤੋਂ ਕਦੀ ਪਸੰਦ ਆਇਆ ਨਾ ਮੈਂ ਕੀਤਾ, ਕਿਉਂਕਿ ਹਰ ਬੰਦੇ ਨੂੰ ਦਬਾ ਕੇ ਰੱਖਣਾ, ਆਪਣੇ ਅਧੀਨ ਡਰਾ ਕੇ ਰੱਖਣਾ, ਉਹ ਚੀਜ਼ ਮੈਨੂੰ ਜਿਹੜੀ ਮੁਨਾਸਬ ਨਹੀਂ ਲੱਗੀ ਸੀਗੀ, ਇਸ ਕਰਕੇ ਇਹਦੇ ਨਾਲ ਮੇਰੀਆਂ ਦੂਰੀਆਂ ਜਿਹੜੀਆਂ ਵੱਧਦੀਆਂ ਗਈਆਂ। ਨਹੀਂ ਪਰ ਆਹ ਜਿਹੜੀ ਗੱਲ ਤੁਸੀਂ ਕੀਤੀ ਕਿ ਵੀ ਸੁਖਬੀਰ ਬਾਦਲ ਹੋਰਾਂ ਦਾ ਵੀ ਉਹ ਸਾਕਾ ਨਹੀਂ ਹੈ, ਨਹੀਂ ਹੈਗਾ ਜੀ, ਪਰ ਨਹੀਂ ਉਹ ਤਾਂ ਉਹਨਾਂ ਦੇ ਬੜੇ ਕਰੀਬੀ ਰਿਸ਼ਤੇਦਾਰ ਆ, ਅਤੇ ਇੱਦਾਂ ਕਿੱਦਾਂ ਹੋ ਸਕਦਾ? ਸਰ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਾ ਹੀ ਕਰੀਬੀ ਰਿਸ਼ਤੇਦਾਰ ਹੈ ਸਰ ਸੁਖਬੀਰ ਸਿੰਘ ਬਾਦਲ ਦੀ। ਪਤਾ ਨਹੀਂ ਕੀ ਮਜਬੂਰੀ ਹੈ ਕਿ ਇਹਨੂੰ ਆਪਣੇ ਨਾਲ ਰੱਖਣਾ ਪੈ ਰਿਹਾ ਉਹਨਾਂ ਨੂੰ, ਸਾਰੇ ਪੰਜਾਬ ਨੂੰ ਕਿ ਬਾਹਰ ਵੱਸਦੇ ਵੀ ਸਾਰੇ ਪੰਜਾਬੀਆਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਿਸ ਬੰਦੇ ਨੇ ਕੀਤਾ। ਮੈਂ ਕਹਿੰਦਾ ਕਿ ਇਹਨਾਂ ਦੋ ਪਿਓ ਪੁੱਤਾਂ ਦੀ ਲੜਾਈ ਇਹਨੇ ਕਈ ਵਾਰੀ ਕਰਾਈ, ਮੈਂ ਤੈਨੂੰ ਨਾ ਹੀ ਨਾਰਦ ਮੁੜੀ ਨਾ ਦਿੰਦਾ। ਅੱਛਾ ਜੀ, ਮਤਲਬ ਵੱਡੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਦੀ, ਛੋਟੇ ਬਾਦਲ ਸਾਹਿਬ ਦੀ, ਵੱਡੇ ਬਾਦਲ ਸਾਹਿਬ ਦਾ ਕੋਈ ਰਿਸ਼ਤੇਦਾਰ ਤੁਸੀਂ ਸਿਆਸਤ 'ਚ ਦੇਖਿਆ? ਉਹਨਾਂ ਨੇ ਤਾਂ 20 ਵਾਰੀ ਆਪਣੇ ਘਰ 'ਚ ਗੱਲ ਵੀ ਕੀਤੀ ਹੋਊ ਵੀ ਇਹਨੂੰ ਇੰਨਾ ਕੋਈ ਅੱਗੇ ਲਾਇਆ, ਜਿਹਦੇ ਕਰਕੇ ਪਰਿਵਾਰ ਨੂੰ ਅੱਜ ਸਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ 90 ਸਾਲ ਦੇ ਕਰੀਬ ਹੋ ਗਈ ਆ। ਇਸ ਟਾਈਮ ਦੇ ਵਿੱਚ ਬੰਦੇ ਦੀ ਜਾਣ ਲੱਗਿਆਂ ਸ਼ੋਭਾ ਹੁੰਦੀ ਆ, ਸਾਰਾ ਕੁਝ ਹੁੰਦਾ, ਇਹਨੇ ਉਹ ਦੁਰਗਤ ਕਰਾਈ ਆ ਸਾਰ ਪ੍ਰਕਾਸ਼ ਸਿੰਘ ਬਾਦਲ ਦੀ, ਕਿ ਕਦੀ ਲੋਕ ਇੰਟਰਨੈਟ ਦੇ ਉੱਤੇ ਉਹਨਾਂ ਨੂੰ ਜੁੱਤੀਆਂ ਮਾਰਦੇ ਨੇ, ਕਦੀ ਪੋਸਟਰ ਰੱਖ ਕੇ ਜੁੱਤੀਆਂ ਮਾਰਦੇ ਨੇ, ਜੋ ਗੰਦੇ ਮੰਦੇ ਉਹਨਾਂ ਦੀਆਂ ਪੋਸਟਾਂ ਆਉਂਦੀਆਂ ਨੇ, ਉਹ ਸਾਰੀਆਂ ਬਿਕਰਮ ਮਜੀਠੀਆ ਦੀ ਵਜ੍ਹਾ ਨਾਲ ਨੇ, ਕਿਉਂਕਿ ਇਹ ਬੰਦੇ ਨੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਫੈਲਾਇਆ, ਨਸ਼ੇ ਕਰਕੇ ਪੰਜਾਬੀ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ, ਇੰਨਾ ਜ਼ਿਆਦਾ ਸੰਤਾਪ ਪੰਜਾਬ ਨੇ ਢਾ ਲਿਆ ਕਿ ਉਹਦਾ ਜਿਹੜਾ ਭੋਗ ਜਿਹੜਾ ਉਹ ਭੋਗਣਾ ਪੈ ਰਿਹਾ, ਉਹਦਾ ਜਿਹੜਾ ਮਾੜਾ ਹਸ਼ਰ ਆ ਉਹ ਸਾਰ ਪ੍ਰਕਾਸ਼ ਸਿੰਘ ਬਾਦਲ ਨੂੰ ਭੋਗਣਾ ਪਿਆ ਇਹਦੀ ਵਜ੍ਹਾ ਦੇ ਨਾਲ। ਤੁਸੀਂ ਕਦੀ ਮਿਲੇ ਵੱਡੇ ਬਾਦਲ ਸਾਹਿਬ ਨੂੰ? ਹਾਂਜੀ, ਮਿਲਦਾ ਰਿਹਾ ਜੀ। ਉਹਨਾਂ ਦਾ ਕੀ ਵਿਊ ਪੁਆਇੰਟ ਸੀ? ਤੁਸੀਂ ਇਹ ਸਾਰੀਆਂ ਗੱਲਾਂ ਉਦੋਂ ਪਾਰਟੀ 'ਚ ਰਹਿ ਕੇ ਵੀ ਤੇ ਚੁੱਕਦੇ ਹੋਵੋਗੇ? ਮੈਂ ਪਾਰਟੀ 'ਚ ਰਹਿ ਕੇ ਸਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ 3-4 ਵਾਰੀ ਮਿਲਿਆ ਸੀਗਾ ਕਿ ਇਹਦੇ ਨਾਲ ਨਹੀਂ ਸਰ ਅਸੀਂ ਤੁਹਾਡੇ ਨਾਲ ਕੰਮ ਕਰ ਸਕਦੇ ਹਾਂ, ਪਰ ਉਹਨਾਂ ਦੀ ਇਹ ਮਜਬੂਰੀ ਸੀ, ਉਹ ਕਹਿ ਦਿੰਦੇ ਸੀ ਕਿ ਅੰਮ੍ਰਿਤਸਰ ਜ਼ਿਲ੍ਹਾ ਜਾਂ ਮਾਝਾ ਉਹਨੇ ਹੀ ਦੇਖਣਾ ਜੀ, ਫਿਰ ਮੇਰੀ ਮਜਬੂਰੀ ਬਣ ਗਈ। ਉਸ ਤੋਂ ਬਾਅਦ ਮੈਂ ਅਕਾਲੀ ਦਲ ਛੱਡਣਾ ਨਹੀਂ ਸੀ ਚਾਹੁੰਦਾ, ਮੈਂ ਕਿਹਾ ਜੀ ਕਦੀ ਕੋਈ ਸਮਾਂ ਆਊਗਾ ਚੰਗਾ, ਕੁਛ ਵੀ ਹੋਊਗਾ। ਇਹਨੇ ਪਹਿਲਾਂ ਮੇਰੇ 'ਤੇ ਪਰਚੇ ਕਰਾਏ, ਜਿਹਦੇ 'ਚੋਂ ਮਾਨਯੋਗ ਕੋਰਟ ਨੇ ਮੈਨੂੰ ਸਾਰਿਆਂ 'ਚੋਂ ਬਰੀ ਕੀਤਾ। ਝੂਠੇ ਪਰਚੇ ਦਰਜ ਕਰਾਉਣ ਦੀ ਇਹਦੀ ਆਦਤ ਹੈ, ਸਭ ਤੋਂ ਵੱਧ ਮੇਰਾ ਖਿਆਲ ਇਹਦੇ ਹਲਕੇ 'ਚ ਪਰਚੇ ਦਰਜ ਹੋਏ ਹੋਣਗੇ। ਉਸ ਤੋਂ ਬਾਅਦ ਮੇਰੇ ਬੇਟੇ ਬੱਚੇ ਨੇ ਜੀ, ਛੋਟੇ ਛੋਟੇ, ਹੁਣ 10-10, 11-11 ਸਾਲ ਦੇ ਹੋ ਗਏ ਨੇ, ਮੇਰੀ ਬੇਟੀ ਦੀ ਐਡਮਿਸ਼ਨ ਸੀਗੀ। ਅੱਛਾ ਜੀ। ਮੇਰਾ ਬੇਟਾ ਸਪਰਿੰਗ
ਅਸੀਂ ਦੋ ਸਕੂਲ ਅਫੋਰਡ ਨਹੀਂ ਕਰ ਸਕਦੇ ਕਿ ਪੇਰੈਂਟਸ ਅੱਡ ਉੱਧਰ ਤੁਰੇ ਫਿਰਨ, ਅੱਡ ਉੱਧਰ ਤੁਰੇ ਫਿਰਨ, ਨਾ ਸਾਡੇ ਕੋਲ ਇੰਨੀਆਂ ਗੱਡੀਆਂ ਨੇ ਅਤੇ ਇੱਕ ਐਡਮਿਸ਼ਨ ਲਈ ਫੋਨ ਕਰ ਦਿਓ, ਨਿਊ ਐਡਮਿਸ਼ਨ ਹੈ ਕਿ ਮੇਰੀ ਬੇਟੀ ਨੂੰ ਸੇਮ ਉੱਥੇ ਐਡਮਿਸ਼ਨ ਮਿਲ ਜਾਵੇ। ਪਤਾ ਨਹੀਂ ਇਹ ਬੰਦਾ ਐਡਾ ਹੰਕਾਰਿਆ ਸੀਗਾ, ਇਹਦੇ ਆਲੇ ਦੁਆਲੇ ਇਹਦਾ ਸਾਰਾ ਅਕਾਲੀ ਦਲ ਖੜਾ, ਔਰ ਇਹਨੇ ਮੈਨੂੰ ਉੱਠ ਕੇ ਕਹਿ ਦਿੱਤਾ ਓਏ ਤੇਰੀ ਕੁੜੀ ਨੂੰ ਸ਼ਹਿਰ ਦੇ ਵਿੱਚ ਐਡਮਿਸ਼ਨ ਕੌਣ ਦਊਗਾ, ਮੈਂ ਵੇਖੂੰਗਾ। ਉਹ ਦਿਨ ਮੇਰੇ ਲਈ ਇੱਕ ਮਤਲਬ ਟਰਨਿੰਗ ਪੁਆਇੰਟ ਸੀਗਾ। ਮੈਂ ਪਰੇਸ਼ਾਨ ਵੀ ਬੜਾ ਅਤੇ ਮਨ ਦੇ ਵਿੱਚ ਅੱਗ ਬਬੂਲਾ ਵੀ ਬੜਾ ਵੀ 5 ਸਾਲ ਦੀ ਮੇਰੀ ਬੱਚੀ ਹੈ ਯਾਰ, ਤੂੰ ਉਹਦਾ ਕੀ ਮਾੜਾ ਵੇਖ ਲਿਆ ਜਿਹੜਾ ਤੂੰ ਉਹਦੇ ਬਾਰੇ, ਤੈਨੂੰ ਬੋਲਣ ਦੀ ਤਮੀਜ਼ ਨਹੀਂ, ਅਤੇ ਜੇ ਕਿਤੇ ਰੱਬ ਨੇ ਚਾਹਿਆ ਤਾਂ ਤੇਰੇ ਨਾਲ ਟੱਕਰ ਜ਼ਰੂਰ ਲਊਂਗਾ। ਉਸ ਦੌਰਾਨ 15-20 ਦਿਨ ਬਾਅਦ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਗਈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਅੰਮ੍ਰਿਤਸਰ ਤੋਂ ਇਲੈਕਸ਼ਨ ਲੜੇ ਨੇ, ਮੈਂ ਉਹਨਾਂ ਨੂੰ ਅਪਰੋਚ ਕੀਤੀ, ਉਹਨਾਂ ਨੇ ਮੈਨੂੰ ਜੁਆਇਨ ਕਰਾਇਆ, ਮੈਂ ਪੂਰੀ ਇਲੈਕਸ਼ਨ 'ਚ ਉਹਨਾਂ ਲਈ ਕੰਮ ਕੀਤਾ। ਇਹ ਬੰਦਾ ਸਾਡੇ ਹੱਥੀਂ ਖੜਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਜਦੋਂ ਇਹ ਆਇਆ ਨਹੀਂ, ਅਸੀਂ ਰੱਜ ਕੇ ਮਿਹਨਤ ਕੀਤੀ ਸੁਖਬੀਰ ਜੀ ਨਾਲ, ਦਿੱਲੀ ਧਰਨੇ 5 ਸਾਲ ਕਾਂਗਰਸ ਨਾਲ ਮੱਥਾ ਲਾ ਕੇ ਰੱਖਿਆ, ਔਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀਗੀ, ਤੇ ਉਹ ਜਦੋਂ ਸਰਕਾਰ ਬਣ ਗਈ ਆ, ਇਹ ਸਰਦਾਰ ਸਾਹਿਬ ਫਿਰ ਉਹਦੇ ਵਿੱਚ ਸਾਰੇ ਆਪ ਚੌਧਰੀ ਬਣ ਕੇ ਬਾਕੀਆਂ ਨੂੰ ਗਰੋਰ ਮਾਰ ਕੇ, ਮੈਂ ਤਾਂ ਇਹੋ ਗੱਲ ਕਹੂੰਗਾ ਕਿ ਉਂਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ, ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤੇ ਉਸਦੇ ਖਰੀਦਦਾਰ ਆ ਗਏ। ਮਿਹਨਤ ਅਸੀਂ ਕੀਤੀ ਸਾਰਾ ਕੁਝ, ਮੇਰੇ ਵਰਗੇ ਹਜ਼ਾਰਾਂ ਨੌਜਵਾਨ ਹੋਣਗੇ ਜਿਨ੍ਹਾਂ ਸਾਰ ਸੁਖਬੀਰ ਸਿੰਘ ਬਾਦਲ ਲਈ ਮਿਹਨਤ ਕੀਤੀ, ਜਿਨ੍ਹਾਂ ਸਾਰ ਪ੍ਰਕਾਸ਼ ਸਿੰਘ ਬਾਦਲ ਲਈ ਮਿਹਨਤ ਕੀਤੀ, ਇਹਨੇ ਸਾਰਿਆਂ ਨੂੰ ਰੋਲ ਕੇ ਰੱਖ ਦਿੱਤਾ। ਅੱਛਾ ਮੇਰੀ ਗੱਲ ਸੁਣੋ ਮਨਦੀਪ ਜੀ, ਮੈਂ ਸਮਝ ਸਕਦਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਤੁਹਾਡੇ 'ਤੇ ਜਿਹੜੀ ਇਸ ਤਰ੍ਹਾਂ ਦੀਆਂ ਜਦੋਂ ਚੀਜ਼ਾਂ ਹੁੰਦੀਆਂ ਅਤੇ ਤੁਸੀਂ ਇਮੋਸ਼ਨਲੀ ਵੀ ਬੜਾ ਟੁੱਟੇ ਹੋ, ਤੁਸੀਂ ਆ ਕਾਗਜ਼ ਚਾਹੇ ਉੱਪਰ ਰੱਖ ਲਓ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ ਇਹ ਜੋ ਕੁਛ ਵੀ ਵਾਪਰਦਾ ਰਿਹਾ, ਤੁਸੀਂ ਪਾਰਟੀ ਦੇ ਨਾਲ ਜੁੜੇ ਸੀ, ਜੇ ਪਾਰਟੀ ਹਾਈਕਮਾਨ ਦੀ ਗੱਲ ਕਰੀਏ, ਵੱਡੇ ਬਾਲ ਸਾਹਿਬ ਨੇ, ਸੁਖਬੀਰ ਜੀ ਸੀਗੇ, ਤੁਸੀਂ ਉਹਨਾਂ ਕੋਲ ਜਾ ਕੇ ਗੱਲਾਂ ਰੱਖੀਆਂ, ਉਹਨਾਂ ਨੇ ਕਿਹਾ ਵੇ ਚੱਲ ਕੋਈ ਗੱਲ ਨਹੀਂ ਮਨਦੀਪ ਸਿੰਘ ਤੂੰ ਅੰਮ੍ਰਿਤਸਰ ਛੱਡ, ਤੂੰ ਇਸ ਪਾਸੇ ਆ ਕੇ ਕੰਮ ਕਰਨਾ ਸ਼ੁਰੂ ਕਰ ਦੇ, ਇੱਦਾਂ ਨਹੀਂ ਕਦੀ ਹੋਇਆ? ਗੁਰਪ੍ਰੀਤ ਜੀ ਮੈਂ ਦੱਸ ਰਿਹਾ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਸਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸਾਰ ਸੁਖਬੀਰ ਸਿੰਘ ਬਾਦਲ ਨੂੰ ਲੋਕ ਮਿਲ ਸਕਦੇ ਸੀਗੇ ਪਿਛਲੀ ਸਰਕਾਰ ਦੇ ਵਿੱਚ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਦੋਂ 10 ਸਾਲ ਰਹੀ ਹੈ, ਤੁਸੀਂ ਕੋਈ ਅੰਮ੍ਰਿਤਸਰ ਦਾ ਬੰਦਾ ਉਹਨਾਂ ਨੂੰ ਮਿਲਣ ਨਹੀਂ ਸੀ ਜਾ ਸਕਦਾ। ਜਿਹੜਾ ਬੰਦਾ ਉਹਨਾਂ ਨੂੰ ਮਿਲਣ ਜਾਂਦਾ ਸੀਗਾ, ਉਹਨੂੰ ਵਿਕਰਮ ਦਾ ਜਬਰ ਜ਼ੁਲਮ ਹਟਾਉਣਾ ਪੈਂਦਾ ਸੀਗਾ, ਉਹਨੂੰ ਉਹਦਾ ਸੰਤਾਪ ਹਟਾਉਣਾ ਪੈਂਦਾ ਸੀਗਾ, ਉਹ ਸ਼ਰਿਆਂ ਮੂੰਹ ਤੇ ਕਹਿ ਦਿੰਦਾ ਸੀਗਾ ਕਿ ਮਾਝੇ ਦਾ ਸੀ ਐਮ ਮੈਂ। ਅੱਛਾ, ਲੋਕ ਤੇ ਉੱਥੇ ਜਾਣੋ ਵੀ ਕੰਨੀ ਕਤਰਾਉਂਦੇ ਸੀਗੇ ਕਿ ਉੱਥੇ ਇਹਦੇ ਤੋਂ ਚੋਰੀ ਅਸੀਂ ਚੱਲ ਗਏ ਤੇ ਸਾਡਾ ਹਸ਼ਰ ਕੀ ਕਰੂਗਾ। ਅੱਛਾ, ਆਹ ਪ੍ਰੋਬਲਮਸ ਰਹੀਆਂ ਨੇ ਸਾਰੇ ਅਕਾਲੀ ਦਲ ਨੂੰ ਰਹੀਆਂ ਨੇ, ਜਿੰਨੇ ਬੰਦੇ ਅਕਾਲੀ ਦਲ ਨਾਲ ਸਾਡੇ ਜ਼ਿਲ੍ਹੇ ਦੇ ਸੰਬੰਧਿਤ ਨੇ, ਉਹਨਾਂ ਸਾਰਿਆਂ ਨੂੰ ਰਹੀਆਂ ਨੇ। ਅੱਛਾ ਨਹੀਂ, ਇਹ ਇੱਕ ਚੀਜ਼ ਮੈਨੂੰ ਦੱਸੋ ਕਿ ਜੇ ਇੰਨਾ ਕੁਛ ਮੰਨ ਲਓ, ਜੇ ਮੈਂ ਤੁਹਾਡੀਆਂ ਗੱਲਾਂ 'ਤੇ ਯਕੀਨ ਕਰ ਲਵਾਂ ਜੀ, ਇੰਨਾ ਕੁਛ ਜੇ ਮੰਨ ਲਓ, ਕਿਉਂਕਿ ਜੇ ਮੈਨੂੰ ਇਹ ਲੱਗਦਾ ਹੈ ਕਿ ਜੇ ਇੱਕ ਵੱਡੀ ਸਾਰੀ ਪਾਰਟੀ ਚਲਾਉਣੀ ਹੈ ਜਿਹਨੇ ਸਿਆਸਤ ਦੇ ਉੱਪਰ ਇੰਨਾ ਕੰਮ ਕਰਨਾ, ਲੋਕਾਂ ਲਈ ਕੰਮ ਕਰਨਾ, ਹੈ ਨਾ, ਉਹ ਪਾਰਟੀ ਕੀ ਇੰਨੀ ਕਮਜ਼ੋਰ ਹੋ ਗਈ ਹੋਊਗੀ ਕਿ ਵੀ ਇੱਕ ਬੰਦੇ ਦੀਆਂ ਮਨਮਾਨੀਆਂ ਦਾ ਕਰਕੇ ਉੱਧਰ ਧਿਆਨ ਨਹੀਂ ਦਿੱਤਾ ਜਾਂਦਾ ਹੋਊਗਾ? ਮੇਰੇ ਮੰਨਣ 'ਚ ਨਹੀਂ ਆਉਂਦੀਆਂ ਇਹ ਗੱਲਾਂ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਬਿਕਰਮ ਸਿੰਘ ਮਜੀਠੀਏ ਦੇ ਅੱਗੇ ਪਾਰਟੀ ਮਾਝੇ ਦੇ ਵਿੱਚ ਈਨ ਮੰਨ ਚੁੱਕੀ ਸੀਗੀ, ਉਹਦੇ ਕਰਕੇ ਪਾਰਟੀ ਦਾ ਹਸ਼ਰ ਇਹ ਹੋਇਆ ਕਿ ਸਿਰਫ ਇਹਦੀ ਸੀਟ ਜਿੱਤੀ ਗਈ। ਅਕਾਲੀ ਦਲ ਦਾ ਜੋ ਹਸ਼ਰ ਕੀਤਾ ਇਹਨੇ ਕੀਤਾ, ਮੈਂ ਤੁਹਾਨੂੰ ਆਪਣੀ ਮਿਸਾਲ ਦੇ ਰਿਹਾ ਕਿ ਸੁਖਬੀਰ ਬਾਦਲ ਜੀ ਤੇ ਉਹ ਸ਼ਰੇਆਮ ਕਹਿ ਦਿੰਦੇ ਸੀਗੇ ਕਿ ਮਾਝਾ ਉਹਨੇ ਵੇਖਣਾ, ਉਹਦੇ ਨਾਲ ਹੀ ਤੁਸੀਂ ਗੱਲ ਕਰ ਲਓ, ਮੈਂ ਉਹਨੂੰ ਕਹਿ ਸਕਦਾ ਵਾਂ। ਇਹ ਜਿਹੜਾ ਜਿੰਨਾ ਵੀ ਜੋ ਹੋਇਆ ਇਹਦੀ ਬਦੌਲਤ ਹੋਇਆ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਹਾਲਤ ਹੈ, ਇਸ ਬੰਦੇ ਦੀ ਬਦੌਲਤ ਹੈ, ਔਰ ਪਾਰਟੀ ਨੇ ਸਿਰਫ ਇਹਨੂੰ ਹੋਲੀ ਸੋਲੀ ਰੱਖਿਆ ਸੀਗਾ ਪੰਜਾਬ ਦੇ ਵਿੱਚ, ਮਾਝੇ ਦੇ ਵਿੱਚ, ਇਸ ਕਰਕੇ ਇਹ ਤਾਂ ਸਾਰਿਆਂ ਦੇ ਸਾਹਮਣੇ ਰਿਜ਼ਲਟ ਨੇ ਭਾਅ ਜੀ। ਨਹੀਂ ਤੇ ਪਰ ਜਿਹੜੇ ਪੁਰਾਣੇ ਕਹਿ ਲਓ ਟਕਸਾਲੀ ਅਕਾਲੀ ਸੀਗੇ, ਬਹੁਤ ਵੱਡੇ ਵੱਡੇ ਨੇਤਾ ਨੇ ਅਕਾਲੀ ਦਲ ਦੇ, ਉਹ ਜਿਹੜੇ ਲੀਡਰ ਨੇ, ਉਹਨਾਂ ਲੀਡਰਾਂ ਨੇ ਕਦੀ ਤੁਹਾਡੇ ਨਾਲ ਜ਼ਿਕਰ ਨਹੀਂ ਕੀਤਾ ਕਿ ਵੀ ਹਾਂਜੀ ਆਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ, ਆਪਾਂ ਇਹਨਾਂ ਨੂੰ ਜਾ ਕੇ ਵੱਡੇ ਬਾਲ ਸਾਹਿਬ ਦੇ ਖਿਆਲ 'ਚ ਲਿਆਈਏ? ਪੁਰਾਣੇ ਟਕਸਾਲੀ ਕਿਹੜੇ ਰਹਿ ਗਏ ਜੀ? ਡਾਕਟਰ ਰਤਨ ਸਿੰਘ ਸਾਡੇ ਇਲਾਕੇ ਦੇ ਮੁੱਢ ਸੀਗੇ, ਮੈਨੂੰ ਯਾਦ ਹੈ 1991-92 ਦੇ ਵਿੱਚ, 92 'ਚ ਉਹਨਾਂ ਦੀ ਇਲੈਕਸ਼ਨ ਜਦੋਂ ਜਿੱਤੀ ਗਈ ਹੈ, ਉਦੋਂ ਤੋਂ ਅਕਾਲੀ ਦਲ ਦਾ ਮੁੱਢ ਬੰਨਿਆ ਸੀ, ਉਹਨਾਂ ਦੀ ਟਿਕਟ ਕੱਟ ਦਿੱਤੀ। ਬ੍ਰਹਮਪੁਰਾ ਸਾਹਿਬ ਨੂੰ ਸਰਕਾਰ ਦੇ ਵਿੱਚ ਕੋਈ ਹਿੱਸਾ ਨਹੀਂ ਮਿਲਿਆ, ਬਾਅਦ 'ਚ ਉਹਨਾਂ ਨੂੰ MP ਲੜਾ ਕੇ ਰੱਖ ਦਿੱਤਾ, ਉਹਨਾਂ ਨੇ ਮੰਤਰੀ ਬਣਨਾ ਸੀਗਾ ਸੈਂਟਰ 'ਚ, ਮੈਨੂੰ ਪੁਰਾਣਾ ਅਕਾਲੀ ਦੱਸੋ ਨਾ ਸਾਰੇ, ਅਤੇ ਇਹਦੇ ਮਤਲਬ ਝੋਲੀ ਚੁੱਕ ਰਹਿ ਗਏ, ਇਹਦੇ ਆਲੇ ਦੁਆਲੇ ਫਿਰਨ ਵਾਲੇ, ਇਹਦੇ ਜਿੰਨੇ ਚਮਚੇ ਸੀਗੇ ਉਹ ਰਹਿ ਗਏ ਅਕਾਲੀ ਦਲ ਦੇ ਵਿੱਚ, ਪੁਰਾਣਾ ਅਕਾਲੀ ਰਹਿ ਕਿਹੜਾ ਗਿਆ ਬਾਅਦ ਚੁੱਕਣ ਵਾਲਾ, ਸਾਰੇ ਵਪਾਰੀ ਬਣ ਗਏ ਇਹਨਾਂ ਦੇ ਵਿੱਚ, ਕੋਈ ਰੇਤਾ ਦਾ ਕੰਮ ਕਰਦਾ ਰਿਹਾ, ਕੋਈ ਸ਼ਰਾਬ ਦਾ ਕੰਮ ਕਰਦਾ ਰਿਹਾ, ਕੋਈ ਬੱਸਾਂ ਦਾ ਕੰਮ ਕਰਦਾ ਰਿਹਾ, ਕੋਈ ਕੇਬਲਾਂ ਦਾ ਕੰਮ ਕਰਦਾ ਰਿਹਾ। ਅਕਾਲੀ ਮੈਨੂੰ ਗਣਾਓ ਤੇ ਸਹੀ ਕਿਹੜਾ ਅਕਾਲੀ ਹੈ ਪੁਰਾਣਾ, ਢੀਂਡਸਾ ਸਾਹਿਬ ਬਾਹਰ, ਭੁੰਦੜ ਬਾਹਰ, ਬ੍ਰਹਮਪੁਰਾ ਸਾਹਿਬ ਬਾਹਰ, ਡਾਕਟਰ ਰਤਨ ਸਿੰਘ ਬਾਹਰ, ਕਿਹੜਾ ਬੰਦਾ ਇਹਨਾਂ ਕੋਲ ਪੁਰਾਣਾ ਅਕਾਲੀ ਹੈ? ਸਾਰ ਪ੍ਰਕਾਸ਼ ਸਿੰਘ ਬਾਦਲ ਬਾਹਰ, ਅੱਛਾ, ਸਾਰਿਆਂ ਦੇ ਸਾਹਮਣੇ ਆ, ਜੋ ਰਾਜ ਚਲਾਉਂਦੇ ਸੀ ਸਾਰ ਸੁਖਬੀਰ ਸਿੰਘ ਬਾਦਲ ਚਲਾਉਂਦਾ ਸੀਗਾ ਤੇ ਸਾਰ ਬਿਕਰਮ ਸਿੰਘ ਮਜੀਠੀਆ ਚਲਾਉਂਦੇ ਸੀਗੇ। ਅੱਛਾ, ਇਹ ਜਿਹੜੀਆਂ ਚੀਜ਼ਾਂ ਵਾਪਰੀਆਂ, ਜੇ ਤੁਸੀਂ ਵੀ ਮੰਨ ਲਓ ਕਿ ਵੀ ਜਿੱਦਾਂ ਜੇ ਬਾਕੀ ਇੰਨੇ ਬੰਦੇ ਚੱਲਦੇ ਸੀ ਤੇ ਮਨਦੀਪ ਸਿੰਘ ਮਨਾ ਕਿਉਂ ਨਹੀਂ ਚੱਲਿਆ ਉਦਾਂ? ਮੈਂ ਹੁਣ ਤੁਹਾਨੂੰ ਆਪਣੀ ਮਿਸਾਲ
ਕਿ ਜਦੋਂ ਸਿੱਧੂ ਸਾਹਿਬ ਦੀ ਵਾਈਫ ਨੇ ਪਿਛਲੀ ਇਲੈਕਸ਼ਨ ਲੜੀ ਹੈ ਉਸ ਹਲਕੇ 'ਚੋਂ ਅਸੀਂ 3-4 ਅਕਾਲੀ ਦਾਅਵੇਦਾਰ ਸੀਗੇ। ਮੇਰਾ ਵਰਕ ਬਹੁਤ ਜ਼ਿਆਦਾ ਸੀਗਾ, ਮੈਨੂੰ ਸੁਖਬੀਰ ਬਾਦਲ ਨੇ ਬੁਲਾ ਕੇ ਕਿਹਾ ਕਿ ਬੇਟਾ ਆਪਾਂ ਇਹਨਾਂ ਦੀ ਮਦਦ ਕਰਨੀ ਹੈ, ਜੇ ਸਾਰੀਆਂ ਸੀਟਾਂ ਹਾਰ ਗਏ ਤਾਂ ਫਿਰ ਆਪਾਂ ਸਰਕਾਰ ਕਿੱਦਾਂ ਬਣਾਵਾਂਗੇ। ਜਦੋਂ ਸਰਕਾਰ ਬਣੀ ਸੀ ਪਿਛਲੀ, ਮੈਂ ਨੇਕ ਨੀਤੀ ਨਾਲ ਇਹਨਾਂ ਦੀ ਮਦਦ ਕੀਤੀ। ਵਿਕਰਮ ਮਜੀਠੀਆ ਮੈਨੂੰ ਸਿੱਧੂ ਨੂੰ ਹਰਾਉਣ ਲਈ ਕਹਿੰਦਾ ਰਿਹਾ, ਰੋਕਦਾ ਰਿਹਾ। ਮੈਂ ਤਾਂ ਵੀ, ਮੈਂ ਕਿਹਾ ਜੀ ਇੱਕ ਵਾਰੀ ਸੁਖਬੀਰ ਬਾਦਲ ਕੋ ਘਵਾ ਦਿਓ, ਉਹ ਹਾਰੂਗਾ ਜ਼ਰੂਰ। ਸਾਰਿਆਂ ਨੂੰ ਕਿਹੜਾ ਲੀਡਰ ਇਹਨੇ ਜਿਹੜਾ ਨਹੀਂ ਰਾਇਆ, ਮੈਨੂੰ ਦੱਸੋ। ਮੈਂ ਨਵਜੋਤ ਸਿੰਘ ਸਿੱਧੂ ਦੀ ਇਲੈਕਸ਼ਨ ਲੜੀ, ਇਲੈਕਸ਼ਨ ਲੜਨ ਤੋਂ ਬਾਅਦ ਉਹਦਾ ਦਫ਼ਤਰ ਚੱਲਿਆ 2-3 ਮਹੀਨੇ, ਉੱਥੇ ਬਹੁਤ ਰਸ਼ ਰਹਿੰਦਾ ਸੀਗਾ। ਤੁਸੀਂ ਕਿਸੇ ਕੋਲੋਂ ਅੰਮ੍ਰਿਤਸਰ ਚੋਂ ਕਨਫਰਮ ਕਰ ਸਕਦੇ ਹੋ। ਇਸ ਬੰਦੇ ਨੇ, ਇੱਕ ਬੰਦੇ ਨੂੰ ਮੇਰੇ ਕੋਲ ਭੇਜਿਆ ਫੋਨ ਦੇ ਕੇ ਕਿ ਮਨਦੀਪ ਸਿੰਘ ਬੰਨੇ ਨਾਲ ਮੇਰੀ ਗੱਲ ਕਰਾਓ ਦੀ ਕੋਠੀ 'ਚ। ਤੁਸੀਂ ਕਿੱਥੇ, ਕਿਹਦੀ ਕੋਠੀ ਬੈਠੇ? ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਵਿੱਚ। ਮੈਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਕੀਤੀਆਂ ਨੇ, ਜਦੋਂ ਇਹਨਾਂ ਮੈਨੂੰ ਇਹਨਾਂ ਦੇ ਪਰਿਵਾਰ ਦੇ ਨਾਲ ਸਾਹਮਣੇ ਬਿਠਾਇਆ ਕਿ ਇਲੈਕਸ਼ਨ ਤੁਸੀਂ ਨਾ ਲੜੋ। ਉੱਥੇ ਬੈਠੇ ਬੈਠੇ ਉਹ ਬੰਦਾ ਮੈਨੂੰ ਫੋਨ 'ਤੇ ਇਹਦੇ ਨਾਲ ਗੱਲ ਕਰਾ ਕੇ ਮੈਨੂੰ ਅੱਗੋਂ ਕੀ ਕਹਿੰਦਾ, ਵਿਕਰਮ ਸਿੰਘ ਮਜੀਠੀਆ, ਓਏ ਸਿੱਧੂ ਦੀ ਕੋਠੀ 'ਤੇ ਕੁੱਤੇ ਭੌਂਕਦੇ ਸੀਗੇ, ਤੂੰ ਰੌਣਕਾਂ ਲਾ ਦਿੱਤੀਆਂ ਇੱਥੇ। ਜੇ ਅੱਜ ਤੋਂ ਬਾਅਦ ਇਹਦੀ ਕੋਠੀ ਵੜਿਆ ਅਤੇ ਤੇਰਾ ਪਰਿਵਾਰ ਅਤੇ ਤੇਰੀ ਗੱਡੀ ਮੈਂ ਇਸ ਤਰ੍ਹਾਂ ਉਡਾਉਣੀ ਜਿਸ ਤਰ੍ਹਾਂ ਸਾਊਥ ਦੀਆਂ ਫਿਲਮਾਂ 'ਚ ਗੱਡੀਆਂ ਉੱਡਦੀਆਂ ਨੇ। ਅੱਛਾ, ਮੈਂ ਦੋ ਲੀਡਰਾਂ ਦੀ ਤੁਹਾਨੂੰ ਕਰਤੂਤ ਲੱਗਾ ਦੱਸਣਾ, ਵਿੱਚ ਹੀ ਉਹਦੀ ਵੀ, ਨਵਜੋਤ ਸਿੰਘ ਸਿੱਧੂ ਦੀ। ਮੈਨੂੰ ਡਰ ਭਾਉ ਨਹੀਂ ਹੈ, ਹਰ ਬੰਦੇ ਨੂੰ ਮੈਂ ਟਾਰਗੇਟ ਨਹੀਂ ਕਰਦਾ, ਪਰ ਜਿਹਨਾਂ ਬੰਦਿਆਂ ਨੂੰ ਮੈਂ ਨੇੜਿਓਂ ਜਾਣਦਾ, ਜਿਹਨਾਂ ਨੂੰ ਮੈਂ ਵੇਖਿਆ ਕਿ ਕਿਸੇ ਕਾਬਲ ਹੀ ਨਹੀਂ ਹੈਗੇ, ਉਹਨਾਂ ਖਿਲਾਫ਼ ਮੈਂ ਮੋਰਚਾ ਜ਼ਰੂਰ ਖੋਲਦਾ। ਮੈਂ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਆਖੀ ਕਿ ਮੈਨੂੰ ਆਹ ਧਮਕੀ ਲਾਈ ਹੈ ਔਰ ਮੈਂ ਜ਼ਿੰਦਗੀ 'ਚ ਈਨ ਨਹੀਂ ਮੰਨੀ ਕਿਸੇ ਦੀ, ਮੇਰੇ ਮਗਰ ਖਲੋਏਗਾ, ਮੈਂ ਇਹਨੂੰ ਮਤਲਬ ਜਵਾਬ ਦੇਣਾ, ਅਤੇ ਜਵਾਬ ਮੈਂ ਮੀਡੀਆ ਰਾਹੀਂ ਦੇਣਾ ਸੀਗਾ, ਮੈਂ ਇਹਦੇ ਖਿਲਾਫ਼ ਸ਼ਹਿਰ ਦੇ ਵਿੱਚ ਮੋਰਚਾ ਖੋਲ੍ਹਣਾ ਸੀਗਾ। ਮੇਰਾ ਗੁੱਟ ਫੜ ਕੇ ਕਹਿੰਦੇ ਨੇ ਨਾ, ਅਜੇ ਨਹੀਂ, ਟਾਈਮ ਨਹੀਂ ਆਇਆ। ਮੈਂ ਕਿਹਾ ਜੀ ਟਾਈਮ ਕਦੋਂ ਆਉਣਾ, ਸਰਕਾਰ ਹੈ ਤੁਹਾਡੀ, ਬੀਜੇਪੀ ਦੇ ਤੁਸੀਂ ਮੋਢੀ ਹੋ, ਸਰਕਾਰ ਦੇ ਵਿੱਚ ਵੱਡਾ ਤੁਹਾਡਾ ਯੋਗਦਾਨ ਹੈ ਇਹਨੂੰ ਬਣਾਉਣ ਦੇ ਵਿੱਚ, ਅਤੇ ਕਦੋਂ ਮੈਂ ਮਤਲਬ ਇਹਦੇ ਖਿਲਾਫ਼ ਆਪਾਂ ਮੋਰਚਾ ਖੋਲ੍ਹਾਂਗੇ, ਕਦੋਂ ਇਹਦੇ ਤੋਂ ਲੋਕਾਂ ਨੂੰ ਆਪਾਂ ਨਿਜਾਤ ਦਵਾਵਾਂਗੇ। ਉਹ ਬੰਦਾ ਨਹੀਂ ਮੰਨਿਆ। ਮੇਰੇ ਮਨ 'ਚ ਆਇਆ ਕਿ ਸ਼ਾਇਦ ਇਹਦਾ ਸੁਭਾਅ ਹੋਊਗਾ, ਮੇਰੇ ਕਰਕੇ ਨਹੀਂ ਕਿਸੇ ਨਾਲ ਲੜ ਸਕਦਾ। ਉਸ ਗੱਲ ਦਾ ਮੈਨੂੰ ਮਾਸਾ ਰੰਜ ਨਹੀਂ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ। ਸ਼ਾਮ ਨੂੰ ਨਵਜੋਤ ਸਿੰਘ ਸਿੱਧੂ ਦਾ PA ਜਿਹੜਾ ਅੱਜ ਵੀ ਉਹਦਾ PA ਹੈ, ਉਹਦਾ PA ਮੈਨੂੰ ਰਾਤ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਿਆ। ਮੈਨੂੰ ਕਹਿੰਦਾ ਜੀ ਇਸ ਬੰਦੇ ਦੇ ਸਿਰ 'ਤੇ ਪੰਗਾ ਲੈਣਾ ਚਾਹੁੰਦੇ ਹੋ? ਮੈਂ ਕਿਹਾ ਹਾਂ, ਜਦੋਂ ਮੈਂ ਕੰਮ ਇਹਦੇ ਲਈ ਕਰਦਾ ਤਾਂ ਫਿਰ ਮੈਂ ਪੰਗਾ ਇਹਦੇ ਸਿਰ 'ਤੇ ਲਊਂਗਾ ਨਾ। ਮੈਨੂੰ ਕਹਿੰਦਾ ਜੀ ਪਹਿਲਾਂ ਇਹਦਾ ਫੋਨ ਚੈੱਕ ਕਰੋ। ਮੈਂ ਉਹਦਾ ਫੋਨ ਚੈੱਕ ਕੀਤਾ ਅਤੇ ਇਹ ਦੋਵੇਂ ਜੀ ਉਹਨੂੰ ਸੌਰੀ ਦੇ ਮੈਸੇਜ ਲਿਖਦੇ ਹੁੰਦੇ ਸੀ ਵਿਕਰਮ ਮਜੀਠੀਆ ਨੂੰ ਕਿ ਅਸੀਂ ਜਦੋਂ ਚਲੇ ਜਾਵਾਂਗੇ, ਮੈਂ ਬੰਬੇ ਚਲੇ ਜਾਣਾ ਅਗਲੇ ਮਹੀਨੇ, ਇਸ ਤੋਂ ਬਾਅਦ ਤੂੰ ਜੋ ਕਰਨਾ ਕਰ ਲਵੀਂ। ਆਹ ਮੇਰੇ ਨਾਲ ਉਸ ਦਿਨ ਤੋਂ ਬਾਅਦ ਮੇਰਾ ਮਨ ਇਹਨਾਂ ਤੋਂ ਇੰਨਾ ਜ਼ਿਆਦਾ ਟੁੱਟਿਆ, ਮੈਂ ਆਪਣੇ ਘਰ ਬੈਠ ਗਿਆ ਆ ਕੇ, ਸਾਲ 1.5 ਸਾਲ ਮੈਂ ਘਰ ਬੈਠਾ। ਉਸ ਤੋਂ ਬਾਅਦ ਮੇਰੀ ਬੇਟੀ ਦੀ ਐਡਮਿਸ਼ਨ ਲਈ ਮੈਂ ਇਹਦੇ ਕੋਲ ਗਿਆ। ਇਹਦੇ ਮੂੰਹ 'ਚੋਂ ਲਫ਼ਜ਼ ਨਿਕਲੇ ਜਾਂ ਕਿੱਦਾਂ ਹੈ ਇਹਨੂੰ ਮੈਨੇ ਜਾਣ ਬੁੱਝ ਕੇ ਕੱਢੇ, ਉਹ ਮੇਰੀ ਜ਼ਿੰਦਗੀ ਦਾ ਜਿਹੜਾ ਟਰਨਿੰਗ ਪੁਆਇੰਟ ਸੀਗਾ ਵੀ ਹੁਣ ਮਰਨਾ ਤਾਂ ਹੈ ਹੀ ਹੈ ਯਾਰ ਜ਼ਿੰਦਗੀ 'ਚ, ਕਿੰਨਾ ਕੁ ਡਰ ਕੇ ਮਰਾਂਗੇ। ਫਿਰ ਮੈਂ ਉਸ ਤੋਂ ਬਾਅਦ ਇਸ ਬੰਦੇ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਔਰ ਉਦੋਂ ਇਹਦੀ ਸਰਕਾਰ 2.5-3 ਸਾਲ ਰਹੀ ਹੈ। ਅੱਛਾ, ਇਹ ਜਿਹੜੇ ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰ ਰਹੇ, ਸਿੱਧੂ ਸਾਹਿਬ ਉਦੋਂ ਭਾਜਪਾ ਨਾਲ ਸੀਗੇ? ਹਾਂਜੀ, ਭਾਜਪਾ ਨਾਲ ਸੀ। ਅਤੇ ਫਿਰ ਸਿੱਧੂ ਸਾਹਿਬ ਕਾਂਗਰਸ 'ਚ ਚਲੇ ਗਏ, ਹੁਣ ਸਿੱਧੂ ਸਾਹਿਬ ਬੜਾ ਮਜੀਠੀਆ ਸਾਹਿਬ ਬਾਰੇ ਵੀ ਵਾਰ ਬੋਲਦੇ ਨੇ, ਅਤੇ ਫਿਰ ਹੁਣ ਇਹ ਹੱਲਾਸ਼ੇਰੀ ਦਾ ਮੈਂ ਦੱਸਣ ਲੱਗਾ ਜੀ। ਸਿੱਧੂ ਸਾਹਿਬ ਨੂੰ ਜਦੋਂ ਸਿੱਧੂ ਸਾਹਿਬ ਨੇ ਇੱਥੋਂ ਇਲੈਕਸ਼ਨ ਲੜਨੀ ਸੀਗੀ, ਮੈਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਦਿੱਲੀ ਬੁਲਾਇਆ। ਅਸੀਂ ਜਿੰਨੇ ਵੀ ਉਸ ਇਲਾਕੇ ਦੇ ਦਾਅਵੇਦਾਰ ਸੀਗੇ, ਮੈਂ ਵਰਕਿੰਗ ਬੜੀ ਕੀਤੀ। ਮੈਨੂੰ ਕਹਿੰਦੇ ਨੇ ਕਿ ਬੇਟਾ ਇਹ ਹਾਈਕਮਾਂਡ ਨੇ ਫੈਸਲਾ ਕਰ ਲਿਆ ਕਿ ਨਵਜੋਤ ਸਿੰਘ ਸਿੱਧੂ ਉੱਥੋਂ ਇਲੈਕਸ਼ਨ ਲੜਨਗੇ ਜਾਂ ਇਹਨਾਂ ਦੀ ਵਾਈਫ ਲੜੂਗੀ ਇੱਕ ਜਣਾ। ਮੈਂ ਕਿਹਾ ਸਰ ਇਹ ਜਿੰਨੇ ਬੰਦੇ ਬੈਠੇ ਨੇ ਤੁਸੀਂ ਇਹਨਾਂ 'ਚੋਂ ਕਿਸੇ ਨੂੰ ਟਿਕਟ ਦੇ ਦਿਓ। ਇਸ ਬੰਦੇ ਦੇ ਮੈਨੂੰ ਪਿਛਲੀ ਵਾਰੀ ਹੱਥ ਲੱਗੇ ਨੇ, ਮੈਂ ਅਸੀਂ ਇਹਦਾ ਵਿਰੋਧ ਕਰਨਾ, ਮੈਂ ਇਹਦੇ ਨਾਲ ਨਹੀਂ ਚੱਲ ਸਕਦਾ। ਔਰ ਜ਼ਮੀਰ ਮਾਰ ਕੇ ਨਾ ਮੈਂ ਜ਼ਿੰਦਗੀ 'ਚ ਕੋਈ ਕੰਮ ਕੀਤਾ ਨਾ ਮੈਂ ਕਰਨਾ। ਜਿਹੜਾ ਸਾਡਾ ਹਲਕਾ ਹੈ ਈਸਟ, ਜਿੱਥੋਂ ਮਿਸਟਰ ਨਵਜੋਤ ਸਿੰਘ ਸਿੱਧੂ MLA ਨੇ, ਮੰਤਰੀ ਨੇ, ਜਿੱਥੋਂ ਉਹ ਨਰੋਲ ਕਾਂਗਰਸੀ ਹਲਕਾ। ਇਹ ਐਵੇਂ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਲੀਡ ਨਹੀਂ ਮਿਲੀ, ਉਹ ਕਾਂਗਰਸ ਨੂੰ ਲੀਡ ਮਿਲੀ ਆ। ਮੈਂ ਤੈਨੂੰ ਕਿਹਾ ਸੀਗਾ ਕਿ ਜੇ ਤੂੰ ਇੰਨਾ ਤੇਰੇ 'ਚ ਦਮ ਸੀਗਾ ਤੇ ਤੂੰ ਆਪਣੀ ਜਿਹੜੀ ਤੇਰੀ ਉਹ ਪਾਰਟੀ ਬਣਾਈ ਸੀ, ਤੂੰ ਬਰਬਾਦੇ ਪੰਜਾਬ ਜਿਹਦਾ ਨਾਂ ਰੱਖਿਆ ਸੀਗਾ, ਉਹਦੇ ਵੱਲੋਂ ਇਲੈਕਸ਼ਨ ਲੜਦਾ ਤੇ ਤੈਨੂੰ ਤੇਰੀ ਜਿਹੜੀ ਹੈਸੀਅਤ ਉਹ ਪਤਾ ਲੱਗ ਜਾਂਦੀ। ਤੂੰ ਸੇਫ ਹਲਕਾ ਵੀ ਚੁਣਿਆ, ਅੱਜ ਤੂੰ ਗੱਲਾਂ ਕਰਦਾ ਮੇਰਾ ਕੱਦ ਬਾਦਲਾਂ ਦੇ ਬਰਾਬਰ ਦਾ, ਤੇ ਇਲੈਕਸ਼ਨ ਤੂੰ ਬਾਦਲ ਦੇ ਖਿਲਾਫ਼ ਲੜਦਾ ਨਾ। ਉਦੋਂ ਤੇ ਸਾਡੇ ਸ਼ਹਿਰ 'ਚੋਂ ਜੋਸ਼ੀ ਸੀਗਾ, ਉਹਦੇ ਸਾਹਮਣੇ ਵੀ ਤੂੰ ਇਲੈਕਸ਼ਨ ਲੜਨੋਂ ਭੱਜ ਗਿਆ। ਮੈਂ ਫਿਰ ਕੈਪਟਨ ਸਾਹਿਬ ਨੂੰ ਕਿਹਾ ਕਿ ਮੈਂ ਕਿਹਾ ਸਰ ਤੁਸੀਂ ਇੰਨੇ ਬੰਦਿਆਂ 'ਚੋਂ ਟਿਕਟ ਦੇ ਦਿਓ, ਮੈਨੂੰ MLA ਬਣਨ ਦਾ ਸ਼ੌਂਕ ਨਹੀਂ, ਮੈਨੂੰ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਫਿਰ ਕਹਿੰਦਾ ਨਾ, ਮੈਨੂੰ MP ਬਣਨ ਦਾ ਸ਼ੌਂਕ ਹੈ, ਪਰ ਜੇ ਇਹ ਬੰਦਾ ਇਲੈਕਸ਼ਨ ਲੜੂਗਾ ਤਾਂ ਮੈਂ ਇਹਦੇ ਸਾਹਮਣੇ ਇਲੈਕਸ਼ਨ ਜ਼ਰੂਰ ਲੜਨੀ। ਜੇ ਸਾਡਾ ਹਲਕਾ ਅੰਦਰੋਲ ਕਾਂਗਰਸੀ ਹੈ, ਇਹ ਦੁਨੀਆ ਦਾ ਬੜਾ ਵੱਡਾ ਚਿਹਰਾ ਹੈ, ਮੈਨੂੰ ਪਤਾ ਮੇਰੀ ਹਾਰ ਪੱਕੀ ਹੈ ਔਰ ਬੁਰੀ ਤਰ੍ਹਾਂ ਹਾਰ ਹੈ, ਪਰ ਮੈਂ ਇਲੈਕਸ਼ਨ ਜ਼ਰੂਰ ਇਹਦੇ ਸਾਹਮਣੇ ਲੜੂੰਗਾ, ਇਹਨੂੰ ਮੈਂ ਦੱਸੂੰਗਾ ਕਿ ਹਰ ਬੰਦਾ ਵਿਖਦਾ ਅਤੇ ਡਰਦਾ ਨਹੀਂ ਹੁੰਦਾ, ਔਰ ਮੈਂ ਇਲੈਕਸ਼ਨ ਲੜੀ ਉੱਥੋਂ। ਅੱਛਾ, ਇੱਕ ਗੱਲ ਦੱਸੋ ਮਨਦੀਪ ਜੀ, ਇਹ ਇੱਦਾਂ ਤਾਂ ਨਹੀਂ ਲੱਗਦਾ ਕਿ ਵੀ
ਗੁਰਪ੍ਰੀਤ ਭਾਜੀ, ਮੇਰਾ ਸਿਆਸਤ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਦੀ ਕਿਸੇ ਕੋਲੋਂ ਕੋਈ ਅਹੁਦਾ ਨਹੀਂ ਮੰਗਿਆ। ਮੈਂ ਕਾਂਗਰਸ ਲਈ ਲਗਾਤਾਰ 1.5-2 ਸਾਲ ਕੰਮ ਕੀਤਾ, ਔਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਗਵਾਹੀ ਦੇ ਸਕਦੇ ਨੇ। ਮੈਂ ਇੱਕ ਸਿੰਗਲ ਵਾਰੀ ਵੀ ਇੱਕ ਵਾਰੀ ਨਹੀਂ ਕਿਹਾ ਕਿ ਮੈਨੂੰ ਪਾਰਟੀ 'ਚ ਪੋਸਟ ਚਾਹੀਦੀ ਹੈ। ਮੇਰੀ ਕਾਰਗੁਜ਼ਾਰੀ ਵੇਖ ਕੇ, ਮੇਰਾ ਬੋਲਣਾ ਦੇਖ ਕੇ, ਡਿਬੇਟਸ ਦੇਖ ਕੇ ਉਹਨਾਂ ਨੇ ਮੈਨੂੰ ਕਾਂਗਰਸ ਪਾਰਟੀ ਦਾ ਬੁਲਾਰਾ ਬਣਾਇਆ, ਔਰ ਉਹ ਮੈਂ ਰਿਹਾ ਬੁਲਾਰਾ। ਜੇ ਤੁਸੀਂ ਕਹੋ ਕਿ ਮੈਂ ਵੱਡੇ ਲੀਡਰ ਟਾਰਗੇਟ, ਵੱਡੇ ਲੀਡਰ ਇਹਨਾਂ ਤੋਂ ਵੱਡੇ ਪੰਜਾਬ 'ਚ ਹੈਗੇ ਨੇ, ਹਿੰਦੁਸਤਾਨ 'ਚ ਹੋਰ ਵੀ ਹੈਗੇ ਨੇ, ਜਿਨ੍ਹਾਂ ਨੂੰ ਮੈਂ ਆਪਣੀ ਅੱਖੀਂ ਦੇਖ ਲਿਆ, ਉਹਨਾਂ ਦਾ ਮੈਂ ਮਤਲਬ ਦੇਖ ਲਿਆ ਕੰਮ ਕਰਨ ਦਾ ਤਰੀਕਾ, ਮੈਨੂੰ ਲੱਗਦਾ ਵੀ ਇਹ ਸ਼ਦਾਈ ਬਣਾਉਂਦੇ ਨੇ, ਮੈਂ ਉਹਨਾਂ ਦੇ ਖਿਲਾਫ਼ ਮੋਰਚਾ ਖੋਲਦਾ। ਹੁਣ ਜੋਸ਼ੀ ਤਾਂ ਏਡਾ ਵੱਡਾ ਲੀਡਰ ਨਹੀਂ ਸੀ ਜਿਹਦੇ ਖਿਲਾਫ਼ ਮੈਂ 2 ਸਾਲ ਮੋਰਚਾ ਖੋਲ ਛੱਡਿਆ। ਉਹ ਕਹਿੰਦਾ ਮੈਂ ਵਿਕਾਸ ਬੜਾ ਕਰਾਇਆ, ਵਿਕਾਸ ਤੇ ਆਪਣਾ ਆਇਆ, ਇੱਕ ਕੱਪੜੇ ਦੀ ਦੁਕਾਨ ਤੋਂ ਤੂੰ ਉੱਠਿਆ, ਔਰ ਅੱਜ ਤੇਰੇ ਕੋਲ 7,000 ਕਰੋੜ ਰੁਪਈਏ ਦੀ ਪ੍ਰਾਪਰਟੀ ਹੈ, ਉਹਦੀਆਂ ਪੋਲਾਂ ਮੈਂ ਖੋਲੀਆਂ ਕਿ ਵਿਕਾਸ ਹੋਇਆ, ਪਰ ਇਹਦੇ ਵਿੱਚ ਪੈਸਾ ਬੜਾ ਖਾਧਾ। ਮਤਲਬ ਅੱਛਾ, ਚਲੋ ਆਪਾਂ ਉੱਧਰ ਆਉਂਦੇ, ਕੁਝ ਇੱਕ ਸਵਾਲ ਤੁਹਾਡੇ ਲਈ ਵੀ ਨੇ। ਅੱਛਾ, ਕਰਮਜੀਤ ਸਿੰਘ ਐਡਮਿੰਟਨ ਤੋਂ ਕਹਿੰਦੇ ਕਿ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮਜੀਠੀਆ ਸਾਹਿਬ 1 ਕਿੱਲੇ 'ਚ ਕੋਠੀ ਬਣਾ ਰਹੇ, ਹੁਣ ਤੁਸੀਂ ਕਹਿ ਰਹੇ ਹੋ 4 ਕਿੱਲਿਆਂ 'ਚ ਬਣਾ ਰਹੇ ਜੀ, ਇਹ ਫਰਕ ਕੀ ਹੈ ਜੀ? ਸਰ, ਮੈਂ 1 ਕਿੱਲੇ ਦੀ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮਜੀਠੀਆ 1 ਕਿੱਲੇ ਦੇ ਵਿੱਚ ਆਪਣੀ ਕੋਠੀ ਬਣਾ ਰਿਹਾ। ਕੱਲ੍ਹ ਮੈਂ ਉਹ ਜਗ੍ਹਾ ਦੇਖ ਕੇ ਆਇਆ, ਕੱਲ੍ਹ ਮੈਨੂੰ ਪਤਾ ਲੱਗਾ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਉਹਨੇ 4 ਕਿੱਲੇ ਦੀ 4 ਦੁਆਰੀ ਕਿਲੇ ਵਾਂਗ ਕੀਤੀ ਹੋਈ ਹੈ। ਉੱਥੇ ਮੈਨੂੰ ਉਹ ਦੱਸਣ 'ਚ ਭੁਲੇਖਾ ਲੱਗ ਗਿਆ, ਮੈਂ ਨਹੀਂ ਕਿ ਵੱਧ ਦੱਸੀ, ਮੈਂ ਘੱਟ ਤੋਂ ਬਾਅਦ ਵੱਧ ਦੱਸੀ ਹੈ। ਤੁਸੀਂ ਉੱਥੇ ਜਾ ਕੇ, ਤੁਹਾਡੇ ਅੰਮ੍ਰਿਤਸਰ ਕੋਈ ਬੰਦਾ ਹੋਏਗਾ ਜਾਂ ਪੰਜਾਬ 'ਚ ਕਰਮਜੀਤ ਜੀ, ਉਹਨੂੰ ਪੁੱਛ ਸਕਦੇ ਹੋ ਕਿ ਮਜੀਠੀਏ ਨੇ ਉਹ ਜਗ੍ਹਾ ਕਿੱਥੋਂ ਲਈ। ਅਤੇ ਜਗ੍ਹਾ ਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਜਗ੍ਹਾ ਦੀ ਰਜਿਸਟਰੀ ਪਹਿਲਾਂ ਬਿੱਟੂ ਔਲਖ ਦੇ ਮਾਮੇ ਦੇ ਨਾਂ 'ਤੇ ਕਰਾਈ ਗਈ, ਪਾਲ ਸਿੰਘ ਦੇ ਨਾਂ 'ਤੇ। ਉਸ ਤੋਂ ਬਾਅਦ ਜਦੋਂ ਆ ਇਲੈਕਸ਼ਨ ਦਾ ਦੌਰ ਚੱਲਿਆ, ਬਿਕਰਮ ਮਜੀਠੀ ਨੇ ਆਪਣੇ ਫੈਮਿਲੀ ਮੈਂਬਰ ਦੇ ਨਾਂ 'ਤੇ ਰਜਿਸਟਰੀ ਉੱਥੋਂ ਕਰਾਈ। ਅੱਛਾ ਜੀ, ਇਹ ਬਿੱਟੂ ਔਲਖ ਉਹੀ? ਬਿੱਟੂ ਔਲਖ ਉਹੀ, ਇਹ ਕਹਿੰਦਾ ਮੇਰੇ ਖਿਲਾਫ਼ ਪਰੂਫ ਨਹੀਂ ਹੈਗੇ। ਮੈਂ ਸਿਰਫ ਸਿੰਪਲ ਇਹਨੂੰ 7 ਕੁਐਸਚਨ ਕੀਤੇ ਸੀਗੇ ਕਿ ਮੈਂ ਵੀ ਤੁਹਾਡੇ ਵਰਗਾ ਇੱਕ ਆਮ ਜਿਹਾ ਨਾਗਰਿਕ ਹਾਂ, ਮੈਂ ਨਾ ਕਿਸੇ ਪਾਰਟੀ 'ਚ ਹਾਂ, ਇਸ ਵੇਲੇ ਇੰਡੀਪੈਂਡੈਂਟ ਹਾਂ, ਮੈਂ ਤੁਹਾਡੇ ਵਰਗਾ ਹੀ ਹਾਂ। ਮੈਂ ਇਹਨੂੰ 5-7 ਸਵਾਲ ਕੀਤੇ ਸੀ ਕਿ ਇਹਨਾਂ 7 ਸਾਲਾਂ ਦੇ ਸਾਨੂੰ ਜਵਾਬ ਦੇ ਦਿਉ, ਹਰ ਬੰਦਾ ਤੇਰੇ ਕੋਲ ਮੰਗਣਾ ਚਾਹੁੰਦਾ, ਉਸ ਤੋਂ ਬਾਅਦ ਤੈਨੂੰ ਕਲੀਨ ਚਿੱਟ ਹੈ। ਨੰਬਰ 1, ਸੱਤਾ ਤੇਰੇ ਘਰ ਕੀ ਕਰਨ ਆਉਂਦਾ ਸੀਗਾ? ਤੂੰ ਕੈਨੇਡਾ ਜਾ ਕੇ ਸੱਤੇ ਕੋਲ ਕਿਉਂ ਰਹਿੰਦਾ ਸੀਗਾ? ਸੱਤੇ ਨੂੰ ਸਿਕਿਉਰਿਟੀ ਕਿਉਂ ਪ੍ਰੋਵਾਈਡ ਕੀਤੀ ਜਾਂਦੀ ਸੀਗੀ? ਉਹ ਕੀ ਏਡੀ ਵੱਡੀ ਹਸਤੀ ਸੀਗਾ? ਬਿੱਟੂ ਦੇ ਘਰ ਤੇਰਾ ਆਉਣਾ ਜਾਣਾ ਕਿਉਂ ਲੱਗਾ ਰਹਿੰਦਾ ਸੀਗਾ, ਔਰ ਉਹ ਤੇਰੇ ਘਰ ਕਿਉਂ ਆਉਂਦਾ ਜਾਂਦਾ ਸੀਗਾ? ਚਾਲ ਦੇ ਫਾਰਮ ਹਾਊਸ ਤੇ ਤੂੰ ਕੀ ਕਰਨ ਜਾਂਦਾ ਸੀਗਾ? ਈਡੀ ਨੇ ਤੈਨੂੰ ਸੰਮਣ ਕਿਉਂ ਕੀਤੇ? ਇਹੋ ਜਿਹੇ 5-7 ਸਵਾਲ ਸੀਗੇ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਜਵਾਬ ਦੇ। ਉਸ ਤੋਂ ਬਾਅਦ ਅਸੀਂ ਮੰਨਾਂਗੇ, ਸਾਨੂੰ ਵੀ ਲੱਗੂਗਾ ਵੀ ਹਾਂ ਤੇਰਾ ਕੋਈ ਕਸੂਰ ਨਹੀਂ, ਪਰ ਇਹਦੇ ਉੱਤੇ ਤੁਸੀਂ ਇੱਕ ਗੈਂਗਸਟਰ ਛੋਟਾ ਜਿਹਾ, ਇੱਕ ਟੁੱਟਾ ਜਿਹਾ ਏਟੀਐਮ ਲੁੱਟ ਲਵੇ ਨਾ ਭਾਜੀ, ਤੇ ਮੇਰੇ ਘਰ ਆ ਕੇ ਗਨ ਪੁਆਇੰਟ ਦੇ ਉੱਤੇ ਰਹਿ ਲਵੇ ਕਿਸੇ ਦੇ ਵੀ, ਤੇ ਮੇਰਾ ਖਿਆਲ ਉਹਨੂੰ ਬੰਦੇ ਨੇ ਜ਼ਬਰਦਸਤੀ ਠਹਿਰਿਆ ਹੋਵੇ ਤੇ ਪੁਲਿਸ ਉਹਨੂੰ ਸਵੇਰੇ ਚੁੱਕ ਲੈਂਦੀ ਹੈ। ਇਹਦੇ ਘਰ ਜਿਹੜੇ ਸਮੈਕ ਦੇ, ਪੰਜਾਬ ਦੇ ਅੰਨਦਾਤਾ ਨੇ ਜਿਹਨਾਂ ਸਮੈਕ ਪੈਦਾ ਕੀਤੀ ਪੰਜਾਬ 'ਚ, ਵੇਚੀ ਹੈ, ਉਹ ਇਹਦੇ ਘਰ ਆ ਕੇ ਮਹੀਨਾ ਮਹੀਨਾ ਰਹਿਣ, ਔਰ ਪੁਲਿਸ ਨੇ ਇਹ ਵੀ ਮੁਨਾਸਬ ਨਹੀਂ ਸਮਝਿਆ ਵੀ ਇਹਨੂੰ ਪੁੱਛ ਗਿੱਛ ਕੀਤੀ ਜਾ ਸਕੇ। ਚਲੋ, ਇਹ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਜੇ ਤੁਹਾਡੇ ਜ਼ਿਹਨ 'ਚ ਕੋਈ ਵੀ ਸਵਾਲ ਹੋਵੇ ਮਨਦੀਪ ਸਿੰਘ ਮੰਨਾ ਹੋਰਾਂ ਕੋਲੋਂ, ਤੁਸੀਂ ਅੱਜ ਪੁੱਛਣਾ ਚਾਹੋ, ਕਿਉਂਕਿ ਇਹ ਬਹੁਤ ਸਾਰੀਆਂ ਤੁਹਾਡੀਆਂ ਗੁਜ਼ਾਰਿਸ਼ਾਂ ਆਈਆਂ ਕਿ ਮਨਦੀਪ ਸਿੰਘ ਮੰਨਾ ਹੋਰਾਂ ਦੇ ਨਾਲ ਆਪਾਂ ਜ਼ਰੂਰ ਤੁਹਾਡੀ ਗੱਲਬਾਤ ਕਰਵਾਈਏ। ਸੋ ਅੱਜ ਇਹ ਲਾਈਵ ਆਪਣੇ ਨਾਲ ਬੈਠੇ ਗੱਲਬਾਤ ਕਰ ਰਹੇ ਨੇ। ਸੋ ਕੋਈ ਵੀ ਸਵਾਲ ਤੁਹਾਡੇ ਜ਼ਿਹਨ 'ਚ ਆਉਂਦਾ, ਕਿਉਂਕਿ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ਹੋਰ ਹੁੰਦੇ ਨੇ, ਅਤੇ ਮੇਰਾ ਤਾਂ ਚਲੋ ਖੈਰ ਸੁਭਾਅ ਹੀ ਨਹੀਂ, ਪਲੱਸ ਪ੍ਰਾਈਮ ਏਸ਼ੀਆ ਟੀਵੀ ਦਾ ਪਲੈਟਫਾਰਮ ਇਹੋ ਜਿਹਾ ਪਲੈਟਫਾਰਮ ਆ ਕਿ ਅਸੀਂ ਅਗਲੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਹਾਂ। ਸੋ ਮਨਦੀਪ ਸਿੰਘ ਮੰਨਾ ਹੋਰਾਂ ਦੀਆਂ ਗੱਲਾਂ ਦੇ ਵਿੱਚ ਜਿਹੜੇ ਵੀ ਸਵਾਲ ਤੁਹਾਨੂੰ ਲੱਗਣ, ਜਿੱਦਾਂ ਕਿ ਇਹਨਾਂ ਦੀ ਉਹ ਕਿੰਨੇ ਕਿੱਲਿਆਂ 'ਚ ਕੋਠੀ ਹੈ, ਕਿੱਦਾਂ ਹੈ, ਉਹਦੇ ਬਾਰੇ ਵੀ ਤੁਸੀਂ ਪੁੱਛਿਆ, ਹੋਰ ਵੀ ਬਹੁਤ ਸਾਰੇ ਸਵਾਲ ਨੇ, ਮੈਂ ਉਹ ਵੀ ਕਰਾਂਗੇ ਇਹਨਾਂ ਨੂੰ। ਜੇ ਤੁਹਾਡੇ ਜ਼ਿਹਨ 'ਚ ਹੋਵੇ ਤਾਂ ਤੁਸੀਂ ਵਟਸਐਪ ਦੇ ਜ਼ਰੀਏ ਆਪਣਾ ਸਵਾਲ ਭੇਜ ਸਕਦੇ ਹੋ, ਯੂਟਿਊਬ ਦੇ ਨੀਚੇ ਕਮੈਂਟ ਦੇ ਰੂਪ ਵਿੱਚ ਸਵਾਲ ਕਰਦੇ ਹੋ, ਜਾਂ ਫਿਰ ਟੋਲ ਫਰੀ ਨੰਬਰ ਹੈ ਪ੍ਰਾਈਮ ਏਸ਼ੀਆ ਟੀਵੀ ਦਾ, ਤੁਸੀਂ ਉੱਤੇ ਕਾਲ ਕਰ ਸਕਦੇ ਹੋ। ਅੱਛਾ, ਇੱਕ ਗੱਲ ਦੱਸੋ ਮੈਨੂੰ ਕਿ ਇਹ ਸਵਾਲ ਬੜਿਆਂ ਨੇ ਪੁੱਛਿਆ ਕਿ ਜਦੋਂ ਮਨਦੀਪ ਸਿੰਘ ਮੰਨਾ ਨੂੰ ਸਿਆਸਤ ਦੇ ਵਿੱਚ ਮਤਲਬ ਸਲੂਟ ਵੱਜਦੇ ਸੀਗੇ, ਉਦੋਂ ਮਨਦੀਪ ਸਿੰਘ ਮੰਨਾ ਨੇ ਕਦੀ ਇਤਰਾਜ਼ ਨਹੀਂ ਕੀਤਾ, ਅਤੇ ਹੁਣ ਸਰਕਾਰ ਜਾਣ ਤੋਂ ਬਾਅਦ ਜਾਂ ਉਹ ਸਾਰਾ ਕੁਝ ਖਤਮ ਹੋ ਜਾਣ ਤੋਂ ਬਾਅਦ ਕਿਉਂ? ਸਰ, ਮੈਂ ਪਹਿਲਾਂ ਵੀ ਗੁਰਪ੍ਰੀਤ ਜੀ ਤੁਹਾਨੂੰ ਦੱਸਿਆ ਕਿ ਸਰਕਾਰ 2014 ਦੇ ਵਿੱਚ ਮੈਂ ਅਕਾਲੀ ਦਲ ਨੂੰ ਛੱਡ ਦਿੱਤਾ ਸੀ। ਨਹੀਂ, ਪਰ ਤੁਸੀਂ ਕਹਿਣਾ ਕਿ ਵੀ ਮਜੀਠੀਆ ਹੋਰਾਂ ਦਾ ਆਉਣਾ ਤਾਂ ਬਹੁਤ ਪਹਿਲਾਂ ਹੋ ਗਿਆ ਸੀ ਵਿੱਚ ਉਹਦੇ ਜੀ, ਪਰ ਤੁਸੀਂ 14 ਛੱਡਿਆ, ਉਹ ਜਿਹੜਾ ਸਮਾਂ ਸੀ ਵਿਚਲੇ 3-4 ਮੈਂ, ਮੇਰੇ ਮਨ ਦੀ ਗੱਲ ਹੈ ਜੀ, ਮੈਂ ਅਕਾਲੀ ਦਲ ਬਿਲਕੁਲ ਨਹੀਂ ਸੀ ਛੱਡਣਾ ਚਾਹੁੰਦਾ। ਸਾਡੇ ਮਨ 'ਚ ਇਹ ਸੀਗਾ ਵੀ ਕਿਤੇ ਨਾ ਕਿਤੇ ਕੰਮ ਵਾਲੇ ਬੰਦੇ ਦੀ ਮੁੱਲ ਪੈ ਜੂਗੀ। ਤੁਸੀਂ ਆਪਣੇ ਜੇ ਕਿਸੇ ਵੀ ਕੋਈ ਬੰਦੇ ਇਹਨਾਂ ਦੇ ਜਿਹੜੇ ਵੀ ਸਵਾਲ ਕਰਦੇ ਨੇ, ਉਹਨਾਂ ਦੇ ਕਈ ਰਿਲੇਟਿਵ ਹੋਣਗੇ, ਮੇਰਾ ਤੁਸੀਂ ਪਤਾ ਕਰ ਸਕਦੇ ਹੋ ਕਿ ਸਰਕਾਰ 'ਚ ਮੇਰੀ ਕੋਈ ਕਾਰਗੁਜ਼ਾਰੀ ਕੀ ਰਹੀ ਜਦੋਂ ਦਾ ਬਿਕਰਮ ਮਜੀਠੀਆ ਇੱਥੇ ਆਇਆ। ਉਸ ਤੋਂ ਜਦੋਂ ਬਿਕਰਮ ਮਜੀਠੀਆ ਇੱਥੇ ਬਣਦੇ ਨੇ, ਸਾਲ ਕੁ ਮਤਲਬ ਮੇਰੀ ਪੁੱਛ ਪ੍ਰਤੀਤ ਰਹੀ, ਮੈਂ ਕੰਮ ਕਰਨੇ ਸ਼ੁਰੂ ਕੀਤੇ ਸ਼ਹਿਰ ਦੇ ਵਿੱਚ। ਬਿਕਰਮ ਸਿੰਘ ਮਜੀਠੀਆ ਨੂੰ ਲੱਗਾ ਕਿ ਸ਼ਹਿਰ 'ਚ ਇਹਦੀ ਜ਼ਿਆਦਾ ਪੁੱਛ ਪ੍ਰਤੀਤ ਹੈ ਸਿਟੀ ਦੇ ਵਿੱਚ। ਉਸ ਤੋਂ ਬਾਅਦ ਇਹਨੇ ਮੈਨੂੰ ਮਤਲਬ ਉਹਨੂੰ ਪੰਜਾਬੀ 'ਚ ਕਹਿ ਲਓ ਵੀ ਠੋਕਣਾ ਸ਼ੁਰੂ ਕਰ ਦਿੱਤਾ।
ਅੱਛਾ ਇਦਾਂ ਕਿਉਂ? ਮੈਂ ਇਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਤੁਹਾਡਾ ਕੱਦ ਬੜਾ ਵੱਡਾ, ਆਪਣੇ ਆਪ ਤੇ ਯਕੀਨ ਤੇ ਰੱਖੋ, ਅਸੀਂ ਮਤਲਬ ਦੋਹਰੀ ਵਾਰੀ ਜੰਮ ਕੇ ਵੀ ਬਿਕਰਮ ਜੀਠੀਆ ਨਹੀਂ ਬਣ ਸਕਦੇ, ਤੈਨੂੰ ਕਾਹਦਾ ਡਰ ਸਤਾਉਂਦਾ ਰਹਿੰਦਾ? ਔਰ ਮੇਰੇ ਵਰਗੇ ਨਹੀਂ, ਤੁਸੀਂ ਹਰ ਬੰਦੇ ਦਾ ਇਹੋ ਹਾਲ ਹੈ ਕਿ ਜਿਸ ਬੰਦੇ ਦੀ ਵੀ ਆਪਣੇ ਤੌਰ ਤੇ ਸੇਹ ਬਣਦੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ 'ਚ, ਉਹਨੂੰ ਬਿਕਰਮ ਜੀਠੀਆ ਠੋਕਣਾ ਸ਼ੁਰੂ ਕਰ ਦਿੰਦਾ। ਉਹ ਅੱਛਾ ਜੀ, ਚਲੋ ਖੈਰ ਆਪਾਂ ਇਹਨਾਂ ਗੱਲਾਂ 'ਚ ਨਾ ਪਈਏ। ਅੱਛਾ ਮੈਂ ਇਹ ਗੱਲ ਦੱਸੋ ਕਿ ਇੱਕ ਹਰਮਨ ਜੀ ਨੇ ਬ੍ਰੈਂਪਟਨ ਤੋਂ ਸਵਾਲ ਪੁੱਛਿਆ, ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਹੋ ਰਹੀ ਪਾਰਟੀ ਸ਼ਿਫਟ ਕਰਦੇ ਨੇ, ਕਦੀ ਭਾਜਪਾ ਕਦੀ ਕਾਂਗਰਸ, ਹੈ ਨਾ, ਅਤੇ ਲੋਕ ਜਿਹੜੇ ਨੇ ਕਿੰਨਾ ਕੁ ਵਿਸ਼ਵਾਸ ਕਰਨਗੇ ਉਹਨਾਂ ਉੱਪਰ ਹੁਣ? ਭਾਜੀ ਹਰਮਨ, ਤੁਹਾਡੀ ਬਹੁਤ ਮਿਹਰਬਾਨੀ, ਮੈਂ ਇਸ ਸਵਾਲ 'ਤੇ ਆਉਣਾ ਚਾਹੁੰਦਾ ਸੀਗਾ। ਮੈਂ ਜੇ ਪੰਜਾਬੀ 'ਚ ਹੁਣ ਤੁਸੀਂ ਮੈਨੂੰ 2 ਮਿੰਟ ਦਓਗੇ ਨਾ? ਨਹੀਂ ਨਹੀਂ ਕਰੋ ਜੀ ਕਰੋ, ਤੁਸੀਂ ਆਪਣੇ ਦਿਲ ਦੀਆਂ ਕਰ ਲਓ ਕਿ ਇੱਕ ਉਹ ਸਾਹਮਣੇ ਸਾਈਕਲ ਦੀ ਫੋਟੋ ਲੱਗੀ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ, ਸਿੱਧੂ ਸਾਹਿਬ ਦਾ ਕੋਈ ਸਟੈਂਡ ਨਹੀਂ ਹੈਗਾ, ਸਾਈਕਲ ਵਰਗਾ ਵੀ ਸਟੈਂਡ ਨਹੀਂ ਹੈਗਾ ਉਹਨਾਂ ਦਾ, ਉਹ ਸਿਰਫ ਤਾਕਤ ਦੇ ਭੁੱਖੇ ਨੇ। ਇਹੋ ਨਵਜੋਤ ਸਿੰਘ ਸਿੱਧੂ ਸੀ, ਮੈਂ ਤਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਮੇਰੀ ਮਾਂ ਪਾਰਟੀ ਰਹੀ ਹੈ, ਉਹਦੀ ਸਿਆਸੀ ਗੋਚ ਮੇਰਾ ਜਨਮ ਹੋਇਆ। ਇਹੋ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਕਹਿੰਦੇ ਸੀ ਮੁੰਨੀ ਨਾਲੋਂ ਜ਼ਿਆਦਾ ਬਦਨਾਮ ਹੋ ਗਈ, ਹੁਣ ਮੁੰਨੀ ਇਹਨਾਂ ਦੀ ਮੰਮੀ ਹੋ ਗਈ। ਇਹੋ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਕਹਿੰਦੇ ਸੀਗੇ ਪੱਪੂ ਹੈ, ਤੁਹਾਨੂੰ ਸ਼ਾਇਦ ਯਾਦ ਹੋਊਗਾ ਕਿ ਰਾਹੁਲ ਗਾਂਧੀ ਨੂੰ ਪੱਪੂ ਦਾ ਨਾਮ ਇਸ ਬੰਦੇ ਨੇ ਦਿੱਤਾ ਸੀਗਾ। ਅੱਜ ਰਾਹੁਲ ਗਾਂਧੀ, ਇਹਦੀ ਵਾਈਫ ਦੀ ਇੰਟਰਵਿਊ ਸੀਗੀ ਇਲੈਕਸ਼ਨ ਦੇ ਵਿੱਚ, ਉਹਨੇ ਬੰਦੇ ਨੇ ਪੁੱਛਿਆ ਜੀ ਰਾਹੁਲ ਨੂੰ ਤੁਸੀਂ ਪੱਪੂ ਕਹਿੰਦੇ ਸੀ, ਉਹ ਤੁਸੀਂ ਕੱਢ ਕੇ ਦੇਖੋ ਯੂਟਿਊਬ, ਹਾਂਜੀ ਪੱਪੂ ਸਾਡਾ ਪਾਪਾ ਹੋ ਸਕਦਾ ਹੁਣ, ਆਹ ਜਵਾਬ ਨੇ ਇਹਨਾਂ ਦੇ। ਇਹੋ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀਗੇ ਇਹਦਾ ਪਿਛਵਾੜਾ ਮੈਂ ਮਾਰ ਮਾਰ ਕੇ ਬਾਂਦਰ ਵਰਗਾ ਲਾਲ ਕਰ ਦੇਣਾ, ਅੱਜ ਕੈਪਟਨ ਅਮਰਿੰਦਰ ਸਿੰਘ ਇਹਦੇ ਪਿਤਾ ਹੋ ਗਏ। ਇਹੋ ਸਿੱਧੂ ਸਾਰ ਮਨਮੋਹਨ ਸਿੰਘ ਨੂੰ ਕਹਿੰਦੇ ਸੀ ਇਹ ਸਰਦਾਰ ਹੀ ਨਹੀਂ ਹੈਗਾ। ਮੈਂ ਤੇ ਸਿੱਧੂ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਂ ਜਿੱਦਾਂ ਇਹ ਸ਼ੇਰ ਵਸ਼ਾਇਰੀ ਕਰਦੇ ਨੇ, ਮੈਂ ਉਸੇ ਤਰੀਕੇ ਇਹਨਾਂ ਨੂੰ ਅੱਗੇ ਵੀ ਸਵਾਲ ਕੀਤਾ ਸੀਗਾ ਕਿ ਤੁਸੀਂ ਕੋਈ ਗੱਲ ਫੈਮਿਲੀ 'ਚੋਂ ਨਹੀਂ ਹੈਗੇ ਕਿ ਤੁਹਾਨੂੰ ਸ਼ੇਰ ਜ਼ਿਆਦਾ ਆਉਂਦੇ ਨੇ, ਜਿੱਥੋਂ ਤੁਸੀਂ ਪੜ੍ਹਦੇ ਹੋ ਅਸੀਂ ਵੀ ਪੜ੍ਹ ਲੈਂਦੇ ਹਾਂ ਕਿ ਪਿੱਪਲੀ ਦੇ ਆ ਪੱਤੇ ਹੋਏ ਕਾਹਦੀ ਖੜ 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 ਲਾਈ ਹੋਈ ਆ। ਸਿੱਧੂ ਨੂੰ ਇੰਨਾ ਪੁੱਛਦੇ ਜ਼ਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਆ? ਉਸ ਬੰਦੇ ਦਾ ਜ਼ਮੀਰ ਹੀ ਕੋਈ ਨਹੀਂ, ਕੋਈ ਗੱਲ ਹੀ ਨਹੀਂ। ਕਿਹੜੇ ਕਿਹੜੇ ਵੱਡੇ ਉਹ ਸਵਾਲ ਕਰਦੇ ਨੇ ਉਹ ਸਿਰਫ ਤੇ ਸਿਰਫ, ਦੇਖੋ ਹਰ ਪੋਲੀਟੀਸ਼ੀਅਨ ਨੂੰ ਮੀਡੀਆ 'ਚ ਰਹਿਣ ਦਾ ਸ਼ੌਂਕ ਹੁੰਦਾ। ਜੇ ਤੁਸੀਂ ਕਹੋਗੇ ਮੈਨੂੰ ਵੀ, ਮੈਂ ਕਹਾਂਗਾ ਪਰ ਮੈਂ ਚੰਗੇ ਕੰਮਾਂ 'ਚ ਦਲੇਰੀ ਨਾਲ ਰਹਿਣਾ ਚਾਹੁੰਦਾ। ਹਰ ਬੰਦੇ ਨੂੰ ਮੈਂ ਟਾਰਗੇਟ ਨਹੀਂ ਕਰਦਾ, ਚਾਹੇ ਉਹ ਕਾਂਗਰਸੀ ਹੋਵੇ ਚਾਹੇ ਭਾਜਪਾ ਦਾ ਹੋਵੇ। ਜਿਹੜੇ ਬੰਦੇ ਦਾ ਦਿਮਾਗ ਖਰਾਬ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਕਹੇ ਮੈਂ ਬੜਾ ਇਮਾਨਦਾਰ ਹਾਂ, ਤੁਸੀਂ ਸਾਰੇ ਚੋਰ ਬੈਠੇ ਹੋ, ਉਹਨਾਂ ਨੂੰ ਸੈੱਟ ਮੈਂ ਜ਼ਰੂਰ ਕਰਦਾ, ਉਹਨਾਂ ਦੇ ਖਿਲਾਫ਼ ਮੈਂ ਮੋਰਚਾ ਜ਼ਰੂਰ ਖੋਲਦਾ। ਸਿੱਧੂ ਸਾਹਿਬ ਕਦੋਂ ਦੇ ਲੱਗੇ ਨੇ? ਮੈਂ ਕੇਬਲ ਦੇ ਵਿੱਚੋਂ 24,000 ਕਰੋੜ ਦਾ ਘਪਲਾ ਕੱਢਣਾ, ਨਿਕਲਿਆ ਜੀ ਅੱਜ ਤੱਕ ਉਹ ਮੁੱਦਾ ਉਹਨਾਂ ਨੇ ਛੱਡ ਦਿੱਤਾ, ਕਿਉਂਕਿ ਉਹਦਾ ਵਾਸੀ ਨਹੀਂ ਚੱਲਦਾ। ਉਸ ਤੋਂ ਬਾਅਦ ਉਹ ਨਸ਼ੇ 'ਤੇ ਆ ਗਿਆ, ਬਿਕਰਮ ਜੀਠੀਆ ਅੰਦਰ ਦੇਣਾ। ਲਓ ਇੱਕ ਦਿਨ ਅਖਬਾਰ 'ਚੋਂ ਵੀ ਮੁੱਕਰ ਗਿਆ ਕਿ ਮੈਂ ਯਾਰ ਉਹਦੇ ਖਿਲਾਫ਼ ਪਰੂਫ ਨਹੀਂ ਹੈਗੇ ਮੇਰੇ ਕੋਲ। ਇਹੋ ਜਿਹੀਆਂ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ। ਔਰ ਸਿੱਧੂ ਸਾਹਿਬ ਇਹ ਬਾਕੀਆਂ ਸਾਹਮਣੇ ਤਾਂ ਬੜੀਆਂ ਟਾਰਾਂ ਮਾਰਦੇ ਨੇ, ਮੈਂ 25 ਸਾਲ ਕ੍ਰਿਕਟ ਖੇਡਿਆ, ਮੈਂ ਇੰਨੇ ਸਾਲ ਕਮੈਂਟਰੀ ਕੀਤੀ, ਮੈਂ ਇੰਨੇ ਸਾਲ ਕਪਲ ਦਾ ਸ਼ੋਅ ਕੀਤਾ, ਮੈਂ ਇੰਨੇ ਸਾਲ ਸਿਆਸਤ ਕੀਤੀ। ਅੱਜ ਤੁਹਾਡੇ ਸਭ ਲੋਕਾਂ ਰਾਹੀਂ ਮੇਰਾ ਇੱਕ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਗੁਰਪ੍ਰੀਤ ਜੀ, ਤੁਸੀਂ ਇਸ ਚੈਨਲ 'ਤੇ ਕੰਮ ਕਰਦੇ ਹੋ, ਜਿਸ ਦਿਨ 10-20 ਸਾਲਾਂ ਨੂੰ ਤੁਹਾਡੀ ਕਿਤੇ ਇੱਥੋਂ ਵਿਦਾਇਗੀ ਹੋਊਗੀ, ਰਿਟਾਇਰਮੈਂਟ ਹੋਊਗੀ, ਤੁਹਾਨੂੰ ਇੱਕ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ, ਨਵਜੋਤ ਸਿੰਘ ਸਿੱਧੂ ਦਾ ਮੈਨੂੰ ਇੱਕ ਪ੍ਰੋਫੈਸ਼ਨ ਦੱਸ ਦਿਉ ਜਿੱਥੋਂ ਉਹਨੂੰ ਚੰਗੀ ਤਰ੍ਹਾਂ ਵਿਦਾ ਕੀਤਾ ਹੋਵੇ ਅਤੇ ਜਿੱਥੋਂ ਭਗੌੜਾ ਨਾ ਹੋਇਆ ਹੋਵੇ। ਕੋਈ ਇੱਕ ਪ੍ਰੋਫੈਸ਼ਨ ਦੱਸੋ ਮੈਨੂੰ ਉਸ ਬੰਦੇ ਦਾ। ਮੈਂ ਤਾਂ ਉਹਦੇ ਬਾਰੇ ਕਹੂੰਗਾ ਕਿ ਜਿਹੜੇ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ, ਜਿਨ੍ਹਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ, ਉਹਨਾਂ ਲੋਕਾਂ 'ਚ ਨਵਜੋਤ ਸਿੰਘ ਸਿੱਧੂ ਹੈ। ਅੱਛਾ ਇੱਕ ਗੱਲ ਦੱਸੋ ਮੈਨੂੰ, ਇਹ ਤੁਸੀਂ ਇੰਨੀ ਇਹ 2-4 ਲੀਡਰਾਂ ਦੇ ਖਿਲਾਫ਼ ਕਾਫ਼ੀ ਜ਼ਿਆਦਾ, ਉਹਦੇ ਵਿੱਚ ਇੱਕ ਤੀਸਰਾ ਬੰਦਾ ਉਹ ਵੀ ਮੈਂ ਜ਼ਰੂਰ ਪੁੱਛ ਲੈਣਾ ਚਾਹੁੰਦਾ, ਅਨਿਲ ਜੋਸ਼ੀ ਹੋਰਾਂ ਦੀ ਗੱਲ ਕਰਦੇ, ਉਹਨਾਂ ਨੇ ਕੰਮ ਵੀ ਕੀਤਾ ਤੁਸੀਂ ਮੰਨਦੇ ਹੋ ਜੀ, ਅਤੇ ਉਹਦੇ ਬਾਵਜੂਦ ਵੀ ਫਿਰ ਉਹਨਾਂ ਦੇ ਨਾਲ ਕਿਉਂ ਆਪਣੀ ਵਿਰੋਧਤਾ ਬਣ ਗਈ? ਉਹ ਬੰਦਾ ਤਾਂ ਅਕਾਲੀ ਦਲ 'ਚ ਵੀ ਨਹੀਂ ਗਾ, ਉਹਦਾ ਕਾਂਗਰਸ ਨਾਲ ਵੀ ਕੋਈ ਲੈਣਾ ਦੇਣਾ ਨਹੀਂ, ਉਹਨੇ ਤੁਹਾਨੂੰ ਵੀ ਕੁਛ ਨਹੀਂ ਕਿਹਾ। ਉਸ ਬੰਦੇ ਨੂੰ ਜੇ ਤੁਸੀਂ ਕਿਸੇ ਮਿਲੇ ਹੋ ਤਾਂ ਭਾਜੀ ਉਹਦੇ 'ਚ ਬੜਾ ਹੰਕਾਰ ਸੀਗਾ, ਮੈਂ ਆਹ ਕਰਤਾ ਮੈਂ ਉਹ ਕਰਤਾ। ਮੈਂ ਉਹਦੇ ਨਾਲ ਇੱਕ ਮੇਰਾ ਪੰਗਾ ਇਸ ਗੱਲ ਤੋਂ ਪਿਆ ਸੀਗਾ ਕਿ ਰਣਜੀਤ ਐਵਨਿਊ ਹੈ ਸਾਡੇ ਇਲਾਕੇ 'ਚ ਇੱਕ ਏਰੀਆ, ਉਹਦੇ 6 ਬਲਾਕ ਨੇ ABCDE ਔਰ ਹੁਣ ਇੱਕ 97 ਏਕੜ, ਉਹਦੇ ਵਿੱਚ 4 ਗੁਰਦੁਆਰੇ ਨੇ, ਉੱਥੇ ਮਤਲਬ ਰਲੀ ਮਿਲੀ ਕਮਿਊਨਿਟੀ ਰਹਿੰਦੀ ਹੈ, ਹਿੰਦੂ ਵੀ ਨੇ ਸਿੱਖ ਵੀ ਨੇ। ਜਦੋਂ ਕੋਈ ਹਿੰਦੂਆਂ ਦਾ ਫੰਕਸ਼ਨ ਆਉਂਦਾ ਸੀਗਾ ਤਾਂ ਉਹਨਾਂ ਨੂੰ ਬੜੀ ਵੱਡੀ ਦਿੱਕਤ ਆਉਂਦੀ ਸੀ, ਉੱਥੇ 4 ਗੁਰਦੁਆਰੇ ਨੇ। ਮੈਂ ਇਹਨੂੰ ਇੱਕ ਗੱਲ ਕਹੀ, ਮੈਂ ਕਿਹਾ ਯਾਰ ਇੱਥੇ ਮੰਦਰ ਦੀ ਲੋੜ ਹੈ, ਤੈਨੂੰ ਇਲਾਕੇ ਵਾਲੇ ਐਪਲੀਕੇਸ਼ਨ ਦਿੰਦੇ ਨੇ ਇੱਥੇ ਮੰਦਰ ਬਣਾ ਦੇ। ਨਾ 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 ਨਾ, ਕਹਿੰਦਾ ਇਸ਼ੂ ਨਹੀਂ ਚੁੱਕਣਾ, ਮੈਂ ਇਲੈਕਸ਼ਨ ਦੇ ਲਾਗੇ ਜਾ ਕੇ ਅਨਾਊਂਸ ਕਰਨਾ। ਮੈਂ ਕਿਹਾ ਯਾਰ ਮੰਦਰ 'ਤੇ ਵੀ ਰਾਜਨੀਤੀ ਆ। ਮੈਂ ਉਹਦੀ ਵਿੱਚ ਪ੍ਰੈਸ ਕਾਨਫਰੰਸ ਕੀਤੀ, ਮੈਂ ਉਹਦੇ ਵਿੱਚ ਜਿਹੜਾ ਇੰਪਰੂਵਮੈਂਟ ਟਰੱਸਟ ਦਾ ਆਫਿਸ ਸੀਗਾ ਉੱਥੇ ਮੰਦਰ ਦੀ ਡਿਮਾਂਡ ਲੈ ਕੇ ਚਲੇ ਗਿਆ। ਉੱਥੇ ਮੈਂ ਉਹ ਐਪਲੀਕੇਸ਼ਨ ਦੇ ਆ, ਲੋਕਾਂ ਦੀ ਨਿਗਾਹ 'ਚ ਆ ਗਿਆ, ਲੋਕ ਇਹਦੇ ਦੁਆਲੇ ਹੋਣੇ ਸ਼ੁਰੂ ਹੋ ਗਏ ਕਿ ਮੰਦਰ ਛੇਤੀ ਕਰ ਅਨਾਊਂਸ। ਪਰ ਇਹ ਹੁਣ ਉੱਥੇ ਮੰਦਰ ਨੂੰ ਜਗ੍ਹਾ ਇਹਨੇ ਅਨਾਊਂਸ ਕੀਤੀ, ਉਹ ਵੀ ਆਪਣੀ ਦੁਸਹਿਰਾ ਕਮੇਟੀ ਦੇ ਨਾਂ 'ਤੇ ਕਰ ਲਈ। ਮੈਨੂੰ ਉਸ ਗੱਲ ਦੀ ਕੋਈ ਦਿੱਕਤ ਨਹੀਂ ਹੈ ਕਿ ਮੰਦਰ ਬਣਨਾ ਚਾਹੀਦਾ,
ਉੱਥੇ ਜਗ੍ਹਾ ਨੂੰ ਬਾਅਦ 'ਚ ਹੋਈ ਹੈ, ਇਹਨੇ ਮੈਨੂੰ ਉਸ ਤੋਂ ਬਾਅਦ ਟਾ ਤੂੰ ਮੇਰੇ ਖਿਲਾਫ਼ ਬੋਲਿਆ। ਇਹਨਾਂ ਦੋਵਾਂ ਦੀ ਫਿਤਰਤ ਇੱਕ ਹੈ, ਵਿਕਰਮ ਮਜੀਠੀਏ ਦੀ ਅਤੇ ਇਹਦੀ, ਕਿ ਮੇਰੇ ਖਿਲਾਫ਼ ਭਾਵੇਂ ਕਾਂਗਰਸੀ ਹੋਵੇ ਭਾਵੇਂ ਕੋ ਆਪ ਵਾਲਾ ਹੋਵੇ, ਬੋਲਣ ਦੀ ਹਿੰਮਤ ਕਿਵੇਂ ਕਰੇ? ਜੇ ਸੱਚ ਨੂੰ ਤੁਸੀਂ ਸੱਚ ਕਹਿ ਨਹੀਂ ਸਕਦੇ ਤਾਂ ਮੇਰਾ ਖਿਆਲ ਮੈਨੂੰ ਸਿਆਸਤ 'ਚ ਰਹਿਣ ਦਾ ਕੋਈ ਹੱਕ ਹੀ ਨਹੀਂ ਹੈਗਾ ਜੀ। ਉੱਥੋਂ ਪੰਗਾ ਪਿਆ, ਮੇਰੇ ਘਰ ਦੇ ਅੱਗੇ ਇੱਕ ਗ੍ਰੀਨ ਬੈਲਟ ਹੈ, ਇਹਨੇ ਉਹਨੂੰ ਢਾਹ ਕੇ ਅਤੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਮਤਾ ਪਾ ਕੇ। ਮੈਂ ਕਿਹਾ ਜੀ ਜੋ ਮੈਨੂੰ ਟਰੱਸਟ ਨੇ ਪਲੋਟ ਵੇਚਿਆ ਰਹਿਣਾ ਉਹ ਚਾਹੀਦਾ। ਉੱਥੋਂ ਫਿਰ ਇਹਦੀ ਮੇਰੀ ਜੰਗ ਸ਼ੁਰੂ ਹੋਈ। ਮੈਂ ਕਿਹਾ ਜੀ ਤੂੰ ਇੱਕ ਤਰਨ ਤਾਰਨ ਤੋਂ ਆਇਆ, ਮੈਂ ਸੱਚ ਬੋਲੂੰਗਾ ਜੀ, ਤਰਨ ਤਾਰਨ ਤੋਂ ਆਇਆ, ਕੱਪੜੇ ਦੀ ਤੇਰੀ ਦੁਕਾਨ ਸੀਗੀ, ਫਾਦਰ ਤੇਰੇ ਇੱਕ ਮਾਸਟਰ ਸੀਗੇ, ਅੱਜ ਤੇਰੇ ਸ਼ੈਲਰ ਵੀ ਬਣ ਗਏ, ਅੱਜ ਤੇਰੇ ਅੰਮ੍ਰਿਤਸਰ 'ਚ ਹੋਟਲ ਵੀ ਬਣ ਗਏ, 7,000 ਕਰੋੜ ਰੁਪਈਏ ਦੀ ਪ੍ਰੋਪਰਟੀ ਬਣਾਈ ਹੈ, ਇਹ ਜਿਹੜਾ ਵਿਕਾਸ ਕਰਾਇਆ ਇਹਦੇ ਵਿੱਚੋਂ ਲੱਗਦਾ ਕਿੰਨਾ ਪੈਸਾ ਤੇ ਚੋਂ ਖਾਧਾ। ਉਹ ਜਦੋਂ ਮੈਂ ਪੋਲਾਂ ਇਹਦੀਆਂ ਖੋਲਣੀਆਂ ਸ਼ੁਰੂ ਕੀਤੀਆਂ, ਉੱਥੋਂ ਫਿਰ ਉਹ ਜੰਗ ਵੱਧਦੀ 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 ਵੱਧ ਗਈ ਜੀ। ਅੱਛਾ ਸਿਆਸਤ, ਵੈਸੇ ਮਨਦੀਪ ਜੀ ਤੁਹਾਨੂੰ ਮਿਲ ਕੇ ਮੈਨੂੰ ਐਂ ਲੱਗਦਾ ਕਿ ਵੀ ਚਲੋ ਖੈਰ ਮੀਡੀਆ 'ਚ ਰਹਿ ਕੇ ਇਹਨਾਂ ਗੱਲਾਂ ਬਾਰੇ ਪਤਾ ਤਾਂ ਲੱਗਦਾ ਰਹਿੰਦਾ, ਪਰ ਇਹ ਜਿਸ ਪਾਸੇ ਜਾ ਰਹੀ ਆਪਾਂ ਮੈਂ ਨਾ ਚਲੋ ਪਰਸਨਲ ਰੰਜਿਸ਼ਾਂ ਲੜਾਈਆਂ ਥੋੜ੍ਹਾ ਜਿਹਾ ਪਾਸੇ ਰੱਖੀਏ, ਜੇ ਮੈਂ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਕੁਝ ਸਵਾਲ ਪੁੱਛਣੇ ਚਾਹਾਂ, ਕੀ ਤੁਹਾਨੂੰ ਲੱਗਦਾ ਕਿ ਫਿਰ ਇਹੋ ਜਿਹੇ ਰੌਲੇ ਰੱਪੇ ਦੇ ਵਿੱਚ ਪੰਜਾਬ ਅਤੇ ਪੰਜਾਬੀ ਵਿਚਾਰੇ ਕਿੱਧਰ ਜਾਣਗੇ? ਦੇਖੋ ਪੰਜਾਬ ਦਾ ਬੁਰਾ ਹਾਲਾਤ ਨੇ ਜੀ। ਤੁਸੀਂ ਆਪ ਜਿਹੜੇ ਲੀਡਰ ਸਾਡੀ ਅਗਵਾਈ ਕਰਦੇ ਨੇ, ਨਵਜੋਤ ਸਿੰਘ ਸਿੱਧੂ ਹੋ ਗਏ, ਵਿਕਰਮ ਮਜੀਠੀਆ ਅਕਾਲੀ ਦਲ ਉਹਨੇ ਹੋ ਗਏ, ਇੱਕ ਦੂਜੇ ਨੂੰ ਕੁੱਤਾ ਬਿੱਲਾ ਬਾਂਦਰ ਸਾਰਾ ਕੁਝ, ਜੋ ਮੈਂ ਕਹਿੰਦਾ ਕੁੱਤਾ ਵੀ ਕਹੋ ਬਾਂਦਰ ਵੀ ਕਹੋ, ਪਰ ਗੱਲ ਤੱਥਾਂ 'ਤੇ ਕਰੋ। ਸਿੱਧੂ ਸਾਹਿਬ ਨੂੰ ਤੁਸੀਂ ਸਵਾਲ ਪੁੱਛੋ ਵੀ ਜੇ ਉਹਨਾਂ ਨੂੰ ਕੋਈ ਗੱਲ ਪੁੱਛੋ ਵੀ ਆਹ ਤੇਰੇ ਹਲਕੇ 'ਚ ਕੰਮ ਗਲਤ ਹੋ ਰਿਹਾ, ਤੇਰੇ ਮਹਿਕਮੇ 'ਚ ਕੰਮ ਗਲਤ ਹੋ ਰਿਹਾ, ਜਾਂ ਫਲਾਣੇ ਬੰਦੇ ਬਾਰੇ ਤੂੰ ਕੀ ਬੋਲੇਗਾ, ਉਹ ਮੁੜ ਕੇ ਹੋਰ ਹੀ ਕਹਾਣੀਆਂ ਸੁਣਾਉਣ ਲੱਗ ਪੈਂਦੇ ਨੇ, ਸ਼ਿਵਜੀ ਮਹਾਰਾਜ ਇੱਧਰੋਂ ਆਏ, ਗੁਰੂ ਸਾਹਿਬ ਇੱਧਰੋਂ ਗਏ। ਮੈਂ ਤੁਹਾਨੂੰ ਕਹਿੰਦਾ ਜੇ ਤੂੰ ਪੱਤਰਕਾਰਾਂ ਨੂੰ, ਤੁਸੀਂ ਕਿੰਨੀਆਂ ਪ੍ਰੈਸ ਕਾਨਫਰੰਸ ਦੇਖੀਆਂ ਕਿ ਜਦੋਂ ਪ੍ਰੈਸ ਸਵਾਲ ਕਰਦੀ ਉਹ ਜਵਾਬ ਨਹੀਂ ਦਿੰਦਾ, ਹਾਰ ਕੇ ਚੰਡੀਗੜ੍ਹ ਦੇ ਬੜੇ ਸੀਨੀਅਰ ਪੱਤਰਕਾਰ ਨੇ ਮਿਸਟਰ ਪਰਮਾਨਾ, ਉਹਨਾਂ ਨੇ ਕਿਹਾ ਕਿ ਤੇਰੀ ਰੈਲੀ ਨਹੀਂ ਹੈਗੀ ਕਿ ਤੁਸੀਂ ਬੋਲ ਕੇ ਚਲੇ ਜਾਂਦੇ ਹੋ, ਸਾਡੇ ਸਵਾਲਾਂ ਦੇ ਜਵਾਬ ਦਿਆ ਕਰੋ। ਅਤੇ ਜੇ ਤੂੰ ਇਹੋ ਜਿਹੀਆਂ ਗੱਲਾਂ ਪਰੇ ਮੋੜ ਮੋੜ ਕੇ ਕਰਨੀਆਂ ਨੇ ਕਿ ਲੋਕਾਂ ਦਾ ਧਿਆਨ ਹੀ ਪ੍ਰੈਸ ਦਾ ਹੋਰ ਪਾਸੇ ਲੈ ਜਾਣਾ, ਜੇ ਤੂੰ ਧਾਰਮਿਕ ਸਿੱਖਿਆ ਐਡੀ ਤੈਨੂੰ ਜ਼ਿਆਦਾ ਮਿਲੀ ਹੈ ਜਾਂ ਤੂੰ ਧਾਰਮਿਕ ਗੁਣ ਤੇਰੇ ਵਿੱਚ ਬੜੇ ਨੇ, ਤਾਂ ਮੈਂ ਉਹਨੂੰ ਕਹਿੰਦਾ ਰਾਮ ਰਹੀਮ ਵਾਲੀ ਗੱਦੀ ਵਿਹਲੀ ਉੱਥੇ ਬਹਿ ਜਾਵੇ ਜਾ ਕੇ, ਪੰਜਾਬ ਦੇ ਵਿੱਚ ਤਾਂ ਮੁੱਦਿਆਂ ਦੀ ਸਿਆਸਤ ਕਰੇ ਨਾ ਭਾਜੀ। ਅੱਜ ਪੰਜਾਬ ਕੀ ਸੰਤਾਪ ਭੰਡਾਰਿਆ, ਪੰਜਾਬ ਦੇ ਵਿੱਚ ਇੰਨਾ ਨਸ਼ਾ ਵੜ ਗਿਆ। ਮੈਂ ਤਾਂ ਕਿਹਾ ਸੀ ਵਿਕਰਮ ਮਜੀਠੀਏ ਨੇ ਕੋਈ ਸਮੈਕ ਨਹੀਂ ਵੇਚੀ, ਪਰ ਜਿਹੜੇ ਬੰਦਿਆਂ ਦੀ ਇਹ ਪੁਸ਼ਤਪਣਾ ਹੀ ਕਰਦਾ ਰਿਹਾ, ਜਿਹੜੇ ਇਹਨੂੰ ਰੈਲੀਆਂ ਦੇ ਫੰਡ ਦਿੰਦੇ ਰਹੇ, ਬਿੱਟੂ ਔਲਖ ਹੈ, ਸੱਤਾ ਹੈ, ਚਾਲ ਹੈ, ਆਹ ਰੈਲੀ ਦਾ ਫੰਡ ਹੈ ਜੀ, ਆਹ ਇਲੈਕਸ਼ਨ ਦਾ ਫੰਡ ਹੈ ਜੀ, ਉਹਨਾਂ ਨੂੰ ਗਨਮੈਨ ਦਿੱਤੇ ਗਏ, ਤੂੰ ਉਹਦੇ ਵਿੱਚ ਉਹਨਾਂ ਜ਼ਿੰਮੇਵਾਰ ਤੇ ਹੈਗਾ ਨਾ, ਅਤੇ ਤੇਰੇ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ? ਆਪਾਂ ਮੁੱਦਿਆਂ ਦੇ ਉੱਤੇ ਸਿਆਸਤ ਕਰੀਏ, ਸਿੱਧੂ ਸਾਹਿਬ ਵੀ ਹਟ ਗਏ ਕਿ ਇਹਦੇ ਖਿਲਾਫ਼ ਪਰੂਫ ਨਹੀਂ ਲੱਭਦੇ, ਆਹ 7 ਪਰੂਫ ਮੈਂ ਦਿੱਤੇ ਨੇ ਪਹਿਲਾਂ, ਇਹਦੀ ਤਾਂ ਜਾਂਚ ਕਰੋ। ਹੁਣ ਸਰ ਨਵਕਿਰਨ ਸਿੰਘ ਵਕੀਲ ਨੇ ਚੰਡੀਗੜ੍ਹ ਹਾਈਕੋਰਟ ਦੇ, ਉਹਨਾਂ ਨੇ ਉਹ ਹਾਈਕੋਰਟ ਦੇ ਵਿੱਚ ਇਹਦੇ ਉੱਤੇ ਪਾ ਦਿੱਤੀ ਹੈ ਪਟੀਸ਼ਨ ਕਿ ਇਹਨਾਂ ਮੁੱਦਿਆਂ ਦੇ ਉੱਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ। ਆਪਾਂ ਦੇ ਦੇਖੋ ਹਰ ਮੁੱਦੇ ਤੋਂ ਹੀ ਭਟਕ ਗਏ, ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢਣ ਤੇ ਲੱਗ ਗਏ ਹਾਂ। ਲਓ ਸਿੱਧੂ ਸਾਹਿਬ ਕਹਿੰਦੇ ਨੇ ਮੈਂ ਬੜਾ ਇਮਾਨਦਾਰ ਹਾਂ, ਮੈਂ ਓਪਨਲੀ ਚੈਲੰਜ ਕੀਤਾ ਕਿ ਮੈਂ ਅਗਲੇ 10 ਦਿਨਾਂ 'ਚ ਕਰਪਸ਼ਨ ਕੱਢ ਕੇ ਦੱਸੂਗਾ ਕਿ ਤੁਹਾਡੇ ਜਿਹੜਾ ਪਿਛਲੇ 5 ਸਾਲ ਤੁਹਾਡੀ ਵਾਈਫ ਉੱਥੇ ਰਹੀ ਹੈ, ਉਹਨੇ ਰਾਜ ਕੀਤਾ। ਆਪਾਂ ਅਕਾਲੀਆਂ ਨੂੰ ਤਾਂ ਗਾਲਾਂ ਕੱਢੀ ਜਾਂਦੇ ਹਾਂ ਕਿ ਆਪਾਂ ਕੋਈ ਘਪਲਾ ਨਹੀਂ ਕੀਤਾ, ਜੇ ਨਾ ਕੱਢੂੰਗਾ ਤੱਥਾਂ ਦੇ ਆਧਾਰ 'ਤੇ ਕੱਢੂੰਗਾ, ਮੇਰੀਆਂ ਗਾਲਾਂ ਨਹੀਂ ਕੱਢੂੰਗਾ ਵਿਕਰਮ ਮਜੀਠੀਏ ਵਾਂਗੂ, ਤੱਥਾਂ ਦੇ ਆਧਾਰ 'ਤੇ ਕੱਢੂੰਗਾ, ਨਹੀਂ ਤਾਂ ਸਿਆਸਤ ਤੋਂ ਸੰਨਿਆਸ ਲੈ ਲੂੰਗਾ। ਅੱਛਾ, ਇਹ ਗਿੱਲ ਐਚ ਕੇ ਮੇਰਾ ਖਿਆਲ ਉਹਨਾਂ ਦਾ ਨਾਮ ਹੋਏਗਾ, ਉਹਨਾਂ ਦਾ ਸਵਾਲ, ਉਹ ਕਹਿੰਦੇ ਮੇਰਾ ਸਵਾਲ ਇਹ ਵੀ ਮਜੀਠੀਆ ਪਰਿਵਾਰ ਪਹਿਲਾਂ ਤੋਂ ਸਰਦਾਰ ਸੁਣੀ ਦਾ, ਅਤੇ ਤੁਸੀਂ ਕਹਿੰਦੇ ਹੋ ਕਿ ਵੀ ਮਜੀਠੀਆ ਕੋਲ ਇੱਕ ਗੱਡੀ ਹੁੰਦੀ ਸੀ। ਮਜੀਠੀਆ ਪਰਿਵਾਰ ਜਦੋਂ ਮਜੀਠੀਆ ਸਾਹਿਬ ਅੰਮ੍ਰਿਤਸਰ ਆਏ ਨੇ, ਸਾਹਿਬ ਕਹਿਣਾ ਤਾਂ ਮੇਰੇ ਖਿਆਲ ਸਾਹਿਬ ਲਫ਼ਜ਼ ਦੀ ਧੂਹੀਨ ਹੈ ਇਸ ਬੰਦੇ ਲਈ, ਹਰੀ ਕੁਆਲੇ ਸੀਗੀ। ਮੈਂ ਵੀ ਮੰਨਦਾ ਜੀ ਮਜੀਠੀਆ ਪਰਿਵਾਰ ਸਰਦਾਰਾਂ ਦਾ ਪਰਿਵਾਰ ਸੀਗਾ। ਮੇਰਾ ਇੱਕ ਛੋਟਾ ਜਿਹਾ ਜਵਾਬ ਹੈ ਤੁਹਾਨੂੰ ਕਿ ਮਜੀਠੀਆ ਦੇ ਦਾਦੇ ਕੋਲ 2 ਉਪਾਧੀਆਂ ਸੀਗੀਆਂ, ਨੰਬਰ 1 ਸਰ ਜੇ ਅੰਗਰੇਜ਼ ਦਿੰਦੇ ਹੁੰਦੇ ਸੀਗੇ, ਨੰਬਰ 2 ਸਰਦਾਰ ਬਹਾਦਰ। ਉਹ ਕੋਈ ਸ਼ਹੀਦ ਭਗਤ ਸਿੰਘ ਨੂੰ ਨਹੀਂ ਸੀ ਮਿਲੀਆਂ, ਉਹ ਮਦਨ ਲਾਲ ਢੀਂਗਰੇ ਨੂੰ ਸੀ ਮਿਲੀਆਂ, ਉਹ ਜਿੰਨੇ ਅੰਗਰੇਜ਼ਾਂ ਦੇ ਚਿਮਚੇ ਸੀ ਉਹਨਾਂ ਨੂੰ ਮਿਲੀਆਂ, ਇਹਨਾਂ ਨੂੰ ਜਾਇਦਾਦਾਂ ਮਿਲੀਆਂ ਉਹਦੇ ਨਾਮ ਦੇ ਵਿੱਚ, ਇਹਨਾਂ ਦੀ ਸ਼ੂਗਰ ਮਿਲ ਸੀਗੀ ਉੱਥੇ, ਸ਼ਰਾਬ ਦੀਆਂ ਫੈਕਟਰੀ ਸੀਗੀਆਂ। ਕੋਈ ਇੱਕ ਫੈਕਟਰੀ, ਤੁਸੀਂ ਮੇਰਾ ਇਹਨੂੰ ਓਪਨ ਚੈਲੇਂਜ ਹੈ ਇਸ ਬੰਦੇ ਨੂੰ ਕਿ 2004 ਦੀਆਂ ਆਪਣੀਆਂ ਰਿਟਰਨਾਂ ਦੱਸੋ, ਤੁਹਾਡੇ ਉੱਤੇ ਕਿੰਨਾ ਲੋਨ ਸੀਗਾ, ਕਿੰਨਾ ਕੁਝ ਤੁਸੀਂ ਕਰਜ਼ੇ ਦੀ ਮਾਰ ਹੇਠ ਸੀਗੇ, ਅਤੇ ਅੱਜ ਸਟਿਲ ਜਿਹੜੀਆਂ ਅੱਜ ਦੀ ਤੁਹਾਡੀ ਰਿਟਰਨ ਹੈ ਉਹਦੇ ਬਾਰੇ ਦੱਸੋ। ਜੇ ਵਿਕਰਮ ਮਜੀਠੀਆ ਐਡਾ ਵੱਡਾ ਸਰਦਾਰ ਸੀਗਾ, ਅੰਮ੍ਰਿਤਸਰ ਕੋਈ ਐਡਾ ਮਹਿੰਗਾ ਸ਼ਹਿਰ ਨਹੀਂ ਹੈਗਾ ਜੀ, ਉਹਦੇ ਵਿੱਚ ਤੂੰ 2-4 ਕਰੋੜ ਦੀ ਕੋਠੀ ਮੁੱਲ ਲੈ ਸਕਦਾ ਸੀਗਾ, ਆਪਾਂ ਕਿਰਾਏ 'ਤੇ ਕੋਠੀ ਕੋਲ ਲੱਭੀ, ਆਪਾਂ ਇੱਕ ਗੱਡੀ ਉੱਥੇ ਲਈ ਫਿਰਦੇ ਹੁੰਦੇ ਸੀਗੇ, ਹੋਟਲ ਦੇ ਵਿੱਚ ਰਹਿੰਦੇ ਹਾਂ, ਸੁਖਬੀਰ ਕੋਲ ਫੋਨ ਕਰਾ ਕੇ ਰਹਿੰਦੇ ਰਹੇ, ਇਹ ਕਿੱਥੋਂ ਦੀ ਸਰਦਾਰੀ ਸੀਗੀ ਇਹਦੀ? ਮੈਂ ਮੇਰਾ ਓਪਨ ਚੈਲੇਂਜ ਹੈ ਇਹਨੂੰ ਕੱਢੋ, 2004 ਦੀਆਂ ਰਿਟਰਨਾਂ ਕੱਢੋ ਵੀ ਤੇਰੀਆਂ ਕਿੰਨੀਆਂ ਫੈਕਟਰੀ ਚੱਲਦੀਆਂ ਸੀਗੀਆਂ, ਉਸ ਤੋਂ ਬਾਅਦ ਤੇਰੇ ਜਹਾਜ਼। ਮੈਂ ਮਿਸਾਲ ਦਿੱਤੀ ਕਿ ਜਦੋਂ ਸਰ ਸੁਖਬੀਰ ਸਿੰਘ ਬਾਦਲ ਨੇ ਇਲੈਕਸ਼ਨ ਕੰਪੇਨ ਚਲਾਈ ਹੈ, DLF ਦਾ ਜਹਾਜ਼ ਵਰਤਦੇ ਹੁੰਦੇ ਸੀਗੇ, ਵਿਕਰਮ ਮਜੀਠੀਆ ਕਹਿੰਦਾ ਮੇਰੇ ਕੋਲ 4 ਜਹਾਜ਼ ਸੀਗੇ, ਅਤੇ ਕੀ ਜੀਜੇ ਨੂੰ ਇੱਕ ਜਹਾਜ਼ ਵੀ ਨਹੀਂ ਸੀ ਦੇ ਸਕਦਾ ਹੈ?
ਅੱਛਾ ਜੀ, ਚਲੋ ਖੈਰ ਆਪਾਂ ਬਹੁਤੇ ਪਰਸਨਲ ਵਾਲੇ ਪਾਸੇ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰ ਰਿਹਾ ਆਪਾਂ ਨਾ ਜਾਈਏ, ਆਪਾਂ ਚਲੋ ਹੁਣ ਸਪੋਰਟ ਦੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਤੁਸੀਂ ਜੇ ਸਿਆਸਤ ਹੀ ਕਰ ਰਹੇ ਹਾਂ ਤਾਂ ਉਹ ਵੀ ਇੱਕ ਪਲੇਟਫਾਰਮ ਸੀਗਾ, ਉੱਧਰ ਕਿਉਂ ਨਹੀਂ ਗਏ? ਆਮ ਆਦਮੀ ਪਾਰਟੀ, ਸਵਾਲ ਮਨਜੀਤ ਹੋਰਾਂ ਦਾ। ਹਾਂਜੀ ਮੈਂ ਦੇ ਰਿਹਾ ਜੀ ਜਵਾਬ। ਆਮ ਆਦਮੀ ਪਾਰਟੀ ਆਈ ਪੰਜਾਬ ਦੇ ਲੋਕਾਂ ਨੂੰ ਆਸਾਂ ਲੱਗੀਆਂ, ਕੋਈ ਮੈਂ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੈਂ ਕੰਮ ਕੀਤਾ, ਮੈਨੂੰ ਬਾਕੀਆਂ ਨਾਲੋਂ ਉਹ ਠੀਕ ਲੱਗੇ। ਆਮ ਆਦਮੀ ਪਾਰਟੀ ਇੱਕ ਪੰਜਾਬ ਲਈ ਚੰਗੀ ਆਪਸ਼ਨ ਸੀਗੀ। ਆਮ ਆਦਮੀ ਪਾਰਟੀ ਮੇਰੇ ਵੀ ਮਨੋਂ ਉਤਰੀ ਔਰ ਤਕਰੀਬਨ ਹਰ ਪੰਜਾਬੀ ਦੇ ਮਨੋਂ ਇਸ ਕਰਕੇ ਉਤਰ ਗਈ ਕਿ ਉਹ ਆਪਣੇ ਦੋ ਅਸੂਲਾਂ ਤੋਂ ਭਟਕ ਗਏ। ਨੰਬਰ ਇੱਕ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਇਕੱਲੇ, ਭਾਵੇਂ ਸਾਨੂੰ ਇੱਕ ਸੀਟ ਨਾ ਆਵੇ, ਅਸੀਂ ਕਿਸੇ ਨਾਲ ਅਲਾਇੰਸ ਨਹੀਂ ਕਰਨਾ। ਬੰਦੇ ਵਧੀਆ ਨੇ ਬੈਂਸ ਬ੍ਰਦਰ, ਇਹਨਾਂ ਆਪਣੇ ਅਸੂਲ ਤੋੜੇ। ਆਮ ਆਦਮੀ ਪਾਰਟੀ ਨੇ ਜਦੋਂ ਟਿਕਟਾਂ ਦੀ ਵੰਡ ਦੀ ਗੱਲ ਕੀਤੀ, ਇਲੈਕਸ਼ਨ ਦੌਰਾਨ ਇਹ ਮੈਨੂੰ ਅਪਰੋਚ ਕਰਦੇ ਰਹੇ ਨੇ, ਉਦੋਂ ਇਹਨਾਂ ਨੇ ਕਿਹਾ ਸੀ ਵੀਰੇ ਚੱਕੀ ਵਾਲੇ ਨੂੰ ਟਿਕਟ ਦੇਵਾਂਗੇ, ਫਲਾਣੇ ਦਵਾਈਆਂ ਵਾਲੇ ਨੂੰ ਦੇਵਾਂਗੇ, ਫਲਾਣੇ ਪੰਚਰ ਵਾਲੇ ਨੂੰ ਦੇਵਾਂਗੇ। ਉਹੀ ਬੰਦੇ ਉਹਨਾਂ ਨੂੰ ਟਿਕਟਾਂ ਨਹੀਂ ਇਹਨਾਂ ਦਿੱਤੀਆਂ, ਇਹਨਾਂ ਕੁਝ ਬੰਦੇ ਅਕਾਲੀ ਦਲ ਚੋਂ ਲੈਣੇ ਸ਼ੁਰੂ ਕਰਤੇ, ਕਾਂਗਰਸ ਚੋਂ ਲੈਣੇ ਸ਼ੁਰੂ ਕਰਤੇ, ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ। ਫਿਰ ਲੋਕਾਂ ਦੇ ਮਨ 'ਚ ਇਹ ਆਇਆ ਵੀ ਯਾਰ ਤੁਸੀਂ ਫਿਰ ਵੱਖਰੇ ਕੀ ਹੋ, ਉਹ ਟੀਮ ਤਾਂ ਇੱਧਰ ਦੀ ਇੱਧਰ ਆ ਰਹੀ, ਉਹੀ ਤੁਸੀਂ ਸਾਰੀ ਸ਼ਿਫਟ ਕਰਾ ਰਹੇ ਹੋ, ਮੇਰੇ ਮਨੋਂ ਵੀ ਇਸੇ ਕਰਕੇ ਉਤਰ ਗਏ ਜੀ। ਸੋ ਇਹ ਜਿਹੜੀ ਚੀਜ਼ ਉਦੋਂ ਲੋਕਾਂ ਦੇ ਵਿੱਚ ਸੀਗੀ, ਇਹ ਤੁਸੀਂ ਵੀ ਨੇੜਿਓਂ ਜਾ? ਹਾਂਜੀ, ਮੈਂ ਵੀ ਇਹ ਸਮਝਦਾ ਸੀਗਾ ਕਿ ਜਿਹੜਾ ਬੰਦਾ ਵਰਕ ਕਰਨ ਵਾਲਾ ਹੈ ਜਾਂ ਜਿਹੜਾ ਬੰਦਾ ਇਮਾਨਦਾਰ ਹੈ, ਜਿਹੜੇ ਬੰਦੇ ਦੇ ਮਨ 'ਚ ਜਨੂੰਨ ਹੈ, ਉਹਨੂੰ ਆਮ ਆਦਮੀ ਪਾਰਟੀ ਉੱਪਰ ਚੁੱਕੂਗੀ। ਪਰ ਜਦੋਂ ਇਹਨਾਂ ਵੀ ਦੇਖਿਆ ਕਿ ਫੰਡ ਦੀ ਕਮੀ ਹੈ, ਉੱਥੇ ਫਲਾਣੇ ਕੈਂਡੀਡੇਟ ਕੋਲ ਪੈਸੇ ਜ਼ਿਆਦਾ ਨੇ, ਉਹਨੂੰ ਕਾਂਗਰਸ ਟਿਕਟ ਨਹੀਂ ਦੇ ਰਹੀ, ਉਹਨੂੰ ਅਕਾਲੀ ਦਲ ਟਿਕਟ ਨਹੀਂ ਦੇ ਰਿਹਾ, ਇਹਨਾਂ ਵੀ ਉਹ ਬੰਦੇ ਆਪਣੇ ਨਾਲ ਲਿਆਉਣੇ ਸ਼ੁਰੂ ਕਰ ਦਿੱਤੇ। ਕਿੰਨੇ ਅਕਾਲੀ ਦਲ ਦੇ ਮੈਂਬਰ ਇਹਨਾਂ ਦੇ ਵਿੱਚ ਰਲ ਗਏ? ਆਪਾਂ ਤਾਂ ਅਕਾਲੀ ਦਲ ਸਾਰਿਆਂ ਨੂੰ ਚੋਰ ਕਹਿੰਦੇ ਸੀਗੇ, ਫਿਰ ਉਹਨਾਂ ਦੇ ਬੰਦੇ ਕਿਉਂ ਲੈਣੇ ਸ਼ੁਰੂ ਕਰ ਦਿੱਤੇ ਆਪਾਂ? ਉਹਦੇ ਤੋਂ ਫਿਰ ਸਾਨੂੰ ਲੱਗਾ ਵੀ ਇਹ ਸਾਰੀ ਪੋਲਿਟਿਕਸ ਇੱਦਾਂ ਦੀ ਹੈ ਅਤੇ ਇੱਦਾਂ ਹੀ ਚੱਲਣਾ ਕੰਮ, ਅਤੇ ਫਿਰ ਜਿੱਥੇ ਹੈਗੇ ਉੱਥੇ ਰਹਿਣਾ ਚਾਹੀਦਾ। ਅੱਛਾ ਇੱਕ ਗੱਲ ਦੱਸੋ, ਮੰਨ ਲਓ ਤੁਸੀਂ ਕਿਹਾ ਕਿ ਵੀ ਤੁਹਾਡੇ ਫਾਦਰ ਸਾਹਿਬ ਵੀ ਸ਼ੁਰੂ ਤੋਂ ਇਸ ਪਾਸੇ ਸੀਗੇ, ਸਿਆਸਤ 'ਚ ਸੀਗੇ, ਤੁਸੀਂ ਵੀ 97 ਤੋਂ ਅਕਾਲੀ ਦਲ ਨਾਲ ਜੁੜ ਗਏ, ਹੁਣ ਇੰਨੇ ਸਾਲ ਦੇ ਸਟਰਗਲ ਤੋਂ ਬਾਅਦ ਇੱਥੇ ਤੁਸੀਂ ਪਹੁੰਚੇ, ਅਤੇ ਅਖੀਰ ਜਾ ਕੇ ਆਪਾਂ ਹੁਣ ਆਪ ਨੂੰ ਵੀ ਬੁਰਾ ਕਹੀ ਜਾਂਦੇ ਹਾਂ, ਕਾਂਗਰਸ ਨੂੰ ਵੀ ਕਹੀ ਜਾਂਦੇ ਹਾਂ, ਆਪਾਂ ਭਾਜਪਾ ਵਾਲਿਆਂ ਨੂੰ ਵੀ ਕਹੀ ਜਾਂਦੇ ਹਾਂ, ਅਕਾਲੀ ਦਲ ਨੂੰ ਤਾਂ ਕਹੀ ਜਾਂਦੇ ਹਾਂ, ਫਿਰ ਆਪਾਂ ਕਿੱਧਰ ਜਾਵਾਂਗੇ? ਮੈਂ ਭਾਅ ਜੀ ਕਾਂਗਰਸ ਨੂੰ ਬੁਰਾ ਨਹੀਂ ਕਹਿ ਰਿਹਾ, ਮੇਰੀ ਇਹ ਸੋਚ ਹੈ ਕਿ ਪਾਰਟੀ ਨੈਸ਼ਨਲ ਲੈਵਲ ਦੀ ਠੀਕ ਰਹਿੰਦੀ ਹੈ, ਕਿਉਂਕਿ ਉਹਦੇ ਵਿੱਚ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ। ਜੇ ਮੈਂ ਅਕਾਲੀ ਦਲ 'ਚ ਰਹੂੰਗਾ ਤਾਂ ਜਿਹੜੇ ਮੈਂ ਮੁੱਦੇ ਚੁੱਕਣੇ ਹੁੰਦੇ, ਜੇ ਮੈਂ ਕਿਸੇ ਚੋਰ ਦੇ ਖਿਲਾਫ ਵੀ ਬੋਲਾਂ ਤਾਂ ਉੱਥੇ ਵਿਕਰਮ ਅਜੀਠੀਆ ਦਾ ਫੋਨ ਆ ਜਾਂਦਾ ਸੀਗਾ, ਇਹ ਆਪਣਾ ਹੈ ਜੀ ਛੱਡ ਦਿਉ, ਇਹ ਫਲਾਣਾ, ਕਿ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਉਹਦੇ ਵਿੱਚ ਜਾਣਾ ਚਾਹੁੰਦਾ ਵਾਪਸ, ਉਹ ਚਾਹੇ ਸਰਕਾਰ ਨਿਕਲ ਜਾਵੇ ਮੈਂ ਉਸ ਤੋਂ ਬਾਅਦ ਚੱਲ ਜੂੰਗਾ। ਜਿਹੜੀ ਮੇਰੀ ਮਨ ਦੀ ਰਾਇ ਹੈ ਕਿ ਮੈਂ ਵਾਰ ਵਾਰ ਪਾਰਟੀਜ਼ ਨਹੀਂ ਬਦਲ ਸਕਦਾ, ਮੇਰਾ ਵਿਰੋਧ ਸਿੱਧੂ ਨਾਲ ਹੈ, ਨਾ ਕਿ ਕਾਂਗਰਸ ਨਾਲ, ਕਿਉਂਕਿ ਸਿੱਧੂ ਸਾਹਿਬ ਕਾਂਗਰਸ ਦੇ ਸਕੇ ਨਹੀਂ ਹੈਗੇ, ਨਾ ਉਹ ਹਿਮਾਚਲ ਇਲੈਕਸ਼ਨ 'ਚ ਗਏ, ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹੋਈਆਂ ਨੇ, ਨਾ ਉਹ ਕਿਤੇ ਜਾਂਦੇ ਨੇ, ਸਿਰਫ ਅਤੇ ਸਿਰਫ ਉਹ ਸੱਤਾ ਭੋਗਣ ਆਏ ਨੇ। ਕੋਈ ਗੱਲ ਨਹੀਂ, ਉਹ ਸਰਕਾਰ ਹੰਢਾ ਲੈਣ ਜਾਂ ਉਹਨਾਂ ਨੂੰ ਲੱਗੂਗਾ ਉਹਨਾਂ ਕਦੋਂ ਵਾਪਸ ਜਾਣਾ, ਮੈਂ ਉਦੋਂ ਵਾਪਸੀ ਕਰ ਲੂੰਗਾ। ਕਾਂਗਰਸ ਇੱਕ ਇਹੋ ਜਿਹੀ ਪਾਰਟੀ ਹੈ, ਉਹ ਏਡਾ ਵੱਡਾ ਸਮੁੰਦਰ ਹੈ ਕਿ ਉਹਦੇ ਵਿੱਚ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਤੁਸੀਂ ਆਪਣੇ ਮਨ ਦੇ ਵਲਵਲੇ ਤੁਸੀਂ ਉਹਦੇ ਵਿੱਚ ਸੱਚ ਬੋਲ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਕੋਈ ਰੋਕ ਟੋਕ ਨਹੀਂ। ਇਹ ਮੇਰਾ ਤਜਰਬਾ ਕਾਂਗਰਸ ਨਾਲ ਹੋਇਆ। ਨਹੀਂ ਪਰ ਧੜੇਬੰਦੀ ਤਾਂ ਕਾਂਗਰਸ 'ਚ ਵੀ ਹੈਗੀ ਨਾ, ਹੁਣ ਜੇ ਆਪਾਂ ਜ਼ਿਮਨੀ ਚੋਣ ਦੀ ਗੱਲ ਕਰ ਲਈ ਗੁਰਦਾਸਪੁਰ ਵਾਲੀ ਦੀ, ਹੁਣ ਜਿਹੜੇ ਉੱਥੋਂ ਦੇ ਲੋਕਲ ਲੀਡਰ ਨੇ, ਜੇ ਆਪਾਂ ਬਾਜਵਾ ਸਾਹਿਬ ਦੀ ਵੀ ਗੱਲ ਕਰ ਲਈ, ਹੁਣ ਬਾਜਵਾ ਸਾਹਿਬ ਦੀਆਂ ਕੈਪਟਨ ਸਾਹਿਬ ਨਾਲ ਦੂਰੀਆਂ ਉਹ ਵੀ ਜਗ ਜ਼ਾਹਰ ਨੇ, ਅਤੇ ਫਿਰ ਉਹ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਜੇ ਉੱਧਰ ਰਹਿ ਗਏ ਤਾਂ ਪਾਰਟੀਬਾਜ਼ੀ ਦੇ ਵਿੱਚ ਪਾਰਟੀਬਾਜ਼ੀ, ਗੁੱਟਬੰਦੀ ਤਾਂ ਉੱਥੇ ਵੀ ਹੈਗੀ? ਭਾਅ ਜੀ ਗੁੱਟਬੰਦੀ ਤਾਂ ਮੇਰਾ ਪਰਿਵਾਰ ਹੋਊਗਾ ਉਹ 'ਚ ਵੀ ਹੋਊਗੀ, ਤੁਹਾਡੇ ਵੀ ਕਿਤੇ ਨਾ ਕਿਤੇ ਹੋਊਗੀ ਸਾਰਿਆਂ ਦੇ। ਗੁੱਟਬੰਦੀ ਨੂੰ ਤਾਂ ਆਪਾਂ ਖਤਮ ਕਰ ਹੀ ਨਹੀਂ ਸਕਦੇ, ਆਪਾਂ ਆਪਣਾ ਕਰਦਾਰ ਕੀ ਆ ਉਹ ਨਿਭਾਉਣਾ, ਮੈਂ ਆਪਣਾ ਕਰਦਾਰ ਜਿਹੜਾ ਉਹ ਇਮਾਨਦਾਰੀ ਨਾਲ ਨਿਭਾਉਣਾ, ਉਹ ਮੈਂ ਕਿਤੇ ਵੀ ਰਵਾਂ ਨਿਭਾਉਂਦਾ ਰਹੂੰਗਾ, ਮੈਂ ਇੰਡੀਪੈਂਡੈਂਟ ਰਹਿ ਕੇ ਵੀ ਨਿਭਾਉਣ ਡਿਆ। ਅਜੇ ਮੈਨੂੰ ਬੜੀ ਦੁਨੀਆ ਨੇ ਸਲਾਹ ਦਿੱਤੀ ਤੂੰ ਇੰਡੀਪੈਂਡੈਂਟ ਹੈ, ਚੁੱਪ ਰਹਿਣਾ ਚਾਹੀਦਾ, ਮੈਂ ਕਿਹਾ ਜੀ ਜ਼ੁਲਮ ਹੁੰਦਾ ਵੇਖ ਕੇ ਮੈਂ ਚੁੱਪ ਨਹੀਂ ਰਹਿ ਸਕਦਾ। ਮੇਰੇ ਮਨ ਦੇ, ਮੈਂ ਤਾਂ ਤੁਹਾਨੂੰ ਇੱਕ ਗੱਲ ਕਹਾਂ ਕਿ ਜਿਸ ਦੇਸ਼ 'ਚ ਜਾਂ ਜਿਸ ਸੂਬੇ 'ਚ ਅਸੀਂ, ਜਿਸ ਜਗ੍ਹਾ ਦੇ ਉੱਤੇ ਅਸੀਂ ਪੈਦਾ ਹੋਏ, ਜੇ ਉਹਦੀ ਰਾਖੀ ਦਾ ਸਾਡੇ 'ਚ ਜਨੂੰਨ ਨਹੀਂ ਅਤੇ ਨਹੀਂ ਪੀਤਾ ਫਿਰ ਦੁੱਧ ਮਾਂ ਦਾ ਅਤੇ ਪਿਓ ਦਾ ਸਾਡੇ 'ਚ ਖੂਨ ਨਹੀਂ। ਇਹਨਾਂ ਲਾਨਤਾਂ ਦੇ ਖਿਲਾਫ਼ ਮੈਂ ਲੜਦਾ ਰਹੂੰਗਾ ਭਾਵੇਂ ਮੈਂ ਬਾਹਰ ਹੀ ਰਵਾਂ ਸਾਰੀ ਉਮਰ। ਅੱਛਾ, ਅਮਰਿੰਦਰ ਪੰਨੂ ਜੀ ਦਾ ਮੈਲਬੌਰਨ ਤੋਂ ਆਪਾਂ ਨੂੰ ਮੈਸੇਜ ਆਇਆ ਇੱਕ ਤੁਹਾਡੇ ਲਈ, ਉਹ ਕਹਿੰਦੇ ਵੀ ਗੈਂਗਸਟਰ ਜਿਹੜੇ ਕਿ ਪਿਛਲੇ 10 ਕੁ ਸਾਲਾਂ ਦੇ ਵਿੱਚ ਸ਼ਬਦ ਬੜਾ ਵਧਿਆ ਜੀ, ਇਹ ਇਹਨੂੰ ਡਿਵੈਲਪ ਕਰਨ ਦੇ ਵਿੱਚ ਜਿਹੜੀ ਉਸ ਸਮੇਂ ਪਾਰਟੀ ਸੀਗੀ ਜਾਂ ਜਿਹਦੇ 'ਚ ਤੁਸੀਂ ਵੀ ਰਹੇ ਹੋ, ਉਹਦਾ ਕਿੰਨਾ ਹੱਥ ਰਿਹਾ? ਗੈਂਗਸਟਰ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਹੈ ਪੰਜਾਬ ਦਾ, ਉਹ ਵਿਕਰਮ ਸਿੰਘ ਮਜੀਠੀਆ ਰਿਹਾ 10 ਸਾਲ। ਗੈਂਗਸਟਰਾਂ ਦੀ ਪੁਸ਼ਤ ਪਰਾਈ ਸਾਡੇ ਸ਼ਹਿਰ 'ਚ ਤੁਹਾਨੂੰ ਆਮ ਮਿਸਾਲਾਂ ਮਿਲਣਗੀਆਂ, ਕਿਤੇ ਗੋਲੀ ਚੱਲ ਗਈ ਪਰਚਾ ਨਹੀਂ ਹੋਣਾ, ਕਿਤੇ ਗੋਲੀ ਜਿਹਨੂੰ ਵੱਜੀ ਹੈ ਉਹਦੇ ਉੱਤੇ ਹੀ ਪਰਚਾ, ਇਹੋ ਜਿਹੀਆਂ ਕਈ ਮਿਸਾਲਾਂ ਤੁਹਾਨੂੰ ਪੰਜਾਬ 'ਚ ਮਿਲ ਜਾਣਗੀਆਂ। ਪੰਜਾਬ ਦੀ ਜਨਤਾ, ਬਾਹਰ ਬੈਠੇ ਹੋ ਤੁਸੀਂ, ਮੈਂ ਮਤਲਬ ਮੈਂ ਆਪਣੇ ਦੇਸ਼ ਨਾਲ ਬੜਾ ਪਿਆਰ ਕਰਦਾ ਜੀ, ਤੁਸੀਂ ਵੀ ਕਰਦੇ ਹੋਗੇ, ਪਰ ਕਿਤੇ ਨਾ ਕਿਤੇ ਮੇਰੀ ਵੀ ਸੋਚ ਇਹ ਹੈ ਕਿ ਮੈਂ ਆਪਣੇ ਬੱਚੇ ਬਾਹਰ ਖੜ ਦੂੰਗਾ। ਪੰਜਾਬ 'ਚ ਇੰਨੀ
ਕਿ 20-25 ਸਾਲ ਪਹਿਲਾਂ ਬਾਹਰ ਉਹ ਬੰਦਾ ਜਾਂਦਾ ਸੀਗਾ, ਬਹੁਤ ਗਿਣਤੀ ਉਹ ਸੀਗੀ, ਕਈ ਸਾਹਿਬੇ ਸੀ ਜਿੱਥੇ ਵੀ ਗਏ ਹੋਣਗੇ, ਕਿ ਇੱਥੇ ਕੰਮ ਨਹੀਂ ਯਾਰ, ਇਹਨੂੰ ਦੁਬਈ ਭੇਜ ਦਿਉ, ਇਹਨੂੰ ਮਤਲਬ ਸਾਊਦੀ ਅਰਬ ਭੇਜ ਦਿਉ, ਅਮੈਰੀਕਾ ਚਲ ਜਾਏਗਾ, ਕੈਨੇਡਾ ਚਲ ਜਾਏਗਾ। ਅੱਜ ਪੰਜਾਬ ਦੇ ਹਾਲਤ ਜਿਹੜੇ ਉਹ ਤਰਸਯੋਗ ਹੈ ਕਿ ਕਿਸੇ ਬੰਦੇ ਦੀ 1000 ਕਰੋੜ ਰੁਪਈਏ ਦੀ ਵੀ ਟਰਨਓਵਰ ਹੈ, ਕਿਸੇ ਬੰਦੇ ਕੋਲ 100 ਕਰੋੜ ਦਾ ਵੀ ਕੰਮ ਹੈ, ਕਿਸੇ ਦੀ 5-7-10 ਲੱਖ ਰੁਪਈਆ ਵੀ ਮਹੀਨਾ ਕਮਾਈ ਹੈ, ਉਹ ਵੀ ਬੰਦਾ ਬੱਚੇ ਆਪਣੇ ਪੰਜਾਬ 'ਚ ਰੱਖ ਕੇ ਖੁਸ਼ ਨਹੀਂ ਹੈਗਾ ਕਿ ਪੰਜਾਬ 'ਚ ਪਤਾ ਨਹੀਂ ਇਹ ਕੋਈ ਸੈਂਟਰ ਦੀਆਂ ਏਜੰਸੀਆਂ ਨੇ ਪੰਜਾਬ ਦੀ ਤਰੱਕੀ ਨਾ ਕੋਈ ਦੇਖਣਾ ਚਾਹੁੰਦਾ, ਪਹਿਲਾਂ ਅੱਤਵਾਦ 'ਚ ਰੁਲ ਗਏ, ਫਿਰ ਆਪਾਂ ਨਸ਼ਿਆਂ ਦੇ ਵਿੱਚ ਰੁਲ ਗਏ, ਕਿ ਪੰਜਾਬੀ ਇੰਨੇ ਜ਼ਿਆਦਾ ਦਲੇਰ ਨੇ, ਜੇ ਖੁਸ਼ਹਾਲ ਹੁੰਦੇ ਨੇ ਸੜਕਾਂ 'ਤੇ ਉੱਤਰ ਆਉਂਦੇ ਨੇ, ਜਾਂ ਮੋਰਚੇ ਲਾਉਂਦੇ ਨੇ, ਆਪਣੇ ਹੱਕਾਂ ਲਈ ਲੜਦੇ ਨੇ, ਇਸ ਕਰਕੇ ਪੰਜਾਬ ਨੂੰ ਜਿਹੜਾ ਸ਼ੁਰੂ ਤੋਂ ਹੀ ਇਗਨੋਰ ਕੀਤਾ ਜਾਂਦਾ, ਔਰ ਇਹ ਜਿਹੜਾ ਪਹਿਲਾਂ ਅੱਤਵਾਦ ਖਾ ਗਿਆ, ਸਾਨੂੰ ਕਿੰਨੇ ਸਾਡੇ ਜਿਹੜੇ ਬੰਦੇ ਨੇ ਉਹ ਨਿਰਦੋਸ਼ ਵੀ ਮਰ ਗਏ, ਖਾੜਕੂ ਵੀ ਮਰ ਗਏ, ਸਾਰੇ ਮਰ ਗਏ, ਇੰਨਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਉਸ ਤੋਂ ਵੱਧ ਜਿਹੜਾ ਨੁਕਸਾਨ ਹੈ ਪੰਜਾਬ ਦਾ ਉਹ ਨਸ਼ਿਆਂ 'ਚ ਹੋ ਗਿਆ, ਨੌਜਵਾਨ ਵਿਹਲੇ ਨੇ, ਗੈਂਗਸਟਰ ਕਿਤੇ ਤੇ ਮਤਲਬ ਬੜੇ ਵੱਡੀਆਂ ਲੁੱਟਾਂ ਖੋਹਾਂ ਕਰਦੇ ਨੇ, ਤੁਹਾਨੂੰ ਇਹੋ ਜਿਹੀਆਂ ਮਿਸਾਲਾਂ ਵੀ ਮਿਲਣਗੀਆਂ ਕਿ ਕਿਸੇ ਦੇ ਘਰ ਮਾਂ ਬਾਪ ਕੋਲ ਦਵਾਈ ਨਹੀਂ ਹੈਗੀ ਤੇ ਉਹ ਕਿਸੇ ਦੀ ਚੈਨੀ ਲਾ ਕੇ ਲੈ ਜਾਂਦਾ, ਉਹ ਕਿਸੇ ਦਾ ਫੋਨ ਖੋਹ ਕੇ ਲੈ ਜਾਂਦਾ। ਇਹੋ ਜਿਹੀ ਭੁੱਖ ਮਰੀ ਜਿਹੜੀ ਪੰਜਾਬ 'ਚ ਫੈਲ ਗਈ ਹੈ, ਅੱਜ ਜਿਹੜੀਆਂ ਲੈਣਾ ਕਿਸੇ ਵੇਲੇ ਅਮਰਤਾ ਪ੍ਰੀਤਮ ਨੇ ਲਿਖੀਆਂ ਸੀ ਉਹ ਯਾਦ ਆਉਂਦੀਆਂ ਨੇ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਫਿਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਆਹ ਹਾਲਾਤ ਅੱਜ ਪੰਜਾਬ ਦੇ ਬਣ ਗਏ ਨੇ, ਕੋਈ ਬੰਦਾ ਇੱਥੇ ਰਹਿ ਕੇ ਖੁਸ਼ ਹੀ ਨਹੀਂ, ਜਿਹਦਾ ਕਾਰੋਬਾਰ ਹੈ ਉਹ ਵੀ ਰਹਿ ਕੇ ਖੁਸ਼ ਨਹੀਂ, ਔਰ ਨੌਜਵਾਨ ਇੰਨਾ ਜ਼ਿਆਦਾ ਬੇਰੁਜ਼ਗਾਰ ਹੈ, ਔਰ ਉਹਨਾਂ ਦੇ ਸੁਪਨੇ ਐਡੇ ਐਡੇ ਵੱਡੇ ਨੇ, ਫਿਰ ਉਹ ਕਿਤੇ ਨਾ ਕਿਤੇ ਗਲਤ ਕੰਮਾਂ ਦੇ ਵਿੱਚ ਜਿਹੜਾ ਉਹਨਾਂ ਦਾ ਦਖਲ ਹੋ ਜਾਂਦਾ। ਅੱਛਾ ਇੱਕ ਗੱਲ ਦੱਸੋ, ਇੰਨੇ ਸਾਲਾਂ ਤੋਂ ਸਿਆਸਤ ਦੇ ਵਿੱਚੋਂ ਤੁਸੀਂ ਵੱਡੇ ਵੱਡੇ ਲੀਡਰਾਂ ਦੇ ਨੇੜੇ ਵੀ ਰਹੇ, ਉਹਨਾਂ ਦੀ ਕੀ ਸੋਚ ਹੈ ਪੰਜਾਬ ਨੂੰ ਲੈ ਕੇ, ਵਿਜ਼ਨ ਕੀ ਹੈ? ਮੇਰੀ ਇੱਕ ਛੋਟੀ ਜਿਹੀ ਡਿਮਾਂਡ ਸੀ ਜੀ, ਜੇ ਤੁਸੀਂ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ, ਨਾ ਮੈਂ ਜ਼ਿੰਦਗੀ 'ਚ ਕਿਸੇ ਕੋਲੋਂ ਪੈਸੇ ਮੰਗਦਾ, ਪਰ ਜੇ ਤੁਸੀਂ ਮਤਲਬ ਉਪਰਾਲਾ ਕਰ ਸਕਦੇ ਹੋ ਕਿਸੇ NGO ਰਾਹੀਂ, ਮੇਰਾ ਇੱਕ ਦਿਲ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਜਾਵੇ, ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਪ ਹੈ, ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਨੇ, ਮੈਂ ਇਹ ਕਰ ਦੂੰ, ਚੋਣ ਮੈਨੀਫੈਸਟੋ, ਮੇਰੀ ਇੱਕ ਤਮੰਨਾ ਹੈ ਕਿ ਹਿੰਦੁਸਤਾਨ 'ਚ ਸ਼ਾਇਦ ਸੁਧਾਰ ਹੋਊਗਾ ਉਦੋਂ, ਕਿ ਜਿਹੜੇ ਵਾਅਦੇ ਅਸੀਂ ਲੋਕਾਂ ਨਾਲ ਕੀਤੇ, ਅਸੀਂ ਕਿਤੇ ਨਾ ਕਿਤੇ ਇੱਕ ਪਰਚਾ ਦਰਜ ਕਰਾਉਂਦੇ ਹਾਂ ਕਿਸੇ ਦੇ ਧਰਮ ਦੇ ਖਿਲਾਫ਼ ਕੋਈ ਬੋਲ ਦਿੱਤਾ, ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ, ਕਿ ਜਿਹੜਾ ਬੰਦਾ ਆਪਣੀ ਪੂਰੀ ਟਰਮ ਦੇ ਵਿੱਚ 5 ਸਾਲਾਂ 'ਚ ਜੇ ਚੋਣ ਵਾਅਦੇ ਪੂਰੇ ਨਾ ਕਰ ਸਕੇ, ਉਹਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ 420 ਦਾ ਪਰਚਾ ਦਰਜ ਕਰਨਾ ਚਾਹੀਦਾ, ਔਰ ਉਹਨੂੰ ਫੜ ਕੇ ਅੰਦਰ ਕਰਨਾ ਚਾਹੀਦਾ, ਉੱਤੇ ਤਾਂ ਉਮਰ ਜਿਹੜੀ ਉਹ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਉਹ ਲੋਕਾਂ ਦੇ ਨਾਲ ਦੁਬਾਰਾ ਖਿਲਵਾੜ ਨਾ ਕਰ ਸਕੇ, ਔਰ ਚੰਗੇ ਲੋਕ ਆਉਣ। ਇਹ ਮੇਰੀ ਮੰਸ਼ਾ ਹੈ, ਪਰ ਉੱਥੇ PIL ਨਾ ਕੋਈ ਪਾਉਂਦਾ, ਅਤੇ ਮੇਰਾ ਖਿਆਲ ਹੈ ਜੋ ਪਾਈ ਵੀ ਤਾਂ ਸ਼ਾਇਦ ਅਸੈਪਟ ਹੋਵੇ ਨਾ ਹੋਵੇ, ਸਭ ਚੱਲਦਾ ਤਾਂ ਇੱਦਾਂ ਹੀ ਹਿੰਦੁਸਤਾਨ ਦੇ ਵਿੱਚ, ਕਿ ਲੋਕਾਂ ਨੂੰ ਜਦੋਂ ਮੋਦੀ ਸਾਹਿਬ ਬਣੇ ਨੇ ਕਿੱਡੇ ਕਿੱਡੇ ਲਾਰੇ ਲਾਏ ਗਏ, 15 ਲੱਖ ਆਏਗਾ, ਫਲਾਣਾ ਆਏਗਾ, ਪਾਕਿਸਤਾਨ ਦੀ ਬੈਂਡ ਵਜਾ ਦਾਂਗੇ, ਇਹ ਕਰ ਦਾਂਗੇ, ਔਰਤਾਂ ਦੀ ਸੁਰੱਖਿਆ ਹੋਏਗੀ, ਉਸ ਤੋਂ ਬਾਅਦ ਸਾਡੇ ਦੇਸ਼ 'ਤੇ ਕੀ ਹਾਲਾਤ ਨੇ, ਕਿਸੇ ਨੇ 15 ਲੱਖ ਆਇਆ? ਹਰ ਬੰਦਾ ਆਪਣੇ ਲੋਕਾਂ ਨੂੰ ਲਾਰੇ ਲਾਉਂਦਾ ਕਿ ਲੋਕਾਂ ਦੀਆਂ ਭਾਵਨਾਵਾਂ ਵੇਖ ਲੈਂਦੇ, ਜਿੰਨੇ ਪੋਲੀਟੀਸ਼ਨ ਨੇ ਸਾਰੇ ਸੇਲਜ਼ਮੈਨ ਨੇ, ਇਹਨਾਂ ਨੂੰ ਪਤਾ ਹੈ ਕਿ ਇਹਨੂੰ ਮੈਂ ਮਾਲ ਕਿੱਦਾਂ ਵੇਚਣਾ ਆਪਣਾ, ਜਾਂ ਮੈਂ ਇਹਦੀਆਂ ਭਾਵਨਾਵਾਂ ਨਾਲ ਖਿਲਵਾੜ ਕਿੱਦਾਂ ਕਰਨਾ, ਇਹੋ ਇਹੋ ਜਿਹੇ ਸਾਨੂੰ ਲਾਰੇ ਲਾਏ ਗਏ। ਕਈ ਗਰੀਬ ਜਨਤਾ 15-15 ਲੱਖ ਰੁਪਈਆ ਡੀਕਣ ਲਈ ਹੈ, ਕਿਸੇ ਨੂੰ ਮਿਲਿਆ ਜੀ? ਮੈਂ ਤੇ ਅੱਜ ਜਦੋਂ ਇਲੈਕਸ਼ਨ ਕੰਪੇਨ ਚਲਾਈ ਸੀ, ਮੈਂ ਇੱਕ ਮਿਸਾਲ ਦਿੰਦਾ ਹੁੰਦਾ ਸੀਗਾ ਇਹਨਾਂ ਦੀ, ਕਿ ਇੱਕ ਮੂਵੀ ਆਈ ਸੀ ਇਸ਼ਕ, ਉਹਦੇ ਵਿੱਚ ਇੱਕ ਕਰੈਕਟਰ ਸੀਗਾ ਉਹ ਉਪਾਸਨਾ ਸਿੰਘ ਦਾ, ਜਿਹੜਾ ਜੌਨੀ ਲੀਵਰ ਹੈ, ਸਿਰਫ ਉਹਦੀ ਸ਼ਕਲ ਵੇਖ ਕੇ ਉਹਦੇ ਨਾਲ ਵਿਆਹ ਕਰਾ ਲੈਂਦਾ, ਜਿੱਦਾਂ ਅਸੀਂ ਸਾਰੇ ਹਿੰਦੁਸਤਾਨੀ ਮੋਦੀ ਸਾਹਿਬ ਨਾਲ ਵਿਆਹੇ ਗਏ ਵੀ ਤੈਨੂੰ ਵੋਟਾਂ ਪਾ ਦਿੰਦੀਆਂ, ਤੂੰ ਬੰਦਾ ਬੜਾ ਵਧੀਆ, ਉਹਦੇ ਨਾਲ ਜਦੋਂ ਵਿਆਹ ਕਰਾ ਲੈਂਦਾ ਤੇ ਜਦੋਂ ਰਾਤ ਨੂੰ ਉਹਦਾ ਆ ਕੇ ਘੁੰਡ ਚੁੱਕਦਾ ਹੈ, ਤੈਨੂੰ ਪੁੱਛਦਾ ਹੈ, ਤੈਨੂੰ ਚਾਹ ਬਣਾਉਣੀ ਆਉਂਦੀ ਹੈ, ਉਹ ਕੋ ਕਰਦੀ ਅੱਬਾ ਡੱਬਾ ਡੱਬਾ, ਉਹਨੂੰ ਪੁੱਛਦਾ ਵੀ ਕੰਮ ਕਾਰ ਕਰਨਾ ਆਉਂਦਾ, ਅੱਬਾ ਡੱਬਾ ਡੱਬਾ, ਮੋਦੀ ਸਾਹਿਬ ਨੇ ਲਾਰੇ ਤੇ ਲਾ ਲਏ ਇਹਨਾਂ ਦੀ ਸ਼ਕਲ ਵੇਖ ਕੇ, ਇਹਨਾਂ ਦੇ ਵਾਅਦੇ ਵੇਖ ਕੇ ਸੀ ਇਹਨਾਂ ਨੂੰ, ਤੇ ਜਦੋਂ ਕੋਈ ਸਵਾਲ ਕਰੀਦਾ ਵੀ ਪਾਕਿਸਤਾਨ ਕੀ ਕਰਨ ਜਾਂਦੇ ਹੋ, ਜਾਂ ਉਹਦੀ ਤੁਸੀਂ ਮਤਲਬ ਇੰਟਰਨੈਟ ਕਿਉਂ ਨਹੀਂ ਵਜਾਉਂਦੇ, ਲੋਕਾਂ ਦਾ 15 ਲੱਖ ਕਿਉਂ ਨਹੀਂ ਆਇਆ, ਤੇ ਉਹ ਬੋਲੇ ਨੇ ਬਸ ਅੱਬਾ ਡੱਬਾ ਡੱਬਾ ਹੀ ਹੋਣ। ਮੈਂ ਜੀ ਬੰਦੇ ਤੁਸੀਂ ਇੰਟਰਸਟਿੰਗ ਲੱਗੇ ਮੈਨੂੰ, ਐਸਾ ਗੱਲ ਦੱਸੋ, ਜੇ ਤੁਸੀਂ ਨੇੜੇ ਰਹੇ, ਮੈਂ ਤਾਂ ਤੁਹਾਨੂੰ ਇਹ ਲੋਕਲ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਛੱਡੀਏ ਗੱਲ। ਨਹੀਂ ਸਰ, ਮੈਂ ਮਤਲਬ ਮੈਂ ਇਹ ਨਾ ਸੋਚੋ, ਪ੍ਰਧਾਨ ਮੰਤਰੀ ਦਾ ਲੈਵਲ ਬਹੁਤ ਵੱਡਾ ਹੈ, ਮੇਰੇ ਅੱਗੇ ਇੱਕ ਤੁੱਛ ਜਿਹਾ ਬੰਦਾ ਉਹਦੇ ਉੱਤੇ ਸਵਾਲ ਕਰੇ, ਮੈਂ ਸਿਰਫ ਪੋਲੀਟੀਸ਼ੀਅਨ ਦੇ ਦੱਸਿਆ ਵੀ ਲਾਰੇ ਕਿੱਦਾਂ ਲਾਉਂਦੇ ਹੋ ਤੇ ਉਸ ਤੋਂ ਬਾਅਦ ਕੀ ਬਣਦਾ ਜਨਤਾ ਦਾ। ਮੈਂ ਸਮਝ ਗਿਆ ਗੱਲ ਤੁਹਾਡੀ, ਚਲੋ ਵਧੀਆ ਗੱਲ ਹੈ। ਮੈਂ ਇਹ ਜਾਣਨਾ ਚਾਹੁੰਦਾ ਵੀ ਪੰਜਾਬ ਦੀ ਲੀਡਰਸ਼ਿਪ, ਹੁਣ ਤੁਸੀਂ ਕਾਂਗਰਸ ਦੀ ਲੀਡਰਸ਼ਿਪ ਵੀ ਦੇਖ ਲਈ, ਅਕਾਲੀ ਦਲ 'ਚ ਵੀ ਤੁਸੀਂ ਰਹੇ, ਉਸ ਲੀਡਰਸ਼ਿਪ ਨੂੰ ਵੀ ਦੇਖਿਆ, ਕੀ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਕਿ ਵੀ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਜਾਂ ਕਿਹੜਾ ਲੀਡਰ ਕਿੱਥੇ ਕਿਤੇ ਖੜਾ? ਮੈਂ ਇਹ ਮਜੀਠੀਆ ਸਾਹਿਬ ਅਤੇ ਸਿੱਧੂ ਸਾਹਿਬ ਤੋਂ ਬਿਨਾਂ ਪੁੱਛ ਰਿਹਾ। ਮੈਂ ਤਾਂ ਸਮਝਦਾ ਜੀ, ਸਾਨੂੰ ਲੋਕਾਂ ਨੂੰ ਲੀਡਰਾਂ ਤੋਂ ਆਸਾਂ ਹੁੰਦੀਆਂ ਨੇ ਬਹੁਤ ਜ਼ਿਆਦਾ, ਉਸ ਤੋਂ ਬਾਅਦ ਕਿਰਦਾਰ ਦੇ ਉੱਤੇ ਕੌਣ ਕਿੰਨਾ ਖਰਾ ਉਤਰਦਾ, ਅੱਜ ਤੱਕ ਤਾਂ ਪੰਜਾਬ ਰੁਲਿਆ ਹੀ ਫਿਰਦਾ ਭਾਅ ਜੀ। ਉਹਦੇ ਲਈ ਮੈਂ ਅਤੇ ਨੌਜਵਾਨਾਂ ਨੂੰ
ਬਹੁਤ ਪੰਜਾਬ ਦਾ ਨੌਜਵਾਨ ਵਿਹਲਾ ਹੈ ਤੇ ਕਿਉਂ ਨਹੀਂ ਤੁਸੀਂ ਸਿਆਸਤ ਜੁਆਇਨ ਕਰਦੇ? ਅੱਜ ਬੱਚਿਆਂ ਨੂੰ ਸਾਡੇ ਨੂੰ ਪੁੱਛਿਆ ਜਾਵੇ ਨਾ ਕਾਕਾ ਤੂੰ ਕੀ ਬਣਨਾ, ਕਹੂ ਕਹੂ ਮੈਂ ਸਲਮਾਨ ਖਾਨ ਬਣਨਾ, ਕੋਈ ਕਹੂਗਾ ਜੇ ਕੋਈ ਬੇਟੀ ਆ ਜਾਂ ਮੇਰੀ ਵੀ ਹੋਵੇ, ਮੈਂ ਕਿਸੇ 'ਤੇ ਨਹੀਂ ਕਹਿੰਦਾ ਕਿ ਕਟਰੀਨਾ ਕੈਫ ਬਣਨਾ ਜਾਂ ਫਲਾਣਾ ਬਣਨਾ ਢਮਕਾਣਾ, ਕੋਈ ਬੰਦਾ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਬਣਨਾ, ਕੋਈ ਬੰਦਾ ਕਹਿੰਦਾ ਮੈਂ ਮਦਨ ਲਾਲ ਢੀਂਗਰਾ ਬਣਨਾ। ਅੱਜ ਅਸੀਂ ਆਪਣੇ ਸ਼ਹੀਦਾਂ ਦੀਆਂ ਸਿੱਖਿਆਵਾਂ ਨੂੰ ਕਿਉਂ ਭੁੱਲ ਚੁੱਕੇ ਹਾਂ? ਜਿੰਨਾ ਚਿਰ ਅਸੀਂ ਉਹਨਾਂ 'ਤੇ ਚੱਲਣਾ ਨਹੀਂ, ਅਸੀਂ ਲੀਡਰਾਂ ਦੇ ਉੱਤੇ ਡਿਪੈਂਡ ਰਹਿਣਾ ਅਤੇ ਪੰਜਾਬ ਦੇ ਹਾਲਾਤ ਰਹਿਣੇ ਜੇ, ਇਹਨੂੰ ਨਾ ਕੋਈ ਮਜਦਾ ਲਾਲ ਸੁਧਾਰ ਸਕਦਾ ਜੇ ਅਤੇ ਨਾ ਸੁਧਰ ਸਕਦਾ ਜੇ। ਮੈਨੂੰ ਵੀ ਛੱਡੋ, ਤੁਸੀਂ ਬੱਚੇ ਆਪ ਮਤਲਬ ਜਿੰਨੇ ਨੌਜਵਾਨ ਨੇ ਤੁਸੀਂ ਸਿਆਸਤ, ਆਪਾਂ ਵਿਹਲੇ ਚੌਂਕ 'ਚ ਰਹਿਣਾ ਖਲੋਣਾ ਪਸੰਦ ਕਰਦੇ ਹਾਂ, ਆਪਾਂ ਮੂਵੀਜ਼ ਦੇਖਣੀ ਪਸੰਦ ਕਰਦੇ ਹਾਂ, ਵਿਹਲੇ ਚੌਂਕਾਂ 'ਚ ਤਾਸ਼ ਖੇਡਦੇ ਤੁਹਾਨੂੰ ਪੰਜਾਬ 'ਚ ਬੱਚੇ ਮਿਲ ਜਾਣਗੇ, ਪਰ ਜੇ ਉਹਨੂੰ ਕਹੋ ਦੇਸ਼ ਲਈ ਲੜਨਾ, ਇੱਥੇ ਕਿਤੇ ਧੱਕਾ ਹੁੰਦਾ ਇਹਦੇ ਖਿਲਾਫ ਆਵਾਜ਼ ਚੁੱਕਣੀ ਹੈ, ਉਹਦੇ ਲਈ ਤੁਹਾਨੂੰ ਕੋਈ ਮਿਲਦਾ ਨਹੀਂ ਵੀ ਅਸੀਂ ਨਹੀਂ, ਤਾਂ ਫਿਰ ਪੰਜਾਬ ਦਾ ਸੁਧਾਰ ਜੇ ਇਹਨਾਂ ਲੋਕਾਂ ਦੇ ਸਿਰ 'ਤੇ ਛੱਡਾਂਗੇ ਤਾਂ ਪੰਜਾਬ ਕਿੱਥੋਂ ਸੁਧਰੂਗਾ? ਉਹਨਾਂ ਨੂੰ ਤਾਂ ਮੈਂ ਕਹਿਣਾ ਚਾਹੁੰਦਾ ਕਿ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਇੱਕ ਦਿਨ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ, ਨਵੇਂ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ, ਚੁਗਲਖੋਰ ਨੂੰ ਜਿੰਨਾ ਮਰਜ਼ੀ ਟੋਕ ਦਈਏ ਉਹ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ, ਜੇਕਰ ਸ਼ਹੀਦਾਂ ਦੀਆਂ ਸਿੱਖਿਆਵਾਂ 'ਤੇ ਚੱਲੀਏ ਨਾ, ਭੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਜਿਹੜਾ ਸਾਡੇ ਪੰਜਾਬ ਦਾ ਬਹਿ ਗਿਆ। ਉਹਦੇ ਲਈ ਤਾਂ ਤੁਹਾਨੂੰ ਅੱਗੇ ਆਉਣਾ ਪੈਣਾ ਨਾ, ਜੇ ਮੇਰੇ 'ਚ ਕੋਈ ਗਲਤੀ ਨਜ਼ਰ ਆਉਂਦੀ ਤਾਂ ਮੈਨੂੰ ਫੜ ਕੇ ਭਰਾ ਕਰੋ ਵੀ ਕਾਕਾ ਤੇਰਾ ਕੋਈ ਕੰਮ ਨਹੀਂ, ਆਪ 'ਤੇ ਆਪਾਂ ਆਪਣਾ ਮਤਲਬ ਜ਼ਿੰਮੇਵਾਰੀ ਕਿਸੇ ਦੇ ਉੱਤੇ ਸੁੱਟ ਦਿੰਦੇ ਹਾਂ ਅਤੇ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ। ਅੱਛਾ, ਇਹ ਜਿਹੜੀ ਤੁਸੀਂ ਲੋਕਾਂ ਦੀ ਗੱਲ ਕੀਤੀ, ਤੁਸੀਂ ਜੇ ਆਪਣੇ ਆਮ ਬੰਦਿਆਂ 'ਚ ਤੁਸੀਂ ਵਿਚ ਰਹੇ ਹੋ, ਵੋਟਰ ਸਾਈਕੀ ਕੀ ਹੈ? ਜੇ ਮੰਨ ਲਓ ਤੁਸੀਂ ਮੈਨੂੰ ਐਜ਼ ਏ ਵੋਟਰ ਟ੍ਰੀਟ ਕਰੋ, ਐਜ਼ ਏ ਲੀਡਰ ਤੁਸੀਂ ਲੀਡਰ ਹੋ, ਮੈਂ ਵੋਟਰ ਹਾਂ, ਵੋਟਰ ਦੀ ਕੀ ਸਾਈਕੀ ਹੈ? ਮੇਰਾ ਇੱਕ ਪਰਸਨਲ ਮਤਲਬ ਇਹ ਹੈਗਾ ਹੈ ਭਾਜੀ, ਤਜਰਬਾ ਉਹਨੂੰ ਕਹਿ ਸਕਦੇ ਹੋ, ਈਸਟ ਹਲਕੇ ਦੇ ਵਿੱਚ ਜਿੱਥੋਂ ਨਵਜੋਤ ਸਿੰਘ ਸਿੱਧੂ ਨੇ ਇਲੈਕਸ਼ਨ ਲੜੀ ਔਰ ਜਿੱਥੋਂ ਮੈਂ ਇਲੈਕਸ਼ਨ ਲੜੀ ਹੈ, ਇਲਾਕੇ ਦਾ ਮੈਂ ਫੇਵਰੇਟ ਕੈਂਡੀਡੇਟ ਸੀਗਾ, ਜਿੰਨਾ ਚਿਰ ਵੀ ਸਰਵੇ ਹੁੰਦੇ ਰਹੇ ਨਵਜੋਤ ਸਿੱਧੂ ਤੋਂ ਆਉਣ ਤੋਂ ਬਾਅਦ, ਲੋਕਾਂ ਨੂੰ ਇੱਕ ਚੋਣ ਨਿਸ਼ਾਨ ਦੀ ਪਾਲਿਸੀ 'ਚੋਂ ਬਾਹਰ ਜਿਹੜੀ ਸੋਚ ਹੈ ਉਹਦੇ ਤੋਂ ਬਾਹਰ ਆਉਣਾ ਪਊਗਾ। ਮੈਂ ਲੋਕਾਂ ਨੂੰ ਵੀ ਕਿਹਾ ਵੀ ਹੋ ਸਕਦਾ ਯਾਰ ਮੈਂ ਜ਼ਿੰਦਗੀ 'ਚ ਕੋਈ ਗਲਤੀਆਂ ਕੀਤੀਆਂ ਹੋਣਗੀਆਂ, ਮੈਂ ਕੋਈ ਰੱਬ ਦੇ ਰੂਪ 'ਚ ਪੈਦਾ ਨਹੀਂ ਹੋਇਆ ਜ਼ਿੰਦਗੀ 'ਚ, ਮੇਰੇ ਕੋਲ ਕੋਈ ਗਲਤੀ ਨਹੀਂ ਹੋਈ ਹੋਣੀ, ਤੁਸੀਂ ਮੇਰੀ ਗਲਤੀ ਕੱਢੋ, ਮੈਂ ਕੈਮਰੇ 'ਚ ਮੰਨੂਗਾ, ਮੈਂ ਮੁਨਕਰ ਨਹੀਂ ਹੋਊਂਗਾ ਵੀ ਮੇਰੇ ਕੋਲ ਹੋਈ ਹੈ, ਅੱਗੋਂ ਤੁਹਾਡੀ ਮਰਜ਼ੀ, ਤੁਸੀਂ ਮੈਨੂੰ ਮਾਫ਼ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਇਹ ਲੋਕਾਂ ਦਾ ਜਿਹੜਾ ਦਿਮਾਗ ਸੈੱਟ ਹੈ ਉਹਦੇ ਵਿੱਚੋਂ ਬਾਹਰ ਆਉਣ ਦੀ ਲੋੜ ਹੈ। ਨਵਜੋਤ ਸਿੰਘ ਸਿੱਧੂ ਆ ਗਿਆ, ਸਾਡਾ ਹਲਕਾ ਕਾਂਗਰਸੀ ਹੈ, ਲੋਕ ਚੋਣ ਨਿਸ਼ਾਨ ਵੇਖ ਕੇ ਵੀ ਅੱਜ ਵੋਟ ਪਾਉਂਦੇ ਨੇ। ਚੰਗੇ ਬੰਦਾ ਜੇ ਕੋਈ ਕੰਮ ਕਰਨ ਵਾਲਾ, ਅੱਜ ਨਵਜੋਤ ਸਿੰਘ ਸਿੱਧੂ ਇਲਾਕੇ 'ਚ ਲੱਭਦਾ ਨਹੀਂ, ਅੱਜ ਗਾਲਾਂ ਕੱਢਦੇ ਨੇ, ਮੈਨੂੰ ਕੋਈ ਫੋਨ ਆਉਂਦਾ ਮੈਂ ਤਾਂ ਨੰਬਰ ਦੇ ਦਿੰਦਾ ਕਿ ਇਹਦੇ ਨਾਲ ਗੱਲ ਕਰੋ ਜੀ, ਆਹ ਨੰਬਰ ਹੈ ਇਹਦਾ, ਇਹਨੂੰ ਪੁੱਛੋ ਤਾਂ ਸਹੀ। ਆਪਾਂ ਨੂੰ ਥੋੜ੍ਹਾ ਜਦੋਂ ਵੋਟ ਪਾਉਣੀ ਹੈ ਉਦੋਂ ਸੋਚਣਾ ਸਮਝਣਾ ਤਾਂ ਚਾਹੀਦਾ ਕਿ ਬੰਦਾ ਸਾਨੂੰ ਅਵੇਲੇਬਲ ਹੈ। ਪਿਛਲੇ 10 ਸਾਲਾਂ ਤੋਂ ਧੋਖਾ ਦਿੰਦੇ ਰਹੇ ਸਾਨੂੰ, ਗੱਲਾਂ ਕਰਦੇ ਰਹੇ ਸਾਰੀਆਂ, ਮੈਂ ਆਹ ਕਰ ਲੂੰ। ਨਵਜੋਤ ਸਿੰਘ ਸਿੱਧੂ ਜਿਸ ਦਿਨ ਚੋਣ ਜਾਬਤਾ ਲੱਗਾ ਉਸ ਦਿਨ ਪੰਜਾਬ 'ਚ ਆਏ ਨੇ, ਬਾਦਲਾਂ ਤੋਂ ਇੰਨਾ ਡਰਦੇ ਸੀਗੇ ਪਹਿਲਾਂ, ਕੋਈ ਹਾਂਜੀ ਕਿਉਂ ਡਰਦੇ ਸੀ? ਮੈਂ ਨਾ ਡਰ ਹੈ ਜੀ, ਕਿਉਂ ਨਹੀਂ ਬਣਿਆ ਇੱਥੇ, ਅੱਜ ਉਹ ਮੋਦੀ ਤੋਂ ਡਰਦਾ, ਆਹ 14 ਤਰੀਕ ਹੈ ਮੇਰੇ ਖਿਆਲ ਫਿਰ ਉਹਦੇ ਕੇਸ ਦੀ ਸੁਪਰੀਮ ਕੋਰਟ ਦੇ ਵਿੱਚ। ਅੱਛਾ ਹਾਂਜੀ, ਮੈਨੂੰ ਦੱਸੋ ਕਿ ਸਿੱਧੂ ਸਾਹਿਬ ਸਿਰਫ ਸੱਤਾ ਦੇ ਨਾਲ ਰਹਿਣਾ ਪਸੰਦ ਕਰਦੇ ਨੇ? ਅੱਜ ਇੰਨੀ ਦੇਰ ਹੋ ਗਈ, ਰਾਹੁਲ ਨੂੰ ਪੱਪੂ ਕਹਿਤਾ, ਸੋਨੀਆ ਨੂੰ ਮੁੰਨੀ ਕਹਿਤਾ, ਮੈਂ ਇੱਕ ਦਿਨ ਸਵਾਲ ਕੀਤਾ ਸੀ, ਮੈਂ ਕਿਹਾ ਜੀ ਤੁਸੀਂ ਹੁਣ ਕਾਂਗਰਸ 'ਚ ਆ ਗਏ ਹੋ, ਹੁਣ ਇਹੋ ਜਿਹੇ 2-4 ਨਾਮ ਮੋਦੀ ਸਾਹਿਬ ਦੇ ਵੀ ਰੱਖੋ ਨਾ, ਰੰਗਾ ਬਿੱਲਾ, ਕਾਤੀਆ, ਕੋਈ ਫਲਾਣੇ ਇਹੋ ਜਿਹੇ ਨਾਂ ਕਿਉਂ ਨਹੀਂ ਇਹਨਾਂ ਦੇ ਰੱਖਦੇ? ਉਹਨਾਂ ਵੇਲੇ ਕਿਉਂ ਤੁਹਾਡੀ ਬੋਲਤੀ ਬੰਦ ਹੋ ਜਾਂਦੀ? ਕਿਉਂਕਿ ਤੁਹਾਨੂੰ ਘਬਰਾਹਟ ਹੈ ਕਿ ਮੈਨੂੰ ਕਿਤੇ ਨਾ ਕਿਤੇ ਫਸਾ ਦੇਣਗੇ। ਇਹੀ ਪੁਜੀਸ਼ਨ ਬਾਦਲਾਂ ਵੇਲੇ ਸੀ, ਆਪਾਂ ਕਹਿੰਦੇ ਤਰੇ ਬਾਦਲ ਲੁੱਟ ਕੇ ਖਾ ਗਏ, ਬਾਦਲ ਲੁੱਟ ਕੇ ਖਾ ਗਏ, ਇਹਦੇ 'ਚ ਮੈਨੂੰ ਦੱਸੋ ਦੱਸਣ ਵਾਲੀ ਕਿਹੜੀ ਗੱਲ ਹੈ ਜੀ ਬਾਦਲ ਲੁੱਟ ਕੇ ਖਾ ਗਏ? 5ਵੀਂ ਕਲਾਸ 'ਚ ਮੇਰੀ ਬੇਟੀ ਹੈ, 4th 'ਚ, 5ਵੀਂ 'ਚ ਮੇਰਾ ਬੇਟਾ ਹੈ, ਉਹਨੂੰ ਵੀ ਪਤਾ ਬਾਦਲ ਲੁੱਟ ਕੇ ਖਾ ਗਏ, ਤੂੰ ਨਵੀਂ ਗੱਲ ਕੀ ਦੱਸਣ ਆ, ਬਾਦਲ ਫੜ ਕੇ ਅੰਦਰ ਦੇ ਨਾ, ਪਹਿਲਾਂ ਕਿਉਂ ਨਹੀਂ ਬੋਲਿਆ? ਅਤੇ ਤੇਰੀ ਵਾਈਫ 5 ਸਾਲ ਉਹਨਾਂ ਨਾਲ ਮਿਨਿਸਟਰੀ ਦਾ ਆਨੰਦ ਮਾਣਿਆ, ਉਸ ਸਰਕਾਰ ਦਾ ਹਿੱਸਾ ਰਹੀ ਹੈ, ਉਦੋਂ ਨੂੰ ਤੈਨੂੰ ਪਤਾ ਬਾਦਲ ਲੁੱਟਣ ਡੇ ਨੇ, ਤੈਨੂੰ ਮੈਂ ਕੱਢ ਕੇ ਬਾਹਰ ਕਰਾਂ। ਸੋ ਕਿਤੇ ਨਾ ਕਿਤੇ ਇਹ ਇਹ ਜੋ ਕੁਛ ਵੀ ਆ ਚਾਹ, ਮੈਂ ਮਨਦੀਪ ਜੀ ਇਹਨੂੰ ਗੱਲੋਂ ਮਤਲਬ ਬੜਾ ਹੈਰਾਨ ਆ, ਪੋਲੀਟੀਸ਼ੀਅਨ ਹੋਰਨਾਂ ਨਾਲ ਵੀ ਚਲੋ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਇਹ ਜਿਸ ਤਰੀਕੇ ਨਾਲ ਤੁਹਾਡੇ ਅੰਦਰ ਐਗਰੈਸ਼ਨ ਆ, ਇਹ ਹਰੇਕ ਅੰਦਰ ਨਜ਼ਰ ਨਹੀਂ ਆਉਂਦਾ, ਇੱਦਾਂ ਕਿਉਂ? ਸਰ ਜਿੰਨਾ ਚਿਰ ਗਲਤ ਨੂੰ ਗਲਤ ਕਹਿਣ ਦਾ ਤੁਹਾਡੇ ਅੰਦਰ ਜਜ਼ਬਾ ਨਹੀਂ ਆਉਣਾ, ਉਨਾ ਚਿਰ ਮੈਂ ਫਿਰ ਕਹਿੰਦਾ ਕਿ ਹਿੰਦੁਸਤਾਨ ਦੀ ਤਰੱਕੀ ਨਹੀਂ ਹੋ ਸਕਦੀ। ਨਹੀਂ ਮੈਂ ਕਿਉਂ ਕਹਿ ਰਿਹਾ ਕਿ ਮਤਲਬ ਜੇ ਪੋਲੀਟੀਸ਼ੀਅਨ ਬਣਨਾ ਹੋਵੇ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਤੁਹਾਡੀ ਗੱਲ ਗੋਲ ਹੋਣੀ ਚਾਹੀਦੀ, ਜਿਹਦਾ ਕੋਈ ਸਿਰਾ ਨਾ ਹੋਵੇ, ਤੁਹਾਡੀ ਗੱਲ ਗੋਲ ਨਹੀਂ ਆ। ਨਹੀਂ ਸਰ, ਮੈਂ ਗੋਲ ਗੱਲ ਕਰਦਾ ਹੀ ਨਹੀਂ, ਮੈਨੂੰ ਤੁਸੀਂ ਪੋਲੀਟੀਸ਼ੀਅਨ ਗਿਣੋ ਹੀ ਨਾ, ਮੈਂ ਪੰਜਾਬ ਦਾ ਧੈਸ਼ੀ ਹਾਂ, ਮੈਂ ਜਿਹੜਾ ਬੰਦਾ ਪੰਜਾਬ ਦੇ ਪ੍ਰਤੀ ਜਿਹਦਾ ਜਜ਼ਬਾ ਸਾਫ਼ ਹੈ ਮੈਂ ਉਹਦਾ ਧੈਸ਼ੀ ਹਾਂ, ਮੈਨੂੰ ਪਾਰਟੀ ਸਾਰੀ ਉਮਰ ਜੁਆਇਨ ਨਾ ਕਰਾਵੇ ਮੈਨੂੰ ਕੋਈ ਫਰਕ ਨਹੀਂ ਜੀ, ਮੈਂ ਪੰਜਾਬ ਲਈ ਲੜਦੇ ਮਰਦੇ ਰਹਿਣਾ, ਮੈਂ ਆਪਣੇ ਸ਼ਹਿਰ ਲਈ ਲੜਦੇ ਮਰਦੇ ਰਹਿਣਾ, ਮੈਂ ਕੋਈ ਬਹੁਤਾ ਸ਼ਾਹੂਕਾਰ ਨਹੀਂ, ਇੰਨੇ ਇੰਨੇ ਮੈਂ ਸ਼ਹਿਰ ਦੇ ਵਿੱਚ ਮਤਲਬ ਜਿਹੜੇ ਗਲਤ ਨੇ ਉਹਨਾਂ ਦੇ ਰੋਕੇ ਹੋਏ ਨੇ ਕੰਮ, 2-3 ਹੋਟਲ ਨੇ, ਫਲਾਣਾ ਨੇ, ਮੈਨੂੰ ਵੀ ਆਫਰਸ ਆਉਂਦੀਆਂ ਨੇ, ਪਰ ਮੈਂ ਇੱਕ ਗੱਲ ਜਾਣਦਾ, ਚੋਰਾਂ ਦੀ ਗੁਲਾਮੀ ਅਤੇ ਖੁਦ ਦੀ ਨਿਲਾਮੀ ਨਾ ਮੈਂ ਕਦੀ ਕੀਤੀ ਅਤੇ ਨਾ ਮੈਂ ਹੁਣ ਦੇਣੀ ਆ,
ਕਿ ਤੁਸੀਂ ਲੋਕ ਪੋਲੀਟਿਕਸ ਜੁਆਇਨ ਕਰੋ ਜੇ ਵਿਹਲੇ ਹੋ। ਪਹਿਲੀ ਗੱਲ ਤੇ ਮੈਂ ਕਹਿੰਦਾ ਜਿਸ ਬੰਦੇ ਦਾ ਕੰਮ ਘਰ ਸੈੱਟ ਹੈ, ਜਿਹੜਾ ਬੰਦਾ ਆਪਣੇ ਘਰ 'ਚ ਰੋਜ਼ੀ ਰੋਟੀ ਚੱਜਦੀ ਖਾਂਦਾ, ਉਹ ਤੇ ਪੋਲੀਟਿਕਸ ਵੱਲ ਮੂੰਹ ਹੀ ਨਾ ਕਰੇ ਜਿੱਡਾ ਇਹ ਕੁੱਤਾ ਕੰਮ। ਪਰ ਜੇ ਵਿਹਲੇ ਹੋ ਅੱਛਾ ਜੀ, ਤੇ ਫਿਰ ਕੰਮ ਸੇ ਕੰਮ ਆਪਣੇ ਦੇਸ਼ ਲਈ ਲੜਨਾ ਸਿੱਖੋ, ਇਹਨਾਂ ਦੇ ਹਵਾਲੇ ਦੇਸ਼ ਨਾ ਰਹਿਣ ਦਿਓ। ਮੇਰੀ ਵੀ ਤਮੰਨਾ, ਮੈਂ MLA ਬਣਾ ਨਾ ਬਣਾ, ਮੈਂ ਮੰਤਰੀ ਬਣਾ ਨਾ ਬਣਾ, ਇਹੋ ਜਿਹੀ ਕੋਈ ਇੱਛਾ ਨਹੀਂ ਹੈ। ਪਰ ਮੈਂ ਚਾਹੁੰਦਾ ਕਿ ਜਿਸ ਦਿਨ ਮੈਂ ਮਰਾਂ ਮੇਰੀ ਲਾਸ਼ ਦੇ ਉੱਤੇ ਤਿਰੰਗਾ ਪੈਣਾ ਚਾਹੀਦਾ। ਬਸ ਮੈਂ ਇਹੋ ਲੈ ਕੇ ਜਾਣਾ ਚਾਹੁੰਦਾ ਕਿ ਕੁਛ ਆਰਜ਼ੂ ਨਹੀਂ ਹੈ, ਬਸ ਆਰਜ਼ੂ ਇਹੀ ਹੈ ਕਿ ਰੱਖ ਦੇ ਕੋਈ ਜ਼ਰਾ ਸੀ ਖਾ ਕੇ ਵਤਨ ਕਫਨ ਮੇਂ। ਬਸ ਇੰਨੀ ਕੁ ਤਮੰਨਾ ਲੈ ਕੇ ਮੈਂ ਆਪਣੀ ਪੋਲੀਟਿਕਸ ਕਰਦਾ। ਮੈਂ ਤੁਹਾਡੇ, ਮੈਨੂੰ ਤੁਸੀਂ ਦੇਖੋ, ਇਹਨੇ ਨਾ ਮੈਨੂੰ ਕਦੀ ਵਿਕਰਮ ਦੇ ਖਿਲਾਫ਼ ਮੋਰਚਾ ਖੋਲਦਾ, ਕਦੀ ਮੈਂ ਸਿੱਧੂ ਦੇ ਖਿਲਾਫ਼ ਮੋਰਚਾ ਖੋਲਦਾ, ਕਦੀ ਜੋਸ਼ੀ ਦੇ ਖਿਲਾਫ਼ ਮੈਂ ਬੋਲਦਾ। ਮੇਰੇ ਕੋਲ ਮੈਂ ਵਨ ਮੈਨ ਆਰਮੀ ਹਾਂ ਜੀ, ਨਾ ਮੇਰੇ ਕੋਲ ਕੋਈ ਬਹੁਤੇ ਸਾਧਨ ਨੇ। ਆਪਣਾ ਡਰਾਈਵਰ ਵੀ ਮੈਂ ਆਪ ਹਾਂ, ਆਪਣਾ PA ਵੀ ਮੈਂ ਆਪ ਹਾਂ, ਆਪਣੀ ਸਿਕਿਉਰਿਟੀ ਵੀ ਮੈਂ ਆਪ ਹਾਂ। ਮੈਂ ਪਰਮਾਤਮਾ ਨੂੰ ਇਹ ਮੰਨ ਕੇ ਚੱਲਦਾ ਕਿ ਉਹਦੀ ਮਰਜ਼ੀ ਤੋਂ ਬਿਨਾਂ ਮੈਂ ਨਹੀਂ ਮਰਨਾ, ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲੈਣ। ਮੈਂ ਵੀ ਇਕੱਲਾ ਚੱਲਦਾ ਵਾਂ, ਕਈ ਲੋਕ ਸਾਡੇ ਸਾਹਿਬੇ ਸੀਅਤ ਵੀ ਹੈਗੇ ਨੇ, ਉਹਨਾਂ ਕੋਲ ਸਾਰੇ ਸੁੱਖ ਸਾਧਨ ਵੀ ਨੇ। ਉਹ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੀ ਸੇਵਾ ਲਈ ਕੋਈ NGO ਬਣਾਓ, ਕੋਈ ਸਿਆਸਤ ਦਾ ਹਿੱਸਾ ਬਣੋ, ਕੋਈ ਸਿਆਸਤ ਦੇ ਵਿੱਚ। ਸਿਆਸਤ ਇਹ ਨਹੀਂ ਹੈ ਕਿ ਮੈਂ ਕਾਂਗਰਸ ਜੁਆਇਨ ਕਰਨੀ ਹੈ, ਮੈਂ ਅਕਾਲੀ ਦਲ ਜੁਆਇਨ ਕਰਨਾ, ਜਾਂ ਮੈਂ ਭਾਜਪਾ ਜੁਆਇਨ ਕੀਤੀ, ਜਾਂ ਮੈਂ ਆਪ ਜੁਆਇਨ ਕੀਤੀ ਅਤੇ ਫਿਰ ਮੇਰੀ ਪੋਲੀਟਿਕਸ ਸ਼ੁਰੂ ਹੋਊਗੀ, ਜਾਂ ਫਿਰ ਮੇਰੀ ਸੇਵਾ ਦੇਸ਼ ਦੇ ਪ੍ਰਤੀ ਸ਼ੁਰੂ ਹੋਊਗੀ। ਸਿਆਸਤ ਤਾਂ ਇਹ ਹੈ, ਸਿਆਸਤ ਨੂੰ ਕਿਸੇ ਵੇਲੇ, ਮਤਲਬ ਅੱਜ ਤੋਂ ਤੁਸੀਂ 25-30 ਸਾਲ ਪਿੱਛੇ ਜਾਓ, ਪੋਲੀਟੀਸ਼ੀਅਨ ਘੱਟ ਸੀਗੇ, ਇੱਕ ਮਹੱਲੇ ਦੇ ਵਿੱਚ ਇੱਕ ਇਲਾਕੇ 'ਚ ਇੱਕ ਦੋ ਹੀ ਮਿਲਦੇ ਸੀ, ਹੁਣ ਇੱਟ ਪੁੱਟਿਆ ਪੋਲੀਟੀਸ਼ੀਅਨ ਨੇ। ਕਿ ਲੋਕ ਜੇ ਪੋਲੀਟੀਸ਼ੀਅਨ ਆਉਂਦਾ ਵੀ ਸੀਗਾ ਤਾਂ ਉਹਦੇ ਗੋਡੀ ਹੱਥ ਲਾਉਂਦੇ ਸੀਗੇ, ਉਹਦੇ ਪੈਰੀ ਹੱਥ ਲਾਉਂਦੇ ਸੀਗੇ। ਅੱਜ ਜਿੱਡੀ ਮਰਜ਼ੀ ਇਮਾਨਦਾਰੀ ਨਾਲ ਕੰਮ ਕਰ ਲਓ, ਤੁਸੀਂ ਆਪਣੇ ਅੰਦਰ ਜਾਣਦੇ ਹੋ ਤੁਸੀਂ ਚਵਾਨੀ ਦੇ ਰਵਾਦਾਰ ਨਹੀਂ ਹੈਗੇ। ਜਦੋਂ ਬੰਦਾ ਤੁਰਿਆ ਜਾਂਦਾ ਕਹਿੰਦੇ ਚੋਰ ਹੈ। ਇਹ ਪਰਿਭਾਸ਼ਾ ਜਿੰਨਾ ਚਿਰ ਅੱਜ ਲੋਕ ਕੀ ਕਹਿੰਦੇ ਆ, ਮੇਰਾ ਬੇਟਾ ਡਾਕਟਰ ਬਣੇ, ਮੇਰਾ ਬੇਟਾ IAS ਬਣੇ, ਮੇਰਾ ਬੇਟਾ IPS ਬਣੇ, ਮੇਰੀ ਬੇਟੀ ਫਲਾਣੀ ਬਣੇ, ਕਦੀ ਕੋਈ ਬੰਦਾ ਕਹਿੰਦਾ ਮੇਰਾ ਬੱਚਾ ਪੋਲੀਟੀਸ਼ੀਅਨ ਬਣੇ? ਜਦੋਂ ਤੱਕ ਇਹ ਸੋਚ ਲੋਕਾਂ ਦੇ ਮਨ 'ਚ ਨਹੀਂ ਆਉਣੀ ਕਿ ਮੈਂ ਆਪਣਾ ਬੱਚਾ ਨੇਤਾ ਬਣਾਉਣਾ, ਉਹਨੂੰ ਮੈਂ ਸਿੱਖਿਆ ਦੇਣੀ ਹੈ, ਦੇਸ਼ ਦੀ ਸੇਵਾ ਕਰਨੀ ਹੈ, ਉਹਨਾਂ ਚਿਰ ਇਸ ਦੇਸ਼ ਦੀ ਕਿਸੇ ਨੇ ਵਾਗਡੋਰ ਨਹੀਂ ਫੜਨੀ, ਤੁਹਾਡੇ ਉੱਤੇ ਲੋਕਾਂ ਨੇ ਰਾਜ ਕਰਨਾ ਹੀ ਕਰਨਾ। ਅਸੀਂ ਗੁਲਾਮ ਸੀ, ਗੁਲਾਮ ਹਾਂ, ਮੈਂ ਹਰ ਲੈਕਚਰ 'ਚ ਕਹਿੰਦਾ ਅਸੀਂ ਗੁਲਾਮ ਰਹਿਣਾ। ਗੁਲਾਮੀ ਇਹ ਥੋੜ੍ਹੀ ਕਿ ਅੰਗਰੇਜ਼ ਚਲੇ ਗਏ ਸਾਥੋਂ, ਬੇਰੁਜ਼ਗਾਰੀ ਦੇ ਅਸੀਂ ਗੁਲਾਮ ਹਾਂ, ਅਨਪੜ੍ਹਤਾ ਦੇ ਅਸੀਂ ਗੁਲਾਮ ਹਾਂ, ਭੁੱਖ ਦੇ ਅਸੀਂ ਗੁਲਾਮ ਹਾਂ, ਬਿਮਾਰੀਆਂ ਦੇ ਅਸੀਂ ਗੁਲਾਮ ਹਾਂ। ਕਿਹੜੀ ਜਾਤੀ ਦੀਆਂ ਗੱਲਾਂ ਕਰਦੇ ਹਾਂ ਅਸੀਂ ਪੰਜਾਬ ਵਾਲੇ? ਅੱਛਾ ਇੱਕ ਗੱਲ ਦੱਸੋ ਮਨਦੀਪ ਜੀ, ਜੇ ਹੁਣ ਮੈਂ ਤੁਹਾਨੂੰ ਲੀਡਰਾਂ ਦੇ ਵਿੱਚੋਂ ਪੁੱਛਣਾ ਚਾਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕਿੰਨਾ ਕੁ ਪੰਜਾਬ ਤੈਸ਼ੀ ਮੰਨਦੇ? ਜਿੰਨੇ ਵੀ ਪੋਲੀਟੀਸ਼ੀਅਨ ਨੇ ਜੀ, ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰਨਾ ਹੈ, ਪਤਾ ਨਹੀਂ ਕਿਉਂ, ਮਤਲਬ ਮੈਨੂੰ ਲੱਗਦਾ ਹੈ ਕਿ ਮੈਨੂੰ ਬਾਕੀਆਂ ਨਾਲ ਉਹ ਚੰਗੇ ਲੱਗੇ, ਕਿਉਂਕਿ ਕਾਂਗਰਸ 'ਚ ਜਾਣ ਦੀ ਆਪਸ਼ਨ ਮੈਨੂੰ ਪਹਿਲਾਂ ਵੀ ਆਈ ਸੀਗੀ ਜਦੋਂ ਮੈਂ ਇਹਨਾਂ ਨੂੰ ਜੁਆਇਨ ਕੀਤਾ। ਮੈਂ ਇੱਕ ਜ਼ਿਕਰ ਇਹ ਵੀ ਕਰ ਦੇਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਮਜੀਠੀਆ ਪਰਿਵਾਰ ਨਾਲ ਸੰਬੰਧ ਹੈ ਜੀ, ਤੁਹਾਨੂੰ ਇਹ ਵੀ ਪਤਾ ਹੋਣਾ, ਰਿਲੇਸ਼ਨ ਵੀ ਪਤਾ ਹੋਣਾ। ਫਿਰ ਇੱਕ ਪਰਿਵਾਰ ਨਾਲ ਆਪਾਂ ਮੱਥਾ ਲਾਇਆ ਤੇ ਦੂਸਰੀ ਰਿਸ਼ਤੇਦਾਰੀ ਦੀ ਪਾਰਟੀ 'ਚ ਆਪਾਂ ਚਲੇ ਗਏ ਤੇ ਉਹਨਾਂ ਨੂੰ ਆਪਾਂ ਚੰਗਾ। ਸਰ ਮੈਂ ਬੇਹੱਦ ਸਪਸ਼ਟ ਬੰਦਾ ਗੁਰਪ੍ਰੀਤ ਜੀ, ਜਿਸ ਦਿਨ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਜੁਆਇਨ ਕੀਤਾ ਸੀਗਾ, ਮੇਰੇ ਮਨ 'ਚ ਵੀ ਇਹ ਸ਼ੰਕਾ ਸੀਗੀ ਔਰ ਮੈਂ ਕੋਈ ਗੱਲ ਮਨ 'ਚ ਨਹੀਂ ਰੱਖਦਾ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਸਰ ਹੋ ਸਕਦਾ ਵੀ ਲੋਕੀ ਬੜੀਆਂ ਗੱਲਾਂ ਕਰਦੇ ਨੇ, ਅਕਾਲੀ ਦਲ 'ਚ ਰਹਿੰਦੇ ਹੋ, ਸਾਡੇ ਸਾਹਮਣੇ ਵੀ ਬੜੇ ਫੌੜ ਮਾਰਦਾ ਰਿਹਾ ਕਿ ਤੁਹਾਡੇ ਨਾਲ ਐਂ ਫਲਾਣਾ ਮੇਰਾ, ਮੈਂ ਤੁਹਾਡਾ, ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਰਕੇ ਤੁਹਾਡਾ ਕੋਈ ਸਾਂਝ ਜਾਂ ਕਿਸੇ ਨਾਲ ਵੀ ਟੁੱਟੇ, ਮੇਰੀ ਉਹਦੇ ਨਾਲ ਜ਼ਿੰਦਗੀ 'ਚ ਬਣ ਨਹੀਂ ਸਕਦੀ। ਮੈਨੂੰ ਉਹਦੇ ਬਾਰੇ ਤੁਸੀਂ ਨਰਮ ਹੋਣ ਲਈ ਨਹੀਂ ਕਹਿਣਾ ਅਤੇ ਤੁਹਾਨੂੰ ਮੈਂ ਨਹੀਂ ਕਹਿਣਾ ਵੀ ਤੁਸੀਂ ਉਹਦੇ ਨਾਲ ਕੁਛ ਕਰੋ ਜਾਂ ਨਾ ਕਰੋ। ਮੈਂ ਅੱਜ ਤੁਹਾਡਾ ਕਿਸੇ ਨਾਲ ਨੇੜ ਹੈ ਭਾਅ ਜੀ, ਮੈਂ ਤੁਹਾਨੂੰ ਕਹਾਂ ਵੀ ਮੇਰੇ ਕਰਕੇ ਮੇਰੇ ਨਾਲ ਵੀ ਉਹਦੀ ਬਣ ਜੀ ਛੱਡ ਦਿਓ, ਉਹ ਚੀਜ਼ ਨੂੰ ਮੇਰਾ ਜ਼ਮੀਰ ਅਲਾਓ ਨਹੀਂ ਕਰਦਾ। ਪਰ ਫਿਰ ਵੀ ਮੈਨੂੰ ਕੈਪਟਨ ਅਮਰਿੰਦਰ ਸਿੰਘ ਬਾਕੀਆਂ ਨਾਲੋਂ ਠੀਕ ਲੱਗੇ ਕਿ ਸਪਸ਼ਟ ਬੰਦਾ ਹੈ ਯਾਰ। ਮੈਂ ਜਿੰਨੀ ਵਾਰੀ ਵੀ ਵਰਤੇ ਜਾਂ ਜਿੰਨੀ ਵਾਰੀ ਵੀ ਮੇਰਾ ਮੇਲ, ਮੈਂ ਬਹੁਤ ਜ਼ਿਆਦਾ ਕਰੀਬ ਰਿਹਾ ਉਹਨਾਂ ਦੇ ਨਾਲ ਨਾਲ ਰਿਹਾ ਵਾਂ, ਮੈਨੂੰ ਉਹਨਾਂ ਦੀਆਂ ਗੱਲਾਂ 'ਚ ਕਿਤੇ ਝੂਠ ਨਹੀਂ ਸੀ ਲੱਗਦਾ। ਅੱਛਾ ਤੁਸੀਂ ਕਿੰਨਾ ਚਿਰ ਆਪਣਾ ਕੈਪਟਨ ਸਾਹਿਬ ਨਾਲ ਰਹੇ? ਕਿਉਂਕਿ ਜੇ ਪਹਿਲਾਂ ਗੱਲ ਕਰਾਂ ਤਾਂ ਵੱਡੇ ਬਾਲ ਸਾਹਿਬ ਜਾਂ ਸੁਖਬੀਰ ਬਾਲ ਸਾਹਿਬ ਨਾਲ ਤੁਸੀਂ ਜ਼ਿਆਦਾ ਚਿਰ ਰਹੇ ਜੀ ਭਾਜੀ, ਅਤੇ ਉਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਵੱਡੇ ਬਾਲ ਸਾਹਿਬ ਦਾ ਤੁਸੀਂ ਕਿੰਨੇ ਨੰਬਰ ਦਿਓਗੇ ਅਤੇ ਕੈਪਟਨ ਸਾਹਿਬ ਨੂੰ ਕਿੰਨੇ ਨੰਬਰ? ਹੋ ਸਕਦਾ ਜੀ ਮੇਰੀ ਗੱਲ ਫੜੀ ਜਾਵੇ ਕਿ ਸੁਖਬੀਰ ਬਾਦਲ ਦਾ ਤੇ ਮੈਂ, ਮਤਲਬ ਮੈਂ ਉਹ ਤੇ ਵਿਕਰਮ ਦੇ ਹੱਥਾਂ 'ਚ ਖੇਡ ਰਿਹਾ, ਉਹ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਆਖੇ ਚੱਲਦਾ ਤੇ ਸ਼ਾਇਦ ਮਤਲਬ ਪੰਜਾਬ 'ਚ ਅਕਾਲੀ ਦਲ ਦੀ ਇਹ ਦੁਰਗਤ ਨਾ ਹੁੰਦੀ। ਮੈਂ ਸਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਤੇ ਇਹ ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਇੰਨਾ ਜ਼ਿਆਦਾ ਤਜਰਬਾ ਹੈ ਸਿਆਸਤ ਦੇ ਵਿੱਚ, ਮਤਲਬ ਕਈ ਲੋਕ ਤੇ ਉਮਰ ਹੀ ਪੂਰੀ ਆਪਣੀ ਹੰਢਾ ਜਾਂਦੇ ਨੇ ਉਸ ਦੌਰਾਨ, ਜਿੰਨਾ ਉਹਨਾਂ ਦਾ ਸਿਆਸੀ ਤਜਰਬਾ ਹੈ। ਮੈਂ ਉਸ ਬੰਦੇ ਨੂੰ, ਉਸ ਸ਼ਖਸੀਅਤ ਨੂੰ ਸਿਆਸਤ ਦੀ ਯੂਨੀਵਰਸਿਟੀ ਮੰਨਦਾ ਸੀਗਾ ਕਿ ਜਿਹੜਾ ਬੰਦਾ ਟੌੜਾ ਸਾਹਿਬ ਨੂੰ ਫੇਲ ਕਰ ਸਕਦਾ ਉਹ ਸਿਆਸਤ ਦਾ ਇਹੋ ਜਿਹਾ ਵਾਈਸ ਚਾਂਸਲਰ ਹੈ ਯੂਨੀਵਰਸਿਟੀ ਦਾ, ਵੀ ਜਿਹਨੂੰ ਮਰਜ਼ੀ ਫੇਲ ਕਰ ਸਕਦਾ ਅਤੇ ਜਿਹਨੂੰ ਮਰਜ਼ੀ ਪਾਸ ਕਰ ਸਕਦਾ ਅਕਾਲੀ ਦਲ ਦੇ ਵਿੱਚ। ਉਸ ਕੱਦ ਦਾ ਜੇ ਮੈਂ ਗਿਣਿਆ ਤਾਂ ਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਗਿਣਿਆ, ਉਹਨਾਂ ਤੋਂ ਬਾਅਦ ਅਜੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਕੋਈ ਨੌਜਵਾਨ ਉੱਠ ਕੇ ਆਵੇ ਤਾਂ ਉਹ ਵੱਖਰੀ ਗੱਲ।
ਮੈਂ ਤੇ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਭਾਜੀ ਜਿੰਨੇ ਪੂਰੇ ਵਾਅਦੇ ਹੁੰਦੇ ਨੇ ਪਾਰਟੀ ਮੇਰੇ ਖਿਆਲ ਪੂਰੇ ਕਰਦੀ ਹੈ ਕਿ ਨਹੀਂ ਕਰਦੀ, ਪਰ ਫਿਰ ਵੀ ਅੱਜ ਉਹ ਜਿੰਨਾ ਕੁ ਐਫਰਟ ਕਰਦੇ ਨੇ ਜਾਂ ਜਿੰਨਾ ਕੁ ਉਹ ਕਿਤੇ ਨਾ ਕਿਤੇ ਸਪਸ਼ਟ ਆਪਣਾ ਦੱਸ ਵੀ ਦਿੰਦੇ ਨੇ, ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਛ ਤੇ ਜੇ ਉਹ ਬੰਦੇ ਨੇ ਕਿਹਾ ਵੀ ਆ ਮੇਰੀ ਲਾਸਟ ਇਲੈਕਸ਼ਨ ਹੈ ਤੇ ਮੇਰਾ ਨਹੀਂ ਖਿਆਲ ਵੀ ਉਹ ਅੱਜ ਜੇ MLA ਦੇ ਉੱਤੇ ਕੰਟਰੋਲ ਹੈ, ਤੁਸੀਂ ਦੇਖੋ ਸਾਰੇ ਪਿੱਟਦੇ ਫਿਰਦੇ ਨੇ ਮੇਰੀ ਫਲਾਣਾ ਨਹੀਂ ਸੁਣਵਾਈ ਕਰਦਾ, ਮੇਰੀ ਫਲਾਣਾ ਨਹੀਂ ਕਰਦਾ, ਕਿਤੇ ਨਾ ਕਿਤੇ ਉਹ ਮਹਿਸੂਸ ਕਰਦੇ ਨੇ ਵੀ ਇਹ ਦਹਾਂ ਦਹਾਂ ਸਾਲਾਂ ਦੇ ਭੁੱਖੇ ਨੇ ਕਿਤੇ ਉੱਡ ਕੇ ਹੀ ਨਾ ਪੈ ਜਾਣ ਸਾਰਿਆਂ ਨੂੰ, ਕਿਤੇ ਨਾ ਕਿਤੇ ਉਹਨਾਂ ਕੰਟਰੋਲ ਪੰਜਾਬ ਦੇ ਉੱਤੇ ਰੱਖਿਆ। ਅੱਜ ਲਾਅ ਐਂਡ ਆਰਡਰ ਗੈਂਗਸਟਰ ਠੀਕ ਨੇ, ਉਹ ਖਤਮ ਹੋਣ ਦੀ ਉਹ ਆ ਹੁਣ ਵੀ ਉਹ ਕਹਿੰਦੇ ਨੇ ਮੈਂ ਕੋਕਾ ਲਾਉਣਾ, ਮੈਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਨਾ ਮੈਂ ਇਹਦੇ ਬਾਰੇ ਕਿਤੇ ਵਿਸਥਾਰ 'ਚ ਜਾਣਾ ਚਾਹੁੰਦਾ ਇਹ ਪੰਜਾਬ ਲਈ ਫਾਇਦੇਮੰਦ ਹੈ ਜਾਂ ਨਹੀਂ, ਇਹ ਪਾਰਟੀਆਂ ਆਪਣੇ ਲੈਵਲ 'ਤੇ ਉਹ ਮਸਲਾ ਉਠਾਉਣਗੀਆਂ ਜਾਂ ਕਾਨੂੰਨੀ ਮਾਰ ਉਠਾਉਣਗੇ, ਕਿਤੇ ਨਾ ਕਿਤੇ ਉਹ ਮੈਨੂੰ ਪੰਜਾਬ ਲਈ ਸਹਿਰਦ ਅਤੇ ਮਤਲਬ ਵਿਚਾਰ ਦੇ ਪੱਕੇ ਲੱਗਦੇ ਨੇ ਕਿ ਹਾਂ ਯਾਰ ਉਹ ਪੰਜਾਬ ਲਈ ਕੁਛ ਕਰਕੇ ਜਾਣਗੇ। ਮਨਦੀਪ ਜੀ, ਤੁਸੀਂ ਬੜੀਆਂ ਖੁੱਲ੍ਹ ਦੇਰੀ ਨਾਲ ਗੱਲਾਂ ਬਾਤਾਂ ਕੀਤੀਆਂ, ਕੋਈ ਆਖਰੀ ਗੱਲ ਅਜੇ ਵੀ ਰਹਿ ਗਈ ਹੋਵੇ, ਮੈਨੂੰ ਲੱਗਦਾ ਨਹੀਂ ਕੋਈ ਰਹਿ ਗਈ ਹੋਣੀ ਹੈ, ਪਰ 30-40 ਸੈਕਿੰਡ ਦੇ ਵਿੱਚ ਕੋਈ ਗੱਲ ਤੁਸੀਂ ਆਪਣੀ ਪੂਰੀ ਕਰਨੀ ਚਾਹੋ, ਮੈਂ ਪੁੱਛਣੀ ਭੁੱਲ ਗਿਆ ਵਾਂ। ਮੇਰੀ ਸਾਰੇ ਨੌਜਵਾਨਾਂ ਨੂੰ, ਚਾਹੇ ਮੇਰੀਆਂ ਭੈਣਾਂ ਨੇ, ਚਾਹੇ ਮੇਰੇ ਵੀਰ ਨੇ, ਖਾਸ ਕਰਕੇ ਨੌਜਵਾਨਾਂ ਨੂੰ ਮੈਂ ਉਹਨਾਂ ਨੂੰ ਕਹੂੰਗਾ ਕਿ ਪੋਲਿਟਿਕਸ ਦਾ ਹਿੱਸਾ ਬਣੋ ਔਰ ਸਿਆਸਤ ਦੇ ਵਿੱਚ ਆਓ, ਇਸ ਸੂਬੇ ਦੀ ਆਪਾਂ ਤਰੱਕੀ ਕਰੀਏ। ਔਰ ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ ਉਹਨਾਂ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਸਾਰਾ ਸਾਲ ਕਿਤੇ ਰਿਸ਼ਤੇਦਾਰ ਦੇ ਵਿਆਹ ਭੋਗ 'ਤੇ ਆਓ ਨਾ ਆਓ, ਜਦੋਂ ਕਿਤੇ ਪੰਜਾਬ 'ਚ ਇਲੈਕਸ਼ਨ ਹੁੰਦੀ, ਮੈਂ ਨਹੀਂ ਕਹਿੰਦਾ ਮੇਰੇ ਲਈ ਆਓ, ਕਾਂਗਰਸ ਲਈ ਆਓ, ਮਤਲਬ ਭਾਜਪਾ ਲਈ ਆਓ ਜਾਂ ਕਿਸੇ ਲਈ ਵੀ ਆਓ, ਪੰਜਾਬ 'ਚ ਇੱਕ ਇੱਕ ਮਹੀਨਾ ਪਹਿਲਾਂ ਆਇਆ ਕਰੋ, ਕਿਉਂਕਿ ਜਿੱਥੋਂ ਤੁਸੀਂ ਆਉਂਦੇ ਹੋ ਉਹ ਲੋਕ ਸਾਡੇ ਤੋਂ ਬੜੇ ਐਡਵਾਂਸ ਨੇ, ਉਹ ਮੁਲਕ ਕਿਤੇ ਨਾ ਕਿਤੇ ਆ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਦੱਸਿਆ ਕਰੋ। ਸਾਡੇ ਲੋਕ ਤਾਂ ਅੱਜ ਵੀ ਉਲਝੇ ਹੋਏ ਆ, ਮੇਰੀ ਗਲੀ ਬਣਾ ਦਿਉ, ਮੇਰੀ ਨਾਲੀ ਬਣਾ ਦਿਉ, ਸਾਡੇ ਟੈਕਸ ਨਾਲ ਬਣਦੀਆਂ ਨੇ, ਸਾਡੇ ਟੈਕਸ ਨਾਲ ਇਹਨਾਂ ਨੂੰ ਤਨਖਾਹ ਮਿਲਦੀ, ਜਿਹਦੇ 'ਚੋਂ 40-40% ਇੱਕ ਕਮਿਸ਼ਨ ਖਾ ਜਾਂਦੇ ਨੇ। ਲੀਡਰਾਂ ਦੇ ਕੰਮ ਕੇਵਲ ਗਲੀਆਂ ਨਾਲੀਆਂ ਬਣਾਉਣੀਆਂ ਨਹੀਂ, ਸਾਡੇ ਲਈ ਰੁਜ਼ਗਾਰ ਪੈਦਾ ਕਰਨਾ, ਸਾਡੇ ਲਈ ਸੁਰੱਖਿਆ ਪੈਦਾ ਕਰਨੀ, ਸਾਡੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ, ਹੋਰ ਜਿਹੜੀਆਂ ਸਾਡੀਆਂ ਸਹੂਲਤਾਂ ਸਾਨੂੰ ਟੈਕਸ ਨਾਲ ਮਿਲਣੀਆਂ ਚਾਹੀਦੀਆਂ ਨੇ ਉਹ ਦਵਾਉਣੀਆਂ, ਉਹਨਾਂ ਲਈ ਆ ਕੇ ਉਹਨਾਂ ਨੂੰ ਜਾਗਰੂਕ ਕਰਿਆ ਕਰੋ। ਇਹੋ ਜਿਹਦੇ ਤੁਸੀਂ ਬਾਹਰ ਸੁਖੀ ਵੱਸੋ, ਪਰਮਾਤਮਾ ਤੁਹਾਨੂੰ ਮਤਲਬ ਬਹੁਤ ਖੁਸ਼ ਰੱਖੇ, ਉਹਨਾਂ ਦੇਸ਼ਾਂ 'ਚ ਵੀ ਤੁਸੀਂ ਮਤਲਬ ਆਨੰਦ ਮਾਣੋ, ਉਹਨਾਂ ਦੇ ਵਿੱਚ ਵੀ ਆਪਣੇ ਮੁਕਾਮ ਪੈਦਾ ਕਰੋ, ਪਰ ਇਸ ਸੂਬੇ ਦੇ ਵਿੱਚ ਇੱਕ ਇੱਕ ਮਹੀਨਾ ਪਹਿਲਾਂ ਆਇਆ ਕਰੋ। ਮੈਂ ਸਾਡੇ ਮੁਲਕ ਨੂੰ ਕੋਈ ਪਾਕਿਸਤਾਨ ਤੋਂ ਖਤਰਾ ਨਹੀਂ ਜਾਏਗਾ, ਸਾਡੇ ਮੁਲਕ ਨੂੰ ਕਿਸੇ ਹੋਰ ਮੁਲਕ ਤੋਂ ਖਤਰਾ ਨਹੀਂ ਜਾਏ, ਨਾ ਹਿੰਦੂਆਂ ਸੇ ਨਾ ਮੁਸਲਮਾਨੋਂ ਸੇ, ਇਸ ਮੁਲਕ ਕੋ ਖਤਰਾ ਹੈ ਗੱਦਾਰੋਂ ਔਰ ਬੇਈਮਾਨੋਂ ਸੇ, ਉਹਨਾਂ ਦਾ ਆ ਕੇ ਸਫਾਇਆ ਕਰੋ। ਇਹੀ ਮੇਰੀ ਤੁਹਾਨੂੰ ਅਖੀਰ ਦੇ ਵਿੱਚ ਬੇਨਤੀ ਹੈ। ਮਨਦੀਪ ਜੀ, ਤੁਸੀਂ ਸਮਾਂ ਕੱਢਿਆ ਅਤੇ ਇੰਨੀ ਆਪਣੇ ਦਿਲ ਦੇ ਬਲਬਲੇ ਦੱਸੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਇਸ ਚੈਨਲ ਦਾ ਬਹੁਤ ਬਹੁਤ, ਪ੍ਰਾਈਮ ਏਸ਼ੀਆ ਦਾ ਧੰਨਵਾਦ, ਜਿਹੜੇ ਬੰਦਿਆਂ ਨੇ ਮੇਰੇ ਵੀਰਾਂ ਨੇ ਸਵਾਲ ਕੀਤੇ ਨੇ, ਵੀਰਾਂ ਭੈਣਾਂ ਨੇ, ਉਹਨਾਂ ਲਈ ਕਿ ਤੁਸੀਂ ਮੈਨੂੰ ਸੁਣਿਆ, ਮੇਰੇ ਲਈ ਟਾਈਮ ਕੱਢਿਆ, ਕਿਤੇ ਭੁੱਲ ਚੁੱਕ ਕੋਈ ਹੋਵੇ ਤਾਂ ਮੈਂ ਮਾਫ਼ੀ ਮੰਗਦਾ, ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਮੈਂ ਤੁਹਾਡੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਜੀ। ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਇਸ ਪ੍ਰੋਗਰਾਮ ਨੂੰ ਜੇ ਤੁਸੀਂ ਅੱਜ 'ਚੋਂ ਦੇਖਣਾ ਸ਼ੁਰੂ ਕੀਤਾ ਹੋਵੇ ਤਾਂ ਯੂਟਿਊਬ ਦੇ ਉੱਪਰ ਦੁਬਾਰਾ ਵੀ ਤੁਸੀਂ ਇਹਨੂੰ ਦੇਖ ਸਕਦੇ ਹਾਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਨਾਲ ਇੱਕ ਸਬਸਕ੍ਰਾਈਬ ਦਾ ਬਟਨ ਹੁੰਦਾ ਉਹਨੂੰ ਜ਼ਰੂਰ ਪ੍ਰੈਸ ਕਰਨਾ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਪਿਆਰ ਦੇ ਰਹੇ ਹੋ, ਹੋਰ ਤੁਹਾਡੇ ਜਿਹੜੇ ਸੁਝਾਅ ਨੇ ਸਾਡੇ ਕੋਲ ਸਾਡੇ ਵਟਸਐਪ ਨੰਬਰ ਦੇ ਉੱਪਰ ਪਹੁੰਚਦੇ ਰਹਿੰਦੇ ਨੇ। ਕੋਈ ਵੀ ਗੱਲ ਤੁਹਾਡੇ ਜ਼ਿਹਨ 'ਚ ਹੋਵੇ ਤਾਂ ਤੁਸੀਂ ਜਿਹੜਾ ਸਾਡਾ ਵਟਸਐਪ ਨੰਬਰ ਹੈ ਇਹਦੇ 'ਤੇ ਕਿਸੇ ਵੀ ਪ੍ਰੋਗਰਾਮ ਦੇ ਬਾਰੇ 'ਚ ਆਪਣੀ ਫੀਡਬੈਕ ਬਾਅਦ ਦੇ ਵਿੱਚ ਵੀ ਜਦੋਂ ਤੁਸੀਂ ਕੋਈ ਦੇਖੋ ਟੀਵੀ 'ਤੇ ਦੇਖੋ ਜਾਂ ਯੂਟਿਊਬ 'ਤੇ ਦੇਖੋ ਤਾਂ ਤੁਸੀਂ ਸਾਨੂੰ ਭਜਵਾ ਸਕਦੇ ਹੋ, ਭੇਜ ਸਕਦੇ ਹੋ, ਅਸੀਂ ਉਹਦੇ ਉੱਪਰ ਕੰਮ ਜ਼ਰੂਰ ਕਰਾਂਗੇ। ਜੇ ਕੋਈ ਕਮੀ ਪੇਸ਼ੀ ਹੋਈ ਤਾਂ ਅਸੀਂ ਉਸ ਚੀਜ਼ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਕਰਨ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।